ਦੋਸਤੋ, ਵੱਡੇ ਮਹਾਰਾਜ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੇ ਭੰਡਾਰੇ 'ਤੇ ਤੁਹਾਡਾ ਸਵਾਗਤ ਹੈ। ਉਹ ਮੇਰੇ ਗੁਰੂ ਸਨ। ਇਹ ਇੱਕ ਵੱਡਾ ਦਿਨ ਹੈ, ਸ਼ਾਨਦਾਰ ਦਿਨ ਹੈ। ਅਸੀਂ ਪੂਰੇ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ। ਜਿਹੜੇ ਲੋਕ ਪਿਛਲੇ ਸਾਲਾਂ ਦੇ ਭੰਡਾਰੇ ਵਿੱਚ ਆਏ ਸਨ, ਉਹ ਮੈਨੂੰ ਈਮੇਲਾਂ ਲਿਖਦੇ ਰਹੇ ਹਨ ਕਿ ਕਿਵੇਂ ਇਸ ਦਿਨ ਉਹਨਾਂ ਦਾ ਜੀਵਨ ਹੀ ਬਦਲ ਗਿਆ ਹੈ ਅਤੇ ਉਹਨਾਂ ਦੇ ਅੱਗੇ ਦੇ ਸਾਲ ਦਾ ਜੀਵਨ ਪਿਛਲੇ ਸਾਲਾਂ ਦੇ ਜੀਵਨ ਤੋਂ ਬਿਲਕੁਲ ਅਲੱਗ ਸੀ। ਇਹਨਾਂ ਪ੍ਰਮਾਣਾਂ ਤੋਂ ਬਾਅਦ ਲੱਗਦਾ ਹੈ ਕਿ ਮੈਨੂੰ ਇਹ ਮਹੱਤਵਪੂਰਨ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਮੈਂ ਦੱਸਣ ਜਾ ਰਿਹਾ ਹਾਂ ਕਿ ਇਹ 2 ਅਪ੍ਰੈਲ ਦਾ ਦਿਨ ਬਹੁਤ ਮਹੱਤਵਪੂਰਨ ਹੈ, ਕਿਉਂਕਿ 2 ਅਪ੍ਰੈਲ 1948 ਨੂੰ ਵੱਡੇ ਮਹਾਰਾਜ ਹਜ਼ੂਰ ਬਾਬਾ ਸਾਵਨ ਸਿੰਘ ਜੀ ਨੇ ਆਪਣਾ ਸਥੂਲ ਸਰੀਰ ਤਿਆਗ ਦਿੱਤਾ ਸੀ, ਜਿਸ ਨਾਲ ਲੋਕਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਅਤੇ ਫਿਰ ਵੀ ਉਹਨਾਂ ਦੇ ਅਨੁਵਾਈਆਂ, ਜਿਨ੍ਹਾਂ ਨੂੰ ਉਹਨਾਂ ਦੁਆਰਾ ਨਾਮਦਾਨ ਦੀ ਦੇਖਿਆ ਮਿਲੀ ਸੀ, ਜੋ ਅਭਿਆਸ ਵਿੱਚ ਉਹਨਾਂ ਦਾ ਨੂਰੀ ਸਰੂਪ ਕਦੇ ਕਦੇ ਦੇਖਦੇ ਸਨ, ਹੁਣ ਉਹਨਾਂ ਨੇ ਉਹ ਨੂਰੀ ਸਰੂਪ ਹਮੇਸ਼ਾ ਲਈ ਦੇਖਣਾ ਸ਼ੁਰੂ ਕਰ ਦਿੱਤਾ ਹੈ। ਸੋ ਉਹ ਸਦੀਵੀ ਉਹਨਾਂ ਅਨੁਵਾਈਆਂ ਦੇ ਨਾਲ ਹਨ। ਉਹਨਾਂ ਦੀ ਕਦੇ ਮੌਤ ਹੋਈ ਹੀ ਨਹੀਂ ਸੀ। ਵੱਡੇ ਮਹਾਰਾਜ ਜੀ ਨੇ ਇਹ ਸਪਸ਼ਟ ਕੀਤਾ ਸੀ ਕਿ ਮੌਤ ਸਿਰਫ ਇੱਕ ਭੌਤਿਕ ਘਟਨਾ ਹੈ, ਜੋ ਕੇਵਲ ਸਥੂਲ ਸਰੀਰ ਨਾਲ ਵਾਪਰਦੀ ਹੈ। ਇੱਕ ਪਰਮ ਸੰਤ ਸਤਿਗੁਰੂ ਕਦੇ ਨਹੀਂ ਮਰਦਾ। ਇੱਕ ਪਰਮ ਸੰਤ ਸਤਿਗੁਰੂ ਦਾ ਸਾਡੇ ਨਾਲ ਇੱਕ ਸੰਬੰਧ ਸਥਾਪਿਤ ਹੋਇਆ ਹੈ, ਜੋ ਕਿ ਬਹੁਤ ਦੇਰ ਪਹਿਲਾਂ ਸ਼ੁਰੂ ਹੋ ਗਿਆ ਸੀ। ਇਹ ਇੰਤਜ਼ਾਮ ਇਸ ਬ੍ਰਹਿਮੰਡ ਦੀ ਸਿਰਜਣਾ ਤੋਂ ਬਹੁਤ ਸਮਾਂ ਪਹਿਲਾਂ ਕਾਇਮ ਹੋ ਚੁੱਕਾ ਸੀ। ਅਤੇ ਇੱਕ ਵਾਰੀ ਜਦੋਂ ਇੱਕ ਪਰਮ ਸੰਤ ਸਤਿਗੁਰੂ ਆਉਂਦਾ ਹੈ, ਉਹ ਉਸ ਮਹਾਨ ਯੋਜਨਾ ਦਾ ਹਿੱਸਾ ਹੁੰਦਾ ਹੈ ਅਤੇ ਉਹ ਸਾਨੂੰ ਆਪਣੇ ਸੱਚੇ ਘਰ ਸੱਚਖੰਡ ਵਾਪਸ ਲੈ ਜਾਂਦਾ ਹੈ। ਸਤਿਗੁਰ ਦੀ ਕੋਸ਼ਿਸ਼ ਜਾਰੀ ਰਹਿੰਦੀ ਹੈ ਅਤੇ ਉਹ ਕਦੇ ਵੀ ਹਾਰ ਨਹੀਂ ਮੰਨਦਾ, ਭਾਵੇਂ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ। ਕਈ ਵਾਰ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਘੜੀਸ ਕੇ ਲਿਜਾਣਾ ਪੈਂਦਾ ਹੈ। ਮੌਲਾਨਾ ਰੂਮ ਦਾ ਕਹਿਣਾ ਹੈ ਕਿ ਸਤਿਗੁਰੂ ਦਾ ਪਿਆਰ ਸਾਨੂੰ ਕੰਨ ਤੋਂ ਫੜ ਕੇ ਆਪਣੇ ਸੱਚੇ ਘਰ ਵੱਲ ਖਿੱਚ ਕੇ ਲੈ ਜਾਂਦਾ ਹੈ, ਕਿਉਂਕਿ ਅਸੀਂ ਉਸਦੀ ਸੂਚੀ ਜਾਂ ਲਿਸਟ ਵਿੱਚ ਹੁੰਦੇ ਹਾਂ। ਕਈ ਵਾਰ ਸਾਡੇ ਮਨ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡਾ ਅਸਲ ਘਰ ਕਿਹੜਾ ਹੈ, ਅਸੀਂ ਕਿੱਥੇ ਦੇ ਰਹਿਣ ਵਾਲੇ ਹਾਂ, ਅਤੇ ਸਾਡਾ ਮਨ ਅਤੇ ਆਤਮਾ ਆਪਸ ਵਿੱਚ ਲੜਦੇ ਰਹਿੰਦੇ ਹਨ। ਇਹ ਵਾਦ ਵਿਵਾਦ ਸਾਡੇ ਆਪਣੇ ਸਵੈ ਅਤੇ ਮਨ ਦੇ ਵਿਚਕਾਰ ਹੁੰਦੀ ਰਹਿੰਦੀ ਹੈ ਅਤੇ ਇਹ ਮਨ ਸਾਨੂੰ ਇੱਕ ਸਹਾਇਕ, ਇੱਕ ਮਸ਼ੀਨ ਵਜੋਂ ਵਰਤਣ ਲਈ ਦਿੱਤਾ ਗਿਆ ਹੈ। ਇਹ ਪਰਮ ਸੰਤ ਗੁਰੂ ਇਸ ਦੇ ਬਾਵਜੂਦ ਕਿ ਅਸੀਂ ਕਿੱਥੇ ਵੀ ਹੋਈਏ, ਕੋਈ ਵੀ ਹੋਈਏ, ਕੁਛ ਵੀ ਕਰ ਰਹੀ ਹੋਈਏ, ਸਾਨੂੰ ਘਰ ਲਿਜਾਂਦੇ ਹਨ। ਇਸ ਲਈ ਇਹ ਇੱਕ ਬਹੁਤ ਮਹੱਤਵਪੂਰਨ ਦਿਨ ਹੈ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਵੱਡੇ ਮਹਾਰਾਜ ਦੁਆਰਾ ਨਾਮਦਾਨ ਦੀ ਦੀਖਿਆ ਮਿਲੀ ਹੋਈ ਹੋਵੇ ਕਿ ਉਹਨਾਂ ਦੀ ਕਦੇ ਮੌਤ ਹੋਈ ਹੀ ਨਹੀਂ। ਉਹ ਹੁਣ ਹੋਰ ਵੀ ਰੋਸ਼ਨ ਸਰੂਪ ਵਿੱਚ ਹਨ, ਹੋਰ ਵੀ ਜ਼ਿਆਦਾ ਸ਼ਕਤੀਸ਼ਾਲੀ ਹਨ, ਉਸ ਤੋਂ ਵੀ ਜ਼ਿਆਦਾ ਜਿੰਨਾ ਕਿ ਉਹ ਆਪਣੇ ਸਥੂਲ ਰੂਪ ਵਿੱਚ ਮੌਜੂਦ ਹੁੰਦੇ ਸਨ। ਇਸ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਜਦੋਂ ਅਸੀਂ ਯਾਦ ਕਰ ਸਕੀਏ ਕਿ ਇਹ ਪਰਿਵਰਤਨ ਦਾ ਦਿਨ ਹੈ। ਇਹ ਉਹ ਦਿਨ ਹੈ ਜਦੋਂ ਸਾਰਾ ਬਦਲਾਵ ਹੋਇਆ ਅਤੇ ਸਾਨੂੰ ਅਹਿਸਾਸ ਹੋਇਆ ਕਿ ਇੱਕ ਪਰਮ ਸੰਤ ਸਤਿਗੁਰੂ ਕਦੇ ਨਹੀਂ ਮਰਦਾ। ਦੂਜੇ ਪਾਸੇ ਇਸ ਖਾਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਸਾਨੂੰ ਇੱਕ ਅਮਰ ਸੰਤ ਸਤਿਗੁਰੂ ਦੇ ਨੂਰੀ ਸਰੂਪ ਨੂੰ ਪ੍ਰਾਪਤ ਕਰਨ ਦੇ ਮੌਕੇ ਦਾ ਫਾਇਦਾ ਸਤਿਗੁਰ ਦੇ ਜਿਉਂਦਿਆਂ ਹੋਇਆ ਸਰੀਰ ਵਿੱਚ ਹੁੰਦਿਆਂ ਹੋਇਆ ਹੀ ਉਠਾ ਲੈਣਾ ਚਾਹੀਦਾ ਹੈ। ਜੇ ਉਹ ਆਪਣਾ ਸਥੂਲ ਸਰੀਰ 'ਤੇ ਆ ਕੇ ਚਲਾ ਗਿਆ, ਪਰ ਜਿਨ੍ਹਾਂ ਨੇ ਉਸ ਸਰੀਰ ਵਿੱਚ ਹੁੰਦਿਆਂ ਹੋਇਆ ਦੇਖਿਆ ਹੁੰਦਾ ਹੈ ਅਤੇ ਉਸ ਤੋਂ ਨਾਮ ਦਾਨ ਦੀ ਦੇਖਿਆ ਲਈ ਹੁੰਦੀ ਹੈ, ਉਹ ਉਹਨਾਂ ਲਈ ਕਿਤੇ ਨਹੀਂ ਗਿਆ। ਸ਼ੇਖ ਫਰੀਦ ਨਾਮਕ ਇੱਕ ਮਸ਼ਹੂਰ ਸਾਧੂ ਹੋਏ ਹਨ, ਸ਼ੇਖ ਫਰੀਦ ਸ਼ਕਰਗੰਜ। ਸ਼ੇਖ ਫਰੀਦ ਦੇ ਸਤਿਗੁਰੂ ਸ਼ੇਖ ਕੁਤਬੂਦੀਨ ਸਨ ਅਤੇ ਸ਼ੇਖ ਕੁਤਬੂਦੀਨ ਨੇ ਫਰੀਦ ਨੂੰ ਦੇਖਿਆ ਦਿੱਤੀ ਸੀ ਅਤੇ ਉਹਨਾਂ ਨੂੰ ਕਈ ਉੱਚੇ ਅਨੁਭਵ ਕਰਵਾਏ। ਫਰੀਦ ਨੇ ਆਪਣੇ ਪੁੱਤਰ ਨੂੰ ਕਿਹਾ, ਪੁੱਤਰ, ਸਤਿਗੁਰੂ ਬੁੱਢਾ ਹੋ ਰਿਹਾ ਹੈ, ਉਹ ਬਹੁਤ ਬੁੱਢਾ ਹੈ ਅਤੇ ਉਹ ਕਿਸੇ ਵੀ ਸਮੇਂ ਸਰੀਰ ਤਿਆਗ ਸਕਦਾ ਹੈ, ਇਸ ਲਈ ਜਾਓ ਅਤੇ ਉਹਨਾਂ ਤੋਂ ਦੇਖਿਆ ਲੈ ਆਓ। ਫਰੀਦ ਜੀ ਦੇ ਪੁੱਤਰ ਨੇ ਕਿਹਾ, ਪਿਤਾ ਜੀ, ਤੁਸੀਂ ਜਾਣਦੇ ਹੋ ਮੈਂ ਬਹੁਤ ਵਿਅਸਤ ਹਾਂ, ਮੈਂ ਇੰਤਜ਼ਾਰ ਕਰ ਸਕਦਾ ਹਾਂ, ਅਜੇ ਕਾਫੀ ਸਮਾਂ ਹੈ। ਅਤੇ ਉਸਦੇ ਪਿਤਾ ਨੇ ਕਿਹਾ, ਤੇਰੇ ਕੋਲ ਬਹੁਤ ਸਮਾਂ ਹੋ ਸਕਦਾ ਹੈ, ਪਰ ਕੀ ਸਤਿਗੁਰੂ ਉਸ ਸਮੇਂ ਹੋਣਗੇ? ਪਰ ਪੁੱਤਰ ਨੇ ਅਣਸੁਣਾ ਕਰ ਦਿੱਤਾ। ਇੱਕ ਦਿਨ ਕੁਤਬਦੀਨ ਦੀ ਮੌਤ ਹੋ ਗਈ ਅਤੇ ਜਦੋਂ ਉਹਨਾਂ ਦਾ ਸਰੀਰ ਦਫਨਾਏ ਜਾਣ ਲਈ ਤਬੂਤ ਵਿੱਚ ਪਾਉਣ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਫਰੀਦ ਦਾ ਪੁੱਤਰ ਸਿਰ ਮਨਾ ਕੇ, ਜੋ ਕਿ ਉਸ ਸਮੇਂ ਦੀਖਿਆ ਲੈਣ ਦਾ ਰੀਤੀ ਰਿਵਾਜ਼ ਸੀ,
ਦੌੜ ਕੇ ਆ ਗਿਆ। ਆਪਣਾ ਸਿਰ ਲਾਸ਼ ਦੇ ਪੈਰਾਂ 'ਤੇ ਰੱਖ ਕੇ ਕਹਿਣ ਲੱਗਾ, ਮੈਨੂੰ ਦੇਖਿਆ ਦਿਓ। ਫਰੀਦ ਨੇ ਕਿਹਾ, ਪੁੱਤਰ, ਇਹ ਉਸ ਇਨਸਾਨ ਦੀ ਲਾਸ਼ ਪਈ ਹੈ ਜਿਸ ਨੂੰ ਮੈਂ ਸਾਰੀ ਉਮਰ ਸਭ ਤੋਂ ਜ਼ਿਆਦਾ ਪਿਆਰ ਅਤੇ ਸਤਿਕਾਰ ਕੀਤਾ। ਉਹ ਇੱਕ ਪਰਮ ਸੰਤ ਸਤਿਗੁਰੂ ਸਨ, ਪਰ ਹੁਣ ਉਹ ਤੇਰੇ ਲਈ ਕੁਛ ਨਹੀਂ ਕਰ ਸਕਦੇ। ਤੂੰ ਆਉਣ ਵਿੱਚ ਬਹੁਤ ਦੇਰ ਕਰ ਦਿੱਤੀ। ਉਹ ਹੁਣ ਸਰੀਰ ਵਿੱਚ ਨਹੀਂ ਹਨ। ਇਹ ਸਥੂਲ ਸਰੀਰ ਕੇਵਲ ਇੱਕ ਖੋਲ ਦੀ ਤਰ੍ਹਾਂ ਹੈ। ਉਹ ਇਸ ਨੂੰ ਛੱਡ ਚੁੱਕੇ ਹਨ। ਬੇਸ਼ੱਕ ਉਸਨੂੰ ਬਹੁਤ ਅਫਸੋਸ ਹੋਇਆ ਕਿ ਉਹ ਨਾਮ ਦੀ ਦੀਖਿਆ ਪ੍ਰਾਪਤ ਨਹੀਂ ਕਰ ਸਕਿਆ। ਬਾਅਦ ਵਿੱਚ ਉਸਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਦੇਖਿਆ ਦਿਓ, ਅਤੇ ਪਿਤਾ ਨੇ ਉਸਨੂੰ ਆਪਣੇ ਸਤਿਗੁਰੂ ਕੁਤਬੁੱਦੀਨ ਦੀਆਂ ਹਦਾਇਤਾਂ ਅਨੁਸਾਰ ਦੇਖਿਆ ਦਿੱਤੀ। ਇਹ ਸਤਿਗੁਰੂ ਬੜੇ ਅਜੀਬ ਤਰੀਕੇ ਨਾਲ ਕੰਮ ਕਰਦੇ ਹਨ। ਜੋ ਕੁਛ ਵੀ ਹੁੰਦਾ ਹੈ ਉਹ ਉਹਨਾਂ ਸਾਰੀਆਂ ਚੀਜ਼ਾਂ ਦਾ ਸਿਹਰਾ ਆਪਣੇ ਸਤਿਗੁਰੂ ਨੂੰ ਦਿੰਦੇ ਹਨ। ਹਾਲਾਂਕਿ ਸਤਿਗੁਰੂ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਉੱਤਰਾਧਿਕਾਰੀ ਵਿੱਚ ਵਸਾ ਲਿਆ ਹੁੰਦਾ ਹੈ ਅਤੇ ਉਹ ਆਪਣੇ ਉੱਤਰਾਧਿਕਾਰੀ ਰਾਹੀਂ ਹੀ ਕੰਮ ਕਰ ਰਿਹਾ ਹੁੰਦਾ ਹੈ। ਉਹ ਆਪਣੇ ਉੱਤਰਾਧਿਕਾਰੀ ਦੇ ਸਰੀਰ ਨਾਲ ਇੱਕ ਹੋ ਗਿਆ ਹੁੰਦਾ ਹੈ। ਉੱਤਰਾਧਿਕਾਰੀ ਜਾਣਦਾ ਹੈ ਕਿ ਸਤਿਗੁਰੂ ਪੂਰੀ ਤਰ੍ਹਾਂ ਉਸਦੇ ਹਰੇਕ ਸੂਖਮ ਤੋਂ ਸੂਖਮ ਹਿੱਸੇ ਵਿੱਚ ਹਨ। ਉਹ ਸਥੂਲ ਹਸਤੀ ਨੂਰੀ ਸਰੂਪ ਵਿੱਚ ਉੱਤਰਾਧਿਕਾਰੀ ਦੇ ਵਿੱਚ ਸਮਾ ਜਾਂਦੀ ਹੈ, ਪਰ ਫਿਰ ਵੀ ਸਤਿਗੁਰੂ ਦਾ ਸਥੂਲ ਰੂਪ ਜ਼ਰੂਰੀ ਹੁੰਦਾ ਹੈ। ਅਤੇ ਇਸ ਲਈ ਫਰੀਦ ਨੇ ਆਪਣੇ ਪੁੱਤਰ ਨੂੰ ਇੱਕ ਚੰਗੀ ਸਲਾਹ ਦਿੱਤੀ ਸੀ। ਪੁੱਤਰ ਨੇ ਉਸ 'ਤੇ ਅਮਲ ਕਰਨ ਵਿੱਚ ਬਹੁਤ ਦੇਰ ਕਰ ਦਿੱਤੀ। ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ ਹਾਂ, ਕਿਉਂਕਿ ਕਿਤੇ ਇਹ ਨਾ ਸਮਝੋ ਕਿ ਸਭ ਤੋਂ ਵੱਡਾ ਸਤਿਗੁਰੂ ਮਰਨ ਤੋਂ ਬਾਅਦ ਵੀ ਤੁਹਾਨੂੰ ਕੁਝ ਦੇ ਸਕਦਾ ਹੈ। ਇਹ ਰਿਸ਼ਤਾ ਇੱਕ ਜਿਉਂਦੇ ਜਾਗਦੇ ਸੰਤ ਸਤਿਗੁਰੂ ਅਤੇ ਇੱਕ ਜੀਵਤ ਜਗਿਆਸੂ ਦੇ ਵਿਚਕਾਰ ਹੁੰਦਾ ਹੈ। ਦੋਵੇਂ ਇੱਕ ਹੀ ਵੇਲੇ ਸਥੂਲ ਸਰੀਰ ਵਿੱਚ ਹੁੰਦੇ ਹਨ। ਉਹ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਇੱਕ ਦੂਜੇ ਲਈ ਪਿਆਰ ਜ਼ਾਹਰ ਕਰ ਸਕਦੇ ਹਨ। ਪਿਆਰ ਦਾ ਇਹ ਅਨੁਭਵ ਸਥੂਲ ਬ੍ਰਹਿਮੰਡ ਵਿੱਚ ਹੀ ਹੋ ਸਕਦਾ ਹੈ, ਦੋ ਭੌਤਿਕ ਜੀਵਾਂ ਵਿਚਾਲੇ ਭੌਤਿਕ ਸੰਸਾਰ ਵਿੱਚ ਹੀ ਹੋ ਸਕਦਾ ਹੈ। ਇਸ ਤੋਂ ਬਿਨਾਂ ਕੋਈ ਵੀ ਨਾਮਦਾਨ ਦੀ ਦੀਖਿਆ ਨਹੀਂ ਹੋ ਸਕਦੀ, ਕੋਈ ਮੁਕਤੀ ਨਹੀਂ ਹੋ ਸਕਦੀ। ਕੋਈ ਵੀ ਇਹ ਕਹਿ ਕੇ ਮੁਕਤੀ ਹਾਸਲ ਨਹੀਂ ਕਰ ਸਕਦਾ ਕਿ ਮੈਂ ਇੱਕ ਮਰ ਚੁੱਕੇ ਹੋਏ ਮਨੁੱਖ ਦੀ ਉਪਾਸ਼ਨਾ ਕਰਕੇ ਉਸ ਤੋਂ ਨਾਮਦਾਨ ਪ੍ਰਾਪਤ ਕਰ ਸਕਦਾ ਹੈ। ਇਹ ਨਹੀਂ ਹੋ ਸਕਦਾ, ਇਹ ਕਦੇ ਨਹੀਂ ਹੋ ਸਕਦਾ। ਇਸ ਲਈ ਜਦੋਂ ਅਸੀਂ ਜਗਿਆਸੂ ਦੇ ਰੂਪ ਵਿੱਚ ਇਸ ਸਥੂਲ ਸਰੀਰ ਵਿੱਚ ਹੁੰਦੇ ਹਾਂ ਤਾਂ ਸਾਨੂੰ ਉਸ ਸਮੇਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ ਜਦ ਤੱਕ ਕਿ ਸਤਿਗੁਰੂ ਸਰੀਰ ਵਿੱਚ ਹੁੰਦੇ ਹਨ। ਸਾਰੇ ਸੰਤ ਸਤਿਗੁਰਾਂ ਨੇ ਅਜਿਹਾ ਕਿਹਾ ਹੈ। ਜਿੰਨੇ ਵੀ ਮਰ ਚੁੱਕੇ ਸੰਤ ਸਤਿਗੁਰੂ ਹਨ ਜਿਨ੍ਹਾਂ ਦੀ ਅਸੀਂ ਅੱਜ ਪੂਜਾ ਕਰਦੇ ਹਾਂ, ਉਹਨਾਂ ਸਭ ਨੇ ਵੀ ਇਹ ਕਿਹਾ ਹੈ। ਉਹਨਾਂ ਸਭ ਨੇ ਕਿਹਾ, ਜਦ ਤੱਕ ਮੈਂ ਇੱਥੇ ਹਾਂ ਫਾਇਦਾ ਉਠਾਓ। ਕਈ ਮਹਾਂਪੁਰਸ਼ਾਂ ਨੇ ਕਿਹਾ, ਜੇ ਤੁਸੀਂ ਹੁਣ ਮੌਕਾ ਗਵਾ ਦਿੱਤਾ ਹੈ ਤਾਂ ਅਸੀਂ ਫਿਰ ਆਵਾਂਗੇ। ਪਰ ਇਹ ਨਾ ਸਮਝੋ ਕਿ ਜਦੋਂ ਮਹਾਤਮਾ ਸਥੂਲ ਸਰੀਰ ਤਿਆਗ ਚੁੱਕੇ ਹੁੰਦੇ ਹਨ ਤਾਂ ਕੋਈ ਵੀ ਭੌਤਿਕ ਪ੍ਰਾਣੀ ਉਹਨਾਂ ਦਾ ਕੋਈ ਫਾਇਦਾ ਲੈ ਸਕਦਾ ਹੈ, ਭਾਵੇਂ ਉਹ ਮਹਾਤਮਾ ਕਿੰਨੇ ਵੀ ਸੰਪੂਰਨ ਕਿਉਂ ਨਾ ਹੋਣ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਮਾਂ ਨਾ ਗਵਾਓ। ਜੇਕਰ ਤੁਹਾਡੇ 'ਤੇ ਬਖਸ਼ਿਸ਼ ਹੈ ਅਤੇ ਤੁਸੀਂ ਖੁਸ਼ਕਿਸਮਤ ਹੋ ਅਤੇ ਇੱਕ ਪਰਮ ਸੰਤ ਸਤਿਗੁਰੂ ਜੋ ਕਿ ਤੁਹਾਡੇ ਜੀਵਨ ਵਿੱਚ ਆਉਂਦਾ ਹੈ ਨੂੰ ਉਸ ਨੂੰ ਲੱਭਣ ਵਿੱਚ ਭਾਗਸ਼ਾਲੀ ਹੋ ਜਾਂਦੇ ਹੋ, ਕਿਉਂਕਿ ਤੁਸੀਂ ਚੰਗੀ ਕਿਸਮਤ ਵਾਲੇ ਹੋ ਅਤੇ ਤੁਸੀਂ ਸਤਿਗੁਰ ਦੀ ਨਿਸ਼ਾਨਦੇਹੀ ਵਾਲੀ ਭੇਡ ਹੋ, ਤਾਂ ਸਮਾਂ ਬਰਬਾਦ ਨਾ ਕਰੋ। ਇੱਧਰ ਉੱਧਰ ਦੇ ਕੰਮਾਂ ਵਿੱਚ ਵਿਅਰਥ ਨਾ ਫਸੋ। ਆਪਣੀਆਂ ਤਰਜੀਹਾਂ ਜਾਂ ਪ੍ਰਾਇਓਰਟੀਜ਼ ਨੂੰ ਨਾ ਗਵਾਓ। ਇੱਕ ਜਿਉਂਦੇ ਜਾਗਦੇ ਸਤਿਗੁਰੂ ਦਾ ਲਾਭ ਲੈਣਾ ਹੀ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਇਸ ਕਰਕੇ ਅੱਜ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਆਪਣੇ ਸਤਿਗੁਰੂ ਨੂੰ ਦੇਖਿਆ ਹੈ। ਮੈਨੂੰ ਉਹਨਾਂ ਤੋਂ ਨਾਮਦਾਨ ਦੀ ਦਾਤ ਮਿਲੀ ਸੀ। ਉਹਨਾਂ ਨੇ ਮੈਨੂੰ ਕਦੇ ਨਹੀਂ ਛੱਡਿਆ। ਉਹ ਪੂਰੀ ਤਰ੍ਹਾਂ ਮੇਰੇ ਅੰਦਰ ਵਸਿਆ ਹੋਇਆ ਹੈ। ਮੈਂ ਹਰ ਰੋਜ਼ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ। ਉਮੀਦ ਹੈ ਕਿ ਤੁਸੀਂ ਮੇਰੇ ਤੋਂ ਦੂਰ ਨਹੀਂ ਹੋ ਗਏ। ਉਹ ਕਹਿੰਦਾ ਹੈ, ਨਹੀਂ। ਇਸ ਲਈ ਅੱਜ ਉਹ ਇੱਥੇ ਆਪਣੀਆਂ ਸ਼ੁਭ ਸ਼ੀਸ਼ਾਂ ਦੇਣ ਆਏ ਹਨ। ਬਖਸ਼ਿਸ਼ਾਂ ਹਰ ਰੋਜ਼ ਮਿਲਦੀਆਂ ਹਨ। ਵਾਸਤਵ ਵਿੱਚ ਸਤਿਗੁਰੂ ਦੇ ਭੰਡਾਰੇ ਹਰ ਰੋਜ਼ ਹੁੰਦੇ ਹਨ, ਪਰ ਸਾਡੇ ਕੋਲ ਹਰ ਰੋਜ਼ ਇਸ ਤਰ੍ਹਾਂ ਦੀ ਗ੍ਰਹਿਣਸ਼ੀਲਤਾ ਨਹੀਂ ਹੁੰਦੀ ਜੋ ਕਿ ਇਸ ਦਿਨ ਹੁੰਦੀ ਹੈ। ਇਸ ਲਈ ਸਤਿਗੁਰੂ ਆਖਦੇ ਹਨ, ਠੀਕ ਹੈ, ਮੈਂ ਤੁਹਾਨੂੰ ਜ਼ਿਆਦਾ ਦੇਵਾਂਗਾ। ਇੱਕ ਵਾਰ ਵੱਡੇ ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਮਹਾਰਾਜ, ਤੁਹਾਡੇ ਕੋਲ ਕਿੰਨੀਆਂ ਬਖਸ਼ਿਸ਼ਾਂ ਅਤੇ ਕਿਰਪਾ ਹਨ, ਤੁਸੀਂ ਇਹਨਾਂ ਨੂੰ ਵਰਤਾਉਂਦੇ ਕਿਉਂ ਨਹੀਂ? ਉਹਨਾਂ ਨੇ ਉੱਤਰ ਦਿੱਤਾ, ਮੈਂ ਕਈ ਵਾਰ ਕੋਸ਼ਿਸ਼ ਕਰਦਾ ਹਾਂ,
ਉਹਨਾਂ ਇਹ ਨਹੀਂ ਕਿਹਾ ਮੈਂ ਹਰ ਵਾਰ ਕੋਸ਼ਿਸ਼ ਕਰਦਾ ਹਾਂ। ਉਹ ਕਹਿਣ ਲੱਗੇ ਮੈਂ ਕਦੇ ਕਦੇ ਸਵੇਰੇ 3 ਵਜੇ ਵੀ ਆਪਣੇ ਬਖਸ਼ਿਸ਼ਾਂ ਦੀ ਝੋਲੀਆਂ ਚੁੱਕ ਕੇ ਉਹਨਾਂ ਨੂੰ ਵਰਤਾਉਣ ਲਈ ਕਈਆਂ ਕੋਲ ਜਾਂਦਾ ਹਾਂ। ਮੈਂ ਹਰ ਪਾਸੇ ਜਾਂਦਾ ਹਾਂ। ਲੋਕ ਉਸ ਸਮੇਂ ਸੌਂ ਰਹੇ ਹੁੰਦੇ ਹਨ, ਉਹਨਾਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਮੈਨੂੰ ਭਰੀ ਦੀ ਭਾਰੀ ਝੋਲੀ ਲੈ ਕੇ ਵਾਪਸ ਆਉਣਾ ਪੈਂਦਾ ਹੈ। ਜੇ ਉਹ ਜਾ ਕੇ ਮੇਰੀ ਉਡੀਕ ਕਰ ਰਹੇ ਹੁੰਦੇ ਤਾਂ ਮੈਂ ਇਹ ਬਖਸ਼ਿਸ਼ਾਂ ਉਹਨਾਂ ਨੂੰ ਵਰਤਾ ਦਿੰਦਾ। ਉਹ ਗ੍ਰਹਿਣ ਕਰਨ ਲਈ ਤਾਂ ਤਿਆਰ ਹੁੰਦੇ ਹਨ, ਪਰ ਉਹਨਾਂ ਦੀ ਇਹ ਪ੍ਰਾਥਮਿਕਤਾ ਨਹੀਂ ਹੁੰਦੀ। ਉਹ ਸਮਝਦੇ ਨੇ ਕਿ ਇਹ ਮਹੱਤਵਪੂਰਨ ਹੈ, ਪਰ ਇਹ ਬਹੁਤ ਵਧੀਆ ਸਮਾਂ ਹੈ। ਜ਼ਿੰਦਗੀ ਵਿੱਚ ਕੁਝ ਪਲ ਅਜਿਹੇ ਵੀ ਹੁੰਦੇ ਹਨ ਜਦੋਂ ਤੁਸੀਂ ਉਹ ਚੀਜ਼ਾਂ ਪ੍ਰਾਪਤ ਕਰ ਸਕਦੇ ਹੋ ਜਿਹੜੀਆਂ ਤੁਸੀਂ ਕਿਸੇ ਹੋਰ ਪਲ ਵਿੱਚ ਪ੍ਰਾਪਤ ਨਹੀਂ ਕਰ ਸਕਦੇ। ਅਜਿਹੇ ਪਲ ਕਈ ਵਾਰ ਬਹੁਤ ਸਾਰੇ ਜਨਮਾਂ ਦੇ ਵਿੱਚ ਸਿਰਫ ਇੱਕ ਵਾਰ ਆਉਂਦੇ ਹਨ। ਭਾਰਤ ਦੇ ਇੱਕ ਸੰਤ ਮਹਾਤਮਾ ਬਾਰੇ ਇੱਕ ਕਹਾਣੀ ਪ੍ਰਚਲਿਤ ਹੈ, ਜੋ ਕਿ ਇੱਕ ਮੋਚੀ ਸਨ। ਉਹ ਜੁੱਤੀਆਂ ਬਣਾਉਂਦੇ ਅਤੇ ਮੁਰੰਮਤ ਕਰਦੇ ਸਨ। ਉਹ ਆਪਣੀ ਛੋਟੀ ਜਿਹੀ ਝੌਂਪੜੀ ਵਿੱਚ ਇਹ ਕੰਮ ਕਰਦੇ ਸਨ। ਉਸ ਸਮੇਂ ਦੇ ਰਾਜੇ ਦਾ ਨਾਮ ਸੀ ਰਾਜਾ ਪੀਪਾ। ਰਾਜਾ ਪੀਪਾ ਉਹਨਾਂ ਦਾ ਇੱਕ ਅਨੁਵਾਈ ਸੀ। ਉਸ ਰਾਜੇ ਦਾ ਮਹਿਲ ਮਹਾਤਮਾ ਦੀ ਝੌਂਪੜੀ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਸੀ। ਇਸ ਲਈ ਰਾਜਾ ਕਦੇ ਕਦੇ ਜਾ ਕੇ ਉਹਨਾਂ ਦੇ ਪ੍ਰਵਚਨ ਸੁਣਦਾ ਅਤੇ ਉਹਨਾਂ ਨਾਲ ਸਮਾਂ ਬਤੀਤ ਕਰਦਾ। ਇੱਕ ਦਿਨ ਰਾਜਾ ਸਵੇਰੇ ਜਲਦੀ ਉੱਠ ਗਿਆ। ਉਸਨੇ ਕਈ ਵਾਰ ਮਹਾਤਮਾ ਨੂੰ ਕਿਹਾ ਸੀ ਕਿ ਹੇ ਪਰਮ ਸੰਤ ਸਤਿਗੁਰੂ, ਤੁਸੀਂ ਕਿਉਂ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਰਹਿ ਰਹੇ ਹੋ? ਤੁਸੀਂ ਮੇਰੇ ਨਾਲ ਮਹਿਲ ਵਿੱਚ ਕਿਉਂ ਨਹੀਂ ਚੱਲਦੇ? ਮਹਾਤਮਾ ਨੇ ਉੱਤਰ ਦਿੱਤਾ, ਨਹੀਂ, ਇਹੀ ਪਾਣਾ ਹੈ। ਇੱਕ ਮੋਚੀ ਬਣ ਕੇ ਰਹਿਣਾ ਹੀ ਮੇਰੀ ਕਿਸਮਤ ਹੈ, ਇਸ ਲਈ ਮੈਂ ਇਸ ਪਾਣੇ ਅਨੁਸਾਰ ਇੱਥੇ ਇੱਕ ਮੋਚੀ ਬਣ ਕੇ ਰਹਿ ਰਿਹਾ ਹਾਂ। ਇੱਕ ਦਿਨ ਰਾਜੇ ਨੇ ਸੋਚਿਆ, ਉਹ ਇੱਕ ਮਹਾਨ ਸਤਿਗੁਰੂ ਹੈ, ਮੈਨੂੰ ਉਹਨਾਂ ਦੀ ਬਖਸ਼ਿਸ਼ ਲੈਣੀ ਚਾਹੀਦੀ ਹੈ। ਉਹ ਕਹਿੰਦੇ ਹਨ ਕਿ ਸਵੇਰੇ 3 ਵਜੇ ਦਾ ਸਮਾਂ ਸਭ ਤੋਂ ਵਧੀਆ ਹੁੰਦਾ ਹੈ। ਮੈਨੂੰ ਜ਼ਰੂਰ ਉਹਨਾਂ ਕੋਲ ਸਵੇਰੇ 3 ਵਜੇ ਜਾਣਾ ਚਾਹੀਦਾ ਹੈ। ਸੋ ਉਹ ਸਵੇਰੇ ਜਲਦੀ ਉੱਠਿਆ ਅਤੇ ਮਹਾਤਮਾ ਕੋਲ ਗਿਆ, ਜਿਨ੍ਹਾਂ ਦਾ ਨਾਮ ਰਵਿਦਾਸ ਸੀ। ਸੋ ਉਹ ਉਹਨਾਂ ਕੋਲ ਗਿਆ। ਉਸ ਮੋਚੀ ਨੇ ਰਾਜੇ ਤੋਂ ਪੁੱਛਿਆ, ਰਾਜਨ, ਤੁਸੀਂ ਇੱਥੇ ਇੰਨੀ ਤੜਕੇ ਕਿਸ ਤਰ੍ਹਾਂ ਆਏ? ਰਾਜੇ ਨੇ ਕਿਹਾ, ਮੈਂ ਰਾਜਾ ਬਣ ਕੇ ਨਹੀਂ ਬਲਕਿ ਇੱਕ ਮੰਗਤਾ ਬਣ ਕੇ ਆਇਆ ਹਾਂ। ਮੈਂ ਤੁਹਾਡੀਆਂ ਅਸਧਾਰਨ ਬਖਸ਼ਿਸ਼ਾਂ ਮੰਗਣ ਆਇਆ ਹਾਂ ਜੋ ਤੁਸੀਂ ਕਦੇ ਕਦੇ ਅਜਿਹੇ ਹੀ ਸਮੇਂ ਵਰਤਾਉਂਦੇ ਹੋ। ਮਹਾਤਮਾ ਨੇ ਕਿਹਾ, ਚੰਗਾ, ਮੈਂ ਤੈਨੂੰ ਪਵਿੱਤਰ ਜਲ ਦਿੰਦਾ ਹਾਂ, ਚਰਨ ਅੰਮ੍ਰਿਤ ਦਿੰਦਾ ਹਾਂ। ਉੱਥੇ ਥੋੜ੍ਹਾ ਜਿਹਾ ਪਾਣੀ ਸੀ ਜਿਸ ਨੂੰ ਉਹ ਮੋਚੀ ਆਪਣੇ ਕੰਮ ਲਈ ਵਰਤਦਾ ਸੀ। ਉਹ ਉਸ ਵਿੱਚ ਚਮੜਾ ਗਿੱਲਾ ਕਰਕੇ ਜੁੱਤੀਆਂ ਦੀ ਮੁਰੰਮਤ ਕਰਦੇ ਸਨ। ਉਸ ਗੰਦਲੇ ਜਿਹੇ ਪਾਣੀ ਵਿੱਚ ਚਮੜੇ ਦਾ ਕੁਛ ਰੰਗ ਵੀ ਮਿਲ ਚੁੱਕਾ ਸੀ। ਮਹਾਤਮਾ ਮੋਚੀ ਨੇ ਕਿਹਾ, ਇੱਥੇ ਕੁਛ ਪਵਿੱਤਰ ਹੈ, ਲੈ ਲਓ। ਸੋ ਰਾਜੇ ਨੇ ਇਸ ਤਰ੍ਹਾਂ ਹੀ ਕੀਤਾ। ਉਸ ਰਾਜੇ ਨੇ ਜਦੋਂ ਉਹ ਗੰਦਾ ਪਾਣੀ ਦੇਖਿਆ ਤਾਂ ਉਸ ਨੇ ਉਸ ਪਾਣੀ ਨੂੰ ਆਪਣੀ ਕਮੀਜ਼ ਦੀ ਸਲੀਵ ਵਿੱਚ ਪਾ ਕੇ ਗਿਰਾ ਦਿੱਤਾ। ਰਾਜੇ ਨੇ ਮਹਾਤਮਾ ਦਾ ਧੰਨਵਾਦ ਕੀਤਾ ਅਤੇ ਉੱਥੋਂ ਖਿਸਕ ਗਿਆ। ਬਾਹਰ ਆ ਕੇ ਉਸਨੇ ਸੋਚਿਆ, ਮੈਂ ਤਾਂ ਕਦੇ ਜਾਣਦਾ ਵੀ ਨਹੀਂ ਸੀ ਕਿ ਬਖਸ਼ਿਸ਼ ਗੰਦੇ ਪਾਣੀ ਦੇ ਰੂਪ ਵਿੱਚ ਆਵੇਗੀ। ਮੈਂ ਤਾਂ ਸੋਚਿਆ ਸੀ ਕਿ ਉਹ ਜ਼ਰੂਰ ਕੋਈ ਚੀਜ਼ ਦੇਣਗੇ। ਉਹ ਆਪਣੇ ਮਹਿਲ ਵਿੱਚ ਵਾਪਸ ਚਲਾ ਗਿਆ ਅਤੇ ਆਪਣੀ ਕਮੀਜ਼ ਉਤਾਰ ਦਿੱਤੀ। ਉਸਨੇ ਦੇਖਿਆ ਕਿ ਉਸ ਕਮੀਜ਼ ਉੱਤੇ ਚਮੜੇ ਦਾ ਗੰਦਾ ਰੰਗ ਲੱਗ ਗਿਆ ਸੀ। ਉਸਨੇ ਸੋਚਿਆ, ਇਸ ਤੋਂ ਪਹਿਲਾਂ ਕਿਸੇ ਨੂੰ ਮੇਰੀ ਨਾ ਸਮਝੀ ਬਾਰੇ ਪਤਾ ਲੱਗੇ, ਮਹਿਲ ਦੇ ਇੱਕ ਕਿਨਾਰੇ 'ਤੇ ਇੱਕ ਧੋਬੀ ਰਹਿੰਦਾ ਸੀਗਾ। ਰਾਜੇ ਨੇ ਆਪਣੇ ਇੱਕ ਸੇਵਾਦਾਰ ਨੂੰ ਕਿਹਾ, ਕਿਸੇ ਨੂੰ ਦੱਸੀ ਨਾ, ਜਾ ਇਸ ਕਮੀਜ਼ ਨੂੰ ਉਸ ਧੋਬੀ ਕੋਲ ਲੈ ਜਾ। ਉਸਨੂੰ ਕਹਿ ਕਿ ਇਸਨੂੰ ਹੁਣੇ ਹੀ ਧੋ ਦੇਵੇ ਅਤੇ ਫਿਰ ਇਸਨੂੰ ਸੁਕਾ ਕੇ ਇਸਤਰੀ ਕਰਕੇ ਕੁਛ ਘੰਟਿਆਂ ਵਿੱਚ ਹੀ ਸਵੇਰੇ ਸਵੇਰੇ ਵਾਪਸ ਲੈ ਆ। ਸੇਵਾਦਾਰ ਹੁਕਮ ਸਵੀਕਾਰ ਕਰਕੇ ਧੋਬੀ ਕੋਲ ਗਿਆ, ਉਸਨੂੰ ਉਠਾਇਆ। ਧੋਬੀ ਨੇ ਪੁੱਛਿਆ, ਕੀ ਹੋਇਆ ਇੰਨੀ ਸਵੇਰੇ ਸਵੇਰੇ? ਸੇਵਾਦਾਰ ਨੇ ਕਿਹਾ, ਮੈਂ ਰਾਜੇ ਵੱਲੋਂ ਇੱਕ ਵਿਸ਼ੇਸ਼ ਹੁਕਮ ਲੈ ਕੇ ਆਇਆ ਹਾਂ। ਉਹਨਾਂ ਨੇ ਆਪਣੀ ਕਮੀਜ਼ ਭੇਜੀ ਹੈ, ਇਸ ਉੱਪਰ ਕੋਈ ਦਾਗ ਲੱਗੇ ਹਨ। ਰਾਜੇ ਦਾ ਹੁਕਮ ਹੈ ਕਿ ਤੂੰ ਇਹ ਕਮੀਜ਼ ਸਾਫ਼ ਕਰਕੇ ਵਾਪਸ ਉਹਨਾਂ ਕੋਲ ਪਹੁੰਚਾ ਦੇ। ਧੋਬੀ ਉੱਠਿਆ, ਕਮੀਜ਼ ਨੂੰ ਧਿਆਨ ਨਾਲ ਦੇਖਿਆ, ਆਪਣੀ ਛੋਟੀ ਧੀ ਨੂੰ ਉਠਾਇਆ, ਉਸਨੂੰ ਪੁੱਛਿਆ ਕਿ ਤੂੰ ਕਿਸੇ ਤਰੀਕੇ ਨਾਲ ਇਹ ਦਾਗ ਹਟਾ ਸਕਦੀ ਹੈ? ਉਹ ਕੁੜੀ ਦਾਗਾਂ ਨੂੰ ਆਪਣੇ ਦੰਦਾਂ ਨਾਲ ਕੁਰੇਦ ਕੇ ਹਟਾਉਣ ਲੱਗ ਪਈ। ਜਿਵੇਂ ਜਿਵੇਂ ਉਹ ਉਸ ਕਮੀਜ਼ ਨੂੰ ਕੁਰੇਦਦੀ, ਚਮਤਕਾਰ ਹੋਣ ਲੱਗ ਗਿਆ। ਜਦੋਂ ਉਸਨੇ ਦਾਗ ਸਾਫ਼ ਕਰ ਲਿਆ ਤਾਂ ਉਹ ਰੂਹਾਨੀ ਦੇ ਪ੍ਰਵਚਨ ਦੇ ਰਹੀ ਸੀ।
ਅਗਲੇ ਸਵੇਰ ਉਹ ਉੱਠਦੀ ਹੈ ਅਤੇ ਪ੍ਰਵਚਨ ਦੇਣਾ ਸ਼ੁਰੂ ਕਰ ਦਿੰਦੀ ਹੈ। ਇਹ ਖਬਰ ਜਲਦੀ ਹੀ ਫੈਲ ਗਈ ਕਿ ਧੋਬੀ ਦੀ ਧੀ ਨੂੰ ਗਿਆਨ ਪ੍ਰਾਪਤੀ ਹੋ ਗਈ ਹੈ ਅਤੇ ਉਸਨੇ ਉੱਚ ਕੋਟੀ ਦੇ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਹ ਚੇਤਨਾ ਦੀਆਂ ਉੱਚੀਆਂ ਪੱਧਰਾਂ ਬਾਰੇ ਜਾਣਦੀ ਹੈ। ਖਬਰ ਫੈਲ ਗਈ, ਲੋਕ ਦੂਰ ਦੁਰਾਡੇ ਉਸ ਨੂੰ ਪੂਜਣ ਆਉਣ ਲੱਗ ਪਏ। ਰਾਜੇ ਨੂੰ ਵੀ ਪਤਾ ਲੱਗਾ ਕਿ ਧੋਬੀ ਦੀ ਧੀ ਇੱਕ ਸੰਤ ਬਣ ਗਈ ਹੈ। ਉਸਨੇ ਸੋਚਿਆ, ਮੈਨੂੰ ਉਸ ਕੁੜੀ ਕੋਲ ਜਾਣਾ ਚਾਹੀਦਾ ਹੈ, ਹੋ ਸਕਦਾ ਹੈ ਮੈਨੂੰ ਸੰਤ ਰਵਿਦਾਸ ਤੋਂ ਕੁਝ ਜ਼ਿਆਦਾ ਦੇ ਸਕੇ। ਬਾਬਾ ਰਵਿਦਾਸ ਨੇ ਤਾਂ ਮੈਨੂੰ ਕੇਵਲ ਗੰਦਾ ਪਾਣੀ ਦਿੱਤਾ ਸੀ, ਇਹ ਕੁੜੀ ਅਸਲ ਵਿੱਚ ਅਸੀਸਾ ਦੇ ਰਹੀ ਹੈ। ਇਹ ਸੋਚ ਕੇ ਰਾਜਾ ਉਸ ਕੋਲ ਗਿਆ। ਉਸਨੇ ਦੇਖਿਆ ਕਿ ਉਹ ਇੱਕ ਛੋਟੀ ਜਿਹੀ ਕੁੜੀ ਹੈ। ਉਹ ਉਸ ਅੱਗੇ ਝੁਕਿਆ। ਕੁੜੀ ਖੜੀ ਹੋ ਗਈ। ਰਾਜੇ ਨੇ ਕਿਹਾ, ਨਹੀਂ ਨਹੀਂ, ਮੈਂ ਇੱਥੇ ਰਾਜਾ ਬਣ ਕੇ ਨਹੀਂ ਬਲਕਿ ਇੱਕ ਮੰਗਤਾ ਬਣ ਕੇ ਆਇਆ ਹਾਂ। ਕੁੜੀ ਬੋਲੀ, ਮੈਂ ਤੁਹਾਨੂੰ ਰਾਜੇ ਵੱਲੋਂ ਨਹੀਂ ਸਜਦਾ ਕਰ ਰਹੀ ਬਲਕਿ ਇਸ ਲਈ ਕਰ ਰਹੀ ਹਾਂ ਕਿ ਮੇਰੇ ਕੋਲ ਜੋ ਵੀ ਹੈ ਉਹ ਤੁਹਾਡੇ ਤੋਂ ਆਇਆ ਹੈ। ਇਹ ਸਭ ਕੁਝ ਮੈਨੂੰ ਤੁਹਾਡੀ ਕਮੀਜ਼ ਤੋਂ ਪ੍ਰਾਪਤ ਹੋਇਆ ਹੈ, ਮੈਂ ਇਸ ਲਈ ਤੁਹਾਨੂੰ ਸਜਦਾ ਕਰ ਰਹੀ ਹਾਂ। ਰਾਜੇ ਨੂੰ ਬਹੁਤ ਅਜੀਬ ਅਤੇ ਬੁਰਾ ਲੱਗਾ। ਉਹ ਵਾਪਸ ਰਵਿਦਾਸ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ, ਸਤਿਗੁਰੂ, ਮੈਨੂੰ ਉਹ ਚਰਨਾਮਰਥ ਕੁਛ ਹੋਰ ਦਿਓ ਜੋ ਤੁਸੀਂ ਉਸ ਦਿਨ ਦਿੱਤਾ ਸੀ। ਰਵਿਦਾਸ ਨੇ ਕਿਹਾ, ਅਜਿਹੇ ਪਲ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੇ ਹਨ, ਇਹ ਬਰਕਤਾਂ ਰੋਜ਼ਾਨਾ ਨਹੀਂ ਆਉਂਦੀਆਂ। ਉਸ ਦਿਨ ਤੂੰ ਇੱਕ ਜਿਗਿਆਸੂ ਬਣ ਕੇ ਆਇਆ ਸੀ, ਤੇਰੇ ਦਿਲ ਵਿੱਚ ਇੱਕ ਅਜੀਬ ਇੱਛਾ ਸੀ। ਉਸ ਸਮੇਂ ਤੂੰ ਕੋਈ ਤਸਦੀਕ ਨਹੀਂ ਕੀਤੀ, ਤੂੰ ਕੋਈ ਤਰਕ ਨਾਲ ਨਹੀਂ ਸੀ ਆਇਆ, ਤੂੰ ਸਵੇਰੇ ਜਲਦੀ ਉੱਠ ਕੇ ਉਸ ਜਿਗਿਆਸਾ ਨਾਲ ਮੇਰੇ ਕੋਲ ਆਇਆ ਸੀ। ਉਹ ਹੀ ਪਲ ਸੀ ਜਦੋਂ ਤੈਨੂੰ ਕੁਛ ਮਿਲ ਸਕਦਾ ਸੀ। ਅਜਿਹਾ ਰੋਜ਼ ਰੋਜ਼ ਨਹੀਂ ਹੁੰਦਾ। ਪਿਆਰ ਅਤੇ ਸ਼ਰਧਾ ਨਾਲ ਆਪਣਾ ਅਭਿਆਸ ਕਰਨਾ ਜਾਰੀ ਰੱਖੋ, ਇੱਕ ਦਿਨ ਤੈਨੂੰ ਵੀ ਇਸੇ ਤਰ੍ਹਾਂ ਦੇ ਅਨੁਭਵ ਪ੍ਰਾਪਤ ਹੋਣਗੇ। ਮੈਂ ਇਹ ਕਹਾਣੀ ਤੁਹਾਨੂੰ ਇਸ ਲਈ ਸੁਣਾ ਰਿਹਾ ਹਾਂ ਕਿਉਂਕਿ ਇਸ ਨੂੰ ਕਈ ਵਾਰ ਕਈ ਸੰਤ ਮਹਾਤਮਾ ਦੁਆਰਾ ਕਈ ਯੁੱਗਾਂ ਵਿੱਚ ਦੁਹਰਾਇਆ ਗਿਆ ਹੈ, ਇਸ ਲਈ ਇਹੋ ਜਿਹੇ ਮੌਕੇ ਗੁਆਉਣੇ ਨਹੀਂ ਚਾਹੀਦੇ। ਮੈਨੂੰ ਹਮੇਸ਼ਾ ਇਹ ਮਹਿਸੂਸ ਹੁੰਦਾ ਹੈ ਕਿ ਹਰ ਸਾਲ ਇਹ ਦਿਨ 2 ਅਪ੍ਰੈਲ ਭੰਡਾਰੇ ਦਾ ਦਿਨ, ਇਹ ਉਹ ਦਿਨ ਹੈ ਜਦੋਂ ਤੁਸੀਂ ਵਿਸ਼ੇਸ਼ ਬਖਸ਼ਿਸ਼ ਪ੍ਰਾਪਤ ਕਰ ਸਕਦੇ ਹੋ। ਮੌਕਾ ਨਾ ਗਵਾਓ। ਆਪਣੇ ਕੱਪਾਂ ਨੂੰ ਭਰਨ ਲਈ ਬਸ ਇਸ ਦੀ ਹੀ ਲੋੜ ਹੈ ਕਿ ਤੁਸੀਂ ਆਪਣਾ ਪਿਆਲਾ ਸਹੀ ਦਿਸ਼ਾ ਵਿੱਚ ਰੱਖੋ। ਉਹ ਕਿਹੜਾ ਪਿਆਲਾ ਹੈ ਜਿਸ ਦੀ ਮੈਂ ਗੱਲ ਕਰ ਰਿਹਾ ਹਾਂ? ਉਹ ਹੈ ਤੁਹਾਡੇ ਆਪਣੇ ਮਨ ਦਾ, ਤੁਹਾਡੀ ਆਪਣੀ ਸਮਝ ਦਾ, ਆਪਣੀ ਖੁਦ ਦੀ ਜਿਗਿਆਸਾ ਦਾ, ਤੁਹਾਡੀ ਭਾਵਨਾ ਦਾ ਪਿਆਲਾ। ਤੁਸੀਂ ਸੋਚ ਰਹੇ ਹੋ, ਮੈਨੂੰ ਇਹ ਕੰਮ ਹੈ, ਉਹ ਕੰਮ ਖਤਮ ਕਰਨਾ ਹੈ, ਬੱਚਿਆਂ ਬਾਰੇ, ਮੇਰੇ ਪਰਿਵਾਰ ਦਾ ਕੀ ਹੋਵੇਗਾ, ਉਸ ਜਗ੍ਹਾ ਬਾਰੇ, ਤਾਂ ਪਿਆਲੇ ਦੀ ਦਿਸ਼ਾ ਬਦਲ ਜਾਂਦੀ ਹੈ। ਇਹ ਤਵੱਜੋ ਦਾ ਪਿਆਲਾ ਹੈ। ਬਖਸ਼ਿਸ਼ਾਂ ਬਾਰਿਸ਼ ਵਰਗੀਆਂ ਹੁੰਦੀਆਂ ਹਨ। ਜੇ ਤੁਸੀਂ ਪਿਆਲੇ ਨੂੰ ਮੂੰਹ ਤੋਂ ਉਲਟੀ ਦਿਸ਼ਾ ਵੱਲ ਮੋੜ ਦਿਓਗੇ ਤਾਂ ਕਦੇ ਨਹੀਂ ਭਰੇਗਾ, ਚਾਹੇ ਕਿੰਨੀ ਵੀ ਜ਼ੋਰਦਾਰ ਬਾਰਿਸ਼ ਹੋ ਰਹੀ ਹੋਵੇ। ਪਰ ਜੇਕਰ ਤੁਸੀਂ ਉਸਦੀ ਦਿਸ਼ਾ ਥੋੜ੍ਹੀ ਜਿਹੀ ਬਾਰਿਸ਼ ਵੱਲ ਮੋੜੋਗੇ ਤਾਂ ਕੁਛ ਤੁਪਕੇ ਇਸ ਵਿੱਚ ਗਿਣਗੇ, ਅਤੇ ਜੇਕਰ ਤੁਸੀਂ ਇਸਦੀ ਦਿਸ਼ਾ ਨੂੰ ਪੂਰਾ ਬਾਰਿਸ਼ ਵੱਲ ਮੋੜ ਦਿਓਗੇ ਤਾਂ ਇਹ ਬਹੁਤ ਜਲਦੀ ਭਰ ਜਾਵੇਗਾ। ਸਭ ਮਸਲਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਤਵੱਜਾ ਨੂੰ ਕਿਸ ਤਰ੍ਹਾਂ ਉਸ ਵਗ ਰਹੀ ਕਿਰਪਾ ਵੱਲ ਮੋੜ ਕੇ ਕਿੰਨੀਆਂ ਕੁ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਾਂ। ਅੱਜ ਕਿਰਪਾ ਦਾ ਪ੍ਰਵਾਹ ਚੱਲ ਰਿਹਾ ਹੈ, ਇਹ ਇੱਕ ਮਹਾਨ ਦਿਨ ਹੈ। ਇੱਥੇ ਆਉਣ ਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਭਾਵੇਂ ਤੁਸੀਂ ਇੱਥੇ ਨਾ ਵੀ ਹੁੰਦੇ, ਪਰ ਮੈਂ ਤਾਂ ਇੱਥੇ ਹੀ ਹੋਣਾ ਸੀ। ਮੈਂ ਆਪਣੇ ਪਿਆਲੇ ਨੂੰ ਭਰਨਾ ਚਾਹੁੰਦਾ ਹਾਂ, ਚਾਹੇ ਇਹ ਪੂਰਾ ਭਰ ਕੇ ਛਲਕ ਜਾਵੇ, ਕੋਈ ਪਰਵਾਹ ਨਹੀਂ। ਮੈਨੂੰ ਭਰਪੂਰਤਾ ਪਸੰਦ ਹੈ, ਮੈਨੂੰ ਭੰਡਾਰਾ ਪਸੰਦ ਹੈ, ਮੈਨੂੰ ਇਸ ਦਿਨ ਦੇ ਭੰਡਾਰ ਪਸੰਦ ਹਨ, ਜਿੰਨਾ ਜ਼ਿਆਦਾ ਉਨਾ ਹੀ ਵਧੀਆ। ਰੂਪ ਵਿੱਚ ਇਹਨਾਂ ਬਖਸ਼ਿਸ਼ਾਂ ਨੂੰ ਗ੍ਰਹਿਣ ਕਰਨ ਦੀ ਕੋਈ ਸੀਮਾ ਨਹੀਂ ਹੁੰਦੀ। ਸਰੀਰ ਬਹੁਤ ਜ਼ਿਆਦਾ ਗ੍ਰਹਿਣ ਨਹੀਂ ਕਰ ਸਕਦਾ, ਇਸ ਦੀ ਸੀਮਾ ਹੁੰਦੀ ਹੈ। ਇੰਦਰੀਆਂ ਜ਼ਿਆਦਾ ਨਹੀਂ ਗ੍ਰਹਿਣ ਕਰ ਸਕਦੀਆਂ, ਸਾਡਾ ਮਨ ਜ਼ਿਆਦਾ ਨਹੀਂ ਗ੍ਰਹਿਣ ਕਰ ਸਕਦਾ, ਇਹਨਾਂ ਦੀਆਂ ਹੱਦਾਂ ਹੁੰਦੀਆਂ ਹਨ, ਪਰ ਰੂਹ ਦੀ ਕੋਈ ਹੱਦ ਨਹੀਂ ਹੁੰਦੀ। ਉਸ ਵਿੱਚ ਬੇਅੰਤ ਕਿਰਪਾ ਨੂੰ ਗ੍ਰਹਿਣ ਕਰਨ ਦੀ ਸ਼ਕਤੀ ਹੁੰਦੀ ਹੈ। ਜਿਵੇਂ ਕਿ ਇੱਕ ਕਵੀ ਨੇ ਰੂਹ ਬਾਰੇ ਕਿਹਾ ਹੈ, ਇਸ ਦਾ ਖਾਣਾ ਹੀ ਇਸ ਨੂੰ ਹੋਰ ਭੁੱਖਾ ਬਣਾ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਹਮੇਸ਼ਾ ਹੋਰ ਮੰਗੋਗੇ, ਹੋਰ। ਰੂਹ ਹਰ ਵੇਲੇ ਜ਼ਿਆਦਾ ਲਈ ਵਿਆਕੁਲ ਰਹਿੰਦੀ ਹੈ। ਇਸ ਨੂੰ ਜਿੰਨਾ ਜ਼ਿਆਦਾ ਮਿਲੇ ਉਹ ਉਸ ਨੂੰ ਜਜ਼ਬ ਕਰ ਸਕਦੀ ਹੈ।
ਹਜ਼ਮ ਕਰ ਸਕਦੀ ਹੈ। ਇਹ ਆਤਮਾ ਹੀ ਇੱਕ ਜਗਿਆਸੂ ਵਿੱਚ ਬੋਲਦੀ ਹੈ। ਰੂਹ ਬਖਸ਼ਿਸ਼ਾਂ ਚਾਹੁੰਦੀ ਹੈ, ਨਾ ਕਿ ਮਨ। ਇਸ ਲਈ ਅੱਜ ਇੱਕ ਮਹਾਨ ਦਿਨ ਹੈ। ਉਹ ਕਹਿੰਦੇ ਹਨ, ਆਪਣੀਆਂ ਝੋਲੀਆਂ ਅੱਡ ਲਓ ਅਤੇ ਆਪਣੇ ਮਨ ਨੂੰ ਖੋਲ੍ਹੋ। ਆਪਣੇ ਪਿਆਲੇ ਦੀ ਦਿਸ਼ਾ ਸਿੱਧੀ ਕਰ ਲਓ, ਜਿਵੇਂ ਵੀ ਹੈ। ਇਹ ਸਾਰਿਆਂ ਦਾ ਅਰਥ ਇੱਕ ਹੀ ਹੈ ਕਿ ਤੁਸੀਂ ਆਪਣੀ ਤਵੱਜੋ ਨੂੰ ਉਸ 'ਤੇ ਪਾ ਕੇ ਜਿਤਨਾ ਪ੍ਰਾਪਤ ਕਰ ਸਕਦੇ ਹੋ ਕਰੋ। ਉਹ ਕਿਰਪਾ ਲੈਣ ਲਈ ਗ੍ਰਹਿਣਸ਼ੀਲਤਾ ਧਾਰਨ ਕਰੋ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ, ਮੈਂ ਮਹਿਸੂਸ ਕਰ ਸਕਦਾ ਹਾਂ ਕਿ ਇਹ ਹੀ ਉਹ ਸਪੈਸ਼ਲ ਪਲ ਹੈ ਜਿਸ ਲਈ ਤੁਸੀਂ ਇੱਥੇ ਆਏ ਸੀ। ਇਹ ਹੀ ਉਹ ਸਮਾਂ ਹੈ ਜਦੋਂ ਅਸੀਂ ਆਪਣਾ ਪਿਆਲਾ ਭਰ ਸਕਦੇ ਹਾਂ। ਕੀ ਤੁਸੀਂ ਤਿਆਰ ਹੋ? ਤੁਹਾਡੇ ਵਿੱਚੋਂ ਕਿੰਨੇ ਕੁ ਆਪਣਾ ਪਿਆਲਾ ਭਰਨ ਲਈ ਤਿਆਰ ਹਨ? ਆਓ ਭਜਨ ਸਿਮਰਨ ਕਰੀਏ ਅਤੇ ਇਹਨਾਂ ਅਸੀਸਾਂ ਨੂੰ ਆਪਣੀ ਤਵੱਜੋ ਦੇ ਪਿਆਲਿਆਂ ਵਿੱਚ ਪ੍ਰਾਪਤ ਕਰੀਏ। ਆਪਣੀ ਸਾਰੀ ਤਵੱਜੋ ਨੂੰ ਇਸ ਬਖਸ਼ਿਸ਼ ਲੈਣ ਉੱਤੇ ਪਾਓ। ਤੁਹਾਨੂੰ ਇਹ ਸਾਰੀ ਕਿਰਪਾ ਤੁਹਾਡੇ ਪਿਆਲੇ ਵਿੱਚ ਪ੍ਰਾਪਤ ਹੋ ਜਾਵੇਗੀ, ਜੋ ਅੱਖਾਂ ਦੇ ਪਿੱਛੇ ਤੁਹਾਡੀ ਤੀਜੀ ਅੱਖ ਦੇ ਕੇਂਦਰ ਵਿੱਚ ਹੈ, ਜਿੱਥੇ ਬੈਠਣ ਦਾ ਤੁਸੀਂ ਇਹਨਾਂ ਦਿਨਾਂ ਵਿੱਚ ਅਭਿਆਸ ਕਰ ਰਹੇ ਹੋ। ਤਾਂ ਆਪਣੀ ਅੱਖਾਂ ਬੰਦ ਕਰ ਲਓ, ਉਸ ਜਗ੍ਹਾ ਵਾਪਸ ਜਾਓ, ਭਾਲੋ ਅਤੇ ਇਸ ਨੂੰ ਲਓ। ਜੋ ਤੁਸੀਂ ਚਾਹੋਗੇ ਉਹ ਪ੍ਰਾਪਤ ਹੋ ਜਾਵੇਗਾ। ਜਦੋਂ ਮੈਂ ਅੰਦਰ ਆਇਆ ਤਾਂ ਇੱਕ ਸ਼ਬਦ ਗਾਇਆ ਜਾ ਰਿਹਾ ਸੀ, ਜੋ ਮੰਗ ਗਏ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ। ਇਹ ਹੀ ਹੈ ਉਹ ਪਲ ਜਦੋਂ ਤੁਸੀਂ ਜੋ ਵੀ ਚਾਹੁੰਦੇ ਹੋ ਉਸਨੂੰ ਪ੍ਰਾਪਤ ਕਰ ਸਕਦੇ ਹੋ। ਇਹ ਉਹਨਾਂ ਪਲਾਂ ਵਿੱਚੋਂ ਇੱਕ ਹੈ। ਇਸ ਲਈ ਆਪਣੀਆਂ ਅੱਖਾਂ ਬੰਦ ਕਰੋ, ਅੰਦਰ ਵੱਲ ਜਾਵੋ, ਮੰਗ ਕਰੋ ਅਤੇ ਲਓ, ਅਤੇ ਵੱਡੇ ਮਹਾਰਾਜ ਦੀਆਂ ਅਸੀਸਾਂ ਨੂੰ ਆਉਂਦੇ ਦੇਖੋ। ਆਪਣੀਆਂ ਅੱਖਾਂ ਬੰਦ ਰੱਖੋ ਜਦੋਂ ਤੱਕ ਮੈਂ 5 ਗਿਣਦਾ ਹਾਂ। 1, 2, 3, 4, 5। ਆਪਣੀਆਂ ਅੱਖਾਂ ਖੋਲ੍ਹੋ। ਵਾਪਸ ਆਉਣ 'ਤੇ ਸਵਾਗਤ ਹੈ। ਮੁਬਾਰਕ ਹੋਵੇ। ਤੁਹਾਡੇ ਵਿੱਚੋਂ ਕਿੰਨੇ ਕੁ ਜਾਣੇ ਖੁਸ਼ ਹਨ? ਬਹੁਤ ਅੱਛਾ, ਤੁਸੀਂ ਸਭ ਵੱਡੇ ਭਾਗੀ ਹੋ। ਭਾਵੇਂ ਤੁਸੀਂ ਕਹੋ ਕਿ ਤੁਸੀਂ ਖੁਸ਼ ਹੋ ਜਾਣਾ, ਮੈਂ ਇਸ ਨੂੰ ਦੇਖਿਆ ਹੈ। ਉਹਨਾਂ ਦੀਆਂ ਅਸੀਸਾਂ ਨੇ ਤੁਹਾਡੇ ਸਾਰਿਆਂ ਨੂੰ ਛੋਇਆ। ਮੈਂ ਇਸ ਨੂੰ ਦੇਖਿਆ। ਮੈਂ ਇਸ ਤੱਥ ਦਾ ਗਵਾਹ ਹਾਂ ਕਿ ਵੱਡੇ ਮਹਾਰਾਜ ਜੀ ਨੇ ਤੁਹਾਡੇ ਸਿਰ 'ਤੇ ਆਪਣਾ ਹੱਥ ਰੱਖ ਕੇ ਤੁਹਾਨੂੰ ਅਸੀਸ ਦਿੱਤੀ। ਇਹ ਇੱਕ ਬਹੁਤ ਵਧੀਆ ਪਲ ਹੈ। ਮੈਂ ਤੁਹਾਡੇ ਨਾਲ ਹੋਣ 'ਤੇ ਬਹੁਤ ਖੁਸ਼ ਹਾਂ। ਜਦੋਂ ਮੈਂ ਇੱਥੋਂ ਜਾਵਾਂਗਾ, ਜਿਵੇਂ ਜੋਨਾਥਨ ਨੇ ਐਲਾਨ ਕੀਤਾ ਹੈ, ਤੁਹਾਡੀ ਇਜਾਜ਼ਤ ਨਾਲ ਅਤੇ ਜੋਨਾਥਨ ਦੀ ਇਜਾਜ਼ਤ ਨਾਲ ਜਾ ਕੇ ਮੈਂ ਉਸ ਖਾਣੇ ਨੂੰ ਜੋ ਤੁਸੀਂ ਖਾਣ ਜਾ ਰਹੇ ਹੋ ਉਸਨੂੰ ਵੱਡੇ ਮਹਾਰਾਜ ਦਾ ਆਸ਼ੀਰਵਾਦ ਪਹੁੰਚਾ ਦੇਵਾਂਗਾ। ਭੰਡਾਰੇ ਦੇ ਦਿਨ ਦਾ ਖਾਣਾ ਵੀ ਦੂਜੇ ਦਿਨਾਂ ਤੋਂ ਥੋੜ੍ਹਾ ਵੱਖਰਾ ਹੁੰਦਾ ਹੈ। ਇਸ ਖਾਣੇ ਵਿੱਚ ਸਤਿਗੁਰੂ ਦੀਆਂ ਸਭ ਤੋਂ ਚੰਗੀਆਂ ਅਸੀਸਾਂ ਅਤੇ ਬਖਸ਼ਿਸ਼ਾਂ ਹੁੰਦੀਆਂ ਹਨ। ਭੋਜਨ ਕੇਵਲ ਇੱਕ ਢਿੱਡ ਵਿੱਚ ਪਾਉਣ ਅਤੇ ਹਜ਼ਮ ਕਰਨ ਦੀ ਵਸਤੂ ਹੈ, ਪਰ ਖਾਣੇ ਨਾਲ ਸੰਬੰਧ ਇਸ ਨੂੰ ਵੱਖ ਬਣਾਉਂਦਾ ਹੈ। ਜਦੋਂ ਮੈਂ ਇਹ ਕਹਿੰਦਾ ਹਾਂ ਇਹ ਬਖਸ਼ਿਆ ਹੋਇਆ ਖਾਣਾ ਹੈ, ਤਾਂ ਤੁਸੀਂ ਇਸ ਨੂੰ ਹੋਰ ਭੋਜਨ ਨਾਲੋਂ ਵੱਖ ਸਮਝੋਗੇ। ਤੁਹਾਨੂੰ ਇਸ ਦਾ ਸਵਾਦ ਅਲੱਗ ਹੀ ਲੱਗੇਗਾ। ਜੇਕਰ ਮੈਂ ਅਜਿਹਾ ਨਾ ਕਹਿੰਦਾ ਕਿ ਇਹ ਬਖਸ਼ਿਆ ਹੋਇਆ ਹੈ, ਤਾਂ ਤੁਹਾਨੂੰ ਇਹ ਪਤਾ ਨਹੀਂ ਲੱਗੇਗਾ, ਪਰ ਮੈਂ ਇਸ ਖਾਣੇ ਦਾ ਬਖਸ਼ਿਸ਼ਾਂ ਨਾਲ ਇੱਕ ਰਿਸ਼ਤਾ ਬਣਾ ਰਿਹਾ ਹਾਂ। ਇਸੇ ਤਰ੍ਹਾਂ ਅੱਜ ਪ੍ਰੋਗਰਾਮ ਦੇ ਅਖੀਰ ਵਿੱਚ ਕੁਛ ਪ੍ਰਸ਼ਾਦ ਵੀ ਵੰਡਿਆ ਜਾਵੇਗਾ, ਜੋ ਕਿ ਇੱਕ ਸਧਾਰਨ ਭੋਜਨ ਹੋਵੇਗਾ, ਪਰ ਉਸ ਵਿੱਚ ਸਤਿਗੁਰੂ ਦੀਆਂ ਬਖਸ਼ਿਸ਼ਾਂ ਮਿਲੀਆਂ ਹੋਣਗੀਆਂ, ਜਿਸ ਕਰਕੇ ਉਹ ਸਧਾਰਨ ਆਮ ਭੋਜਨ ਨਹੀਂ ਰਹੇਗਾ। ਇਸ ਦਾ ਇਹ ਮਤਲਬ ਨਹੀਂ ਕਿ ਭੋਜਨ ਦੇ ਕਣਾਂ ਦੀ ਬਣਤਰ ਬਦਲ ਜਾਵੇਗੀ। ਇਸ ਦਾ ਇਹ ਮਤਲਬ ਨਹੀਂ ਕਿ ਉਹ ਕੁਝ ਵੱਖਰਾ ਬਣ ਜਾਵੇਗਾ। ਭੋਜਨ ਉਹੀ ਹੈ, ਪਰ ਜਦੋਂ ਤੁਸੀਂ ਇਸ ਨੂੰ ਖਾਵੋਗੇ ਤਾਂ ਇਸ ਦਾ ਸੰਬੰਧ ਸਤਿਗੁਰੂ ਨਾਲ ਹੋਵੇਗਾ, ਅਤੇ ਇਹੀ ਪ੍ਰਸ਼ਾਦ ਦੀ ਮਹੱਤਤਾ ਹੈ। ਪ੍ਰਸ਼ਾਦ ਦਾ ਭਾਵ ਹੈ ਹਰ ਵਾਰ ਜਦੋਂ ਤੁਸੀਂ ਉਸਨੂੰ ਵੇਖੋਗੇ, ਹਰ ਵਾਰ ਜਦੋਂ ਤੁਸੀਂ ਇਸ ਨੂੰ ਗ੍ਰਹਿਣ ਕਰੋਗੇ, ਹਰ ਵਾਰ ਤੁਹਾਡਾ ਉਸ ਨਾਲ ਕੁਛ ਵੀ ਲੈਣਾ ਦੇਣਾ ਹੋਵੇਗਾ, ਉਹ ਤੁਹਾਨੂੰ ਤੁਹਾਡੇ ਸਤਿਗੁਰੂ ਦੀ ਯਾਦ ਦਿਵਾਵੇਗਾ। ਇਹ ਹੈ ਪ੍ਰਸ਼ਾਦ ਦੀ ਮਹੱਤਤਾ। ਇਸ ਲਈ ਪ੍ਰਸ਼ਾਦ ਬਖਸ਼ਿਸ਼ਾ ਭਰਿਆ ਭੋਜਨ ਹੈ। ਤੁਸੀਂ ਸਾਰੇ ਜਾਣੇ ਅੱਜ 2 ਵਾਰ ਇਹ ਅਸੀਸਾ ਭਰਿਆ ਭੋਜਨ ਖਾਵੋਗੇ, 1 ਦੁਪਹਿਰ ਦੇ ਖਾਣੇ ਦੇ ਸਮੇਂ ਅਤੇ 1 ਪ੍ਰੋਗਰਾਮ ਦੇ ਅਖੀਰ 'ਤੇ। ਇਸ ਲਈ ਜੋ ਪ੍ਰਸ਼ਾਦ ਤੁਸੀਂ ਆਪਣੇ ਨਾਲ ਲੈ ਕੇ ਜਾਂਦੇ ਹੋ ਉਸਨੂੰ ਥੋੜ੍ਹਾ ਥੋੜ੍ਹਾ ਖੜ ਕੇ ਖਾਵੋ, ਤਾਂ ਕਿ ਉਹ ਜ਼ਿਆਦਾ ਦੇਰ ਤੱਕ ਖਤਮ ਹੋਵੇ, ਕਿਉਂਕਿ ਇਹ ਜਿੰਨੀ ਦੇਰ ਨਾਲ ਖਤਮ ਹੋਵੇਗਾ ਉਨੀ ਦੇਰ ਤੁਸੀਂ ਸਤਿਗੁਰੂ ਨੂੰ ਯਾਦ ਕਰ ਸਕੋਗੇ, ਅਤੇ ਇਹ ਦੇਰ ਤੱਕ ਤੁਸੀਂ ਵਧੀਆ ਅਭਿਆਸ ਕਰ ਸਕੋਗੇ। ਜੇਕਰ ਇਹ ਘੱਟ ਰਹਿ ਜਾਂਦਾ ਹੈ
ਤਾਂ ਪ੍ਰਸ਼ਾਦ ਵਾਂਗ ਜੋ ਚੀਜ਼ ਦਿੱਤੀ ਗਈ ਹੈ ਉਹ ਕੁਝ ਹੋਰ ਲੈ ਲਵੋ, ਦੋਹਾਂ ਨੂੰ ਮਿਲਾਓ, ਚੰਗੀ ਤਰ੍ਹਾਂ ਹਿਲਾ ਲਓ ਤਾਂ ਜੋ ਉਸ 'ਤੇ ਵੀ ਪ੍ਰਸ਼ਾਦ ਵਰਗੀ ਕਿਰਪਾ ਹੋ ਜਾਵੇ। ਅਸੀਂ ਅਜਿਹਾ ਹੀ ਕਰਦੇ ਸੀ, ਉਹ ਪ੍ਰਸ਼ਾਦ ਦੇ ਰੂਪ ਵਿੱਚ ਮੁਰਮਰੇ ਦਿੰਦੇ ਸਨ ਅਤੇ ਅਸੀਂ ਇੱਦਾਂ ਹੀ ਕਰਦੇ। ਜੇਕਰ ਉਹ ਥੋੜ੍ਹੇ ਰਹਿ ਜਾਂਦੇ ਤਾਂ ਅਸੀਂ ਉਸ ਵਿੱਚ ਕੁਝ ਹੋਰ ਮੁਰਮਰੇ ਮਿਲਾ ਦਿੰਦੇ ਅਤੇ ਕੁਝ ਸਾਡੇ ਮਨ ਲਈ ਸੀ, ਕਿਉਂਕਿ ਸਾਡਾ ਮਨ ਕਹਿੰਦਾ ਸੀ ਮੁਰਮਰੇ ਦਾ ਇਹ ਹਿੱਸਾ ਪ੍ਰਸ਼ਾਦ ਹੈ, ਇਹ ਹਿੱਸਾ ਸ਼ਾਇਦ ਨਹੀਂ। ਪਰ ਅਸੀਂ ਉਸ ਵਰਗੇ ਦਿਖਣ ਵਾਲੇ ਮੁਰਮਰੇ ਮਿਲਾਉਂਦੇ ਤਾਂ ਜੋ ਸਾਨੂੰ ਪਤਾ ਨਾ ਲੱਗੇ ਕਿ ਕਿਹੜਾ ਕੀ ਹੈ, ਅਤੇ ਕਦੀ ਕਦੀ ਅਸੀਂ ਥੋੜ੍ਹਾ ਜਿਹਾ ਵਾਧੂ ਪ੍ਰਸ਼ਾਦ ਲੈ ਲੈਂਦੇ ਇਹ ਯਕੀਨੀ ਬਣਾਉਣ ਲਈ ਕਿ ਪ੍ਰਸ਼ਾਦ ਦਾ ਇੱਕ ਦਾਣਾ ਆ ਜਾਵੇ। ਕੀ ਤੁਹਾਨੂੰ ਪਤਾ ਹੈ ਕਿ ਇੱਦਾਂ ਕਰਦੇ ਹੋਏ ਵੀ ਅਸੀਂ ਲਗਾਤਾਰ ਸਤਿਗੁਰੂ ਬਾਰੇ ਸੋਚ ਰਹੇ ਹੁੰਦੇ ਹਾਂ? ਪ੍ਰਸ਼ਾਦ ਨਾਲ ਇਹ ਖੇਡ ਖੇਡਦੇ ਹੋਏ ਸਾਡੇ ਵਿਚਾਰ ਸਤਿਗੁਰੂ ਦੀ ਤਰਫ ਰਹਿੰਦੇ ਹਨ। ਇਸ ਲਈ ਅਭਿਆਸ ਕਰਨ ਦਾ ਅਸਲ ਤਰੀਕਾ ਹੈ ਸਤਿਗੁਰੂ ਨੂੰ ਯਾਦ ਕਰਨਾ। ਇਸ ਵਰਗਾ ਕੁਝ ਹੋਰ ਹੋ ਹੀ ਨਹੀਂ ਸਕਦਾ। ਜੇਕਰ ਤੁਸੀਂ ਸਤਿਗੁਰੂ ਨੂੰ ਯਾਦ ਕਰਦੇ ਹੋ ਤਾਂ ਉਹ ਅਭਿਆਸ ਹੈ, ਕਿਉਂਕਿ ਜੇ ਤੁਸੀਂ ਸਤਿਗੁਰੂ ਨੂੰ ਯਾਦ ਕਰਦੇ ਹੋ ਤਾਂ ਤੁਸੀਂ ਸਤਿਗੁਰੂ ਨਾਲ ਲਗਾਤਾਰ ਇੱਕ ਪਿਆਰ ਵਾਲਾ ਰਿਸ਼ਤਾ ਬਣਾ ਰਹੇ ਹੁੰਦੇ ਹੋ ਅਤੇ ਨਿਰੰਤਰ ਕੁਝ ਐਸਾ ਬਣਾਉਂਦੇ ਹੋ ਜੋ ਤੁਹਾਨੂੰ ਮਨ ਤੋਂ ਉੱਪਰ ਲੈ ਜਾਵੇਗਾ। ਇਹਨਾਂ ਸਾਰੇ ਦਿਨਾਂ ਤੋਂ ਮੈਂ ਕਈ ਚੀਜ਼ਾਂ ਦੀ ਮਹੱਤਤਾ ਬਾਰੇ ਜ਼ਿਕਰ ਕਰ ਰਿਹਾ ਹਾਂ, ਉਹਨਾਂ ਨੂੰ ਨਾ ਭੁੱਲੋ। ਨਿਯਮਤ ਤਰੀਕੇ ਨਾਲ ਅਭਿਆਸ ਕਰੋ, ਕਦੇ ਕਦੇ ਨਹੀਂ, ਇਹ ਇੱਕੋ ਗੱਲ ਨਹੀਂ। ਜੇਕਰ ਤੁਸੀਂ ਥੋੜ੍ਹਾ ਜਿਹਾ ਵੀ ਕਰਦੇ ਹੋ, ਕਦੇ ਕਦੇ ਮੈਂ ਕਹਿੰਦਾ ਹਾਂ ਇੱਕ ਮਿੰਟ ਲਈ ਵੀ ਕਰੋ, ਉਸ ਜਮਾਤ ਵਿੱਚ ਹਾਜ਼ਰੀ ਜ਼ਰੂਰ ਲਗਵਾਓ। ਇਹੀ ਕਰਦੇ ਸੀ ਅਸੀਂ। ਇਸ ਦਾ ਮਤਲਬ ਹੈ ਕਲਾਸ ਵਿੱਚ ਕੇਵਲ ਹਾਜ਼ਰ ਹੋਵੋ, ਕਹੋ ਹਾਂ ਮੈਂ ਹਾਜ਼ਰ ਹਾਂ, ਸਤਿਗੁਰੂ ਮੈਂ ਹਾਜ਼ਰ ਹਾਂ। ਆਪਣੀਆਂ ਅੱਖਾਂ ਬੰਦ ਕਰ ਲਓ, ਸਤਿਗੁਰੂ ਨੂੰ ਦੇਖੋ, ਕਹੋ ਸਤਿਗੁਰੂ ਮੈਂ ਹਾਜ਼ਰ ਹਾਂ, ਕੀ ਮੈਂ ਹੁਣ ਜਾ ਸਕਦਾ ਹਾਂ? ਠੀਕ ਹੈ, ਪਰ ਜਿੱਥੇ ਤੁਸੀਂ ਜਾਂਦੇ ਹੋ ਉੱਥੇ ਵੀ ਮੈਨੂੰ ਯਾਦ ਰੱਖੋ। ਇਹ ਠੀਕ ਹੈ। ਇਸ ਲਈ ਜਿੱਥੇ ਕਿਤੇ ਵੀ ਅਸੀਂ ਜਾਂਦੇ ਹਾਂ ਉੱਥੇ ਸਤਿਗੁਰੂ ਨੂੰ ਯਾਦ ਕਰਦੇ ਹਾਂ। ਇਸ ਲਈ ਅਭਿਆਸ ਵਿੱਚ ਨਿਯਮਤ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਖੁਰਾਕ ਦਾ ਧਿਆਨ ਰੱਖੋ। ਲੋਕ ਸੋਚਦੇ ਹਨ ਕਿ ਸ਼ਾਕਾਹਾਰੀ ਹੋਣਾ ਹੀ ਕਾਫੀ ਹੈ, ਇਹ ਕਾਫੀ ਨਹੀਂ ਹੈ। ਤੁਹਾਨੂੰ ਹਲਕਾ ਸ਼ਾਕਾਹਾਰੀ ਹੋਣਾ ਚਾਹੀਦਾ ਹੈ। ਜੇ ਤੁਸੀਂ ਜ਼ਿਆਦਾ ਸ਼ਾਕਾਹਾਰੀ ਖਾਣਾ ਖਾ ਲੈਂਦੇ ਹੋ ਤਾਂ ਤੁਸੀਂ ਸੁਸਤ ਅਤੇ ਆਲਸੀ ਹੋ ਜਾਂਦੇ ਹੋ ਅਤੇ ਅਭਿਆਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਸਾਰੇ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹਾਂ। ਮੈਂ ਵੀ ਲੋੜ ਤੋਂ ਜ਼ਿਆਦਾ ਖਾਂਦਾ ਹਾਂ। ਮੈਂ ਇਸ ਵਿਸ਼ੇ 'ਤੇ ਗੱਲ ਕਰਨ ਲਈ ਬਹੁਤ ਕਾਬਲ ਨਹੀਂ। ਲੋਕ ਮੈਨੂੰ ਇੱਕ ਦਿਨ ਹੀ 2-3 ਵਾਰ ਲੰਚ ਖਵਾ ਦਿੰਦੇ ਹਨ, ਕਈ ਵਾਰੀ ਉਸੇ ਦਿਨ 3 ਵਾਰ ਡਿਨਰ ਵੀ ਕਰਵਾ ਦਿੰਦੇ ਹਨ। ਭਾਵੇਂ ਉਹਨਾਂ ਖਾਣਿਆਂ ਨੂੰ ਮੈਂ ਬਹੁਤ ਘੱਟ ਹਲਕਾ ਖਾਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਫਿਰ ਵੀ ਜੇ ਸੰਖਿਆ ਵੱਧ ਜਾਵੇ ਤਾਂ ਤੁਸੀਂ ਜ਼ਿਆਦਾ ਖਾ ਲੈਂਦੇ ਹੋ। ਮੈਨੂੰ ਪਤਾ ਹੈ ਕਿ ਅਸੀਂ ਜਿੰਨਾ ਖਾਂਦੇ ਹਾਂ ਜੇਕਰ ਉਸ ਤੋਂ ਅੱਧਾ ਵੀ ਖਾਈਏ ਤਾਂ ਵੀ ਬਹੁਤ ਤੰਦਰੁਸਤ ਰਹਾਂਗੇ, ਪਰ ਅਸੀਂ ਜ਼ਿਆਦਾ ਖਾ ਲੈਂਦੇ ਹਾਂ। ਪਰ ਇਸ ਗੱਲ ਦਾ ਖਿਆਲ ਰੱਖੋ, ਤੁਸੀਂ ਜਿਤਨਾ ਹਲਕਾ ਖਾਵੋਗੇ ਉਤਨਾ ਹੀ ਚੰਗਾ ਅਭਿਆਸ ਅਤੇ ਤਵੱਜੋ ਨੂੰ ਕੇਂਦਰਿਤ ਕਰ ਸਕੋਗੇ। ਤੁਸੀਂ ਵੇਖੋਗੇ ਕਿ ਇਸ ਨਾਲ ਤੁਹਾਡੀ ਸਪਸ਼ਟਤਾ ਵਿੱਚ ਸੁਧਾਰ ਹੁੰਦਾ ਹੈ। ਅਭਿਆਸ ਤੁਹਾਡੀ ਸੋਚ ਦੀ ਸਪਸ਼ਟਤਾ ਵਿੱਚ ਸੁਧਾਰ ਕਰਦਾ ਹੈ ਅਤੇ ਇਸ ਨਾਲ ਤੁਹਾਡੀ ਸਮਝਣ ਦੀ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ। ਅਭਿਆਸ ਨਾਲ ਤੁਹਾਡੇ ਕਿੱਤੇ 'ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ। ਅਭਿਆਸ ਹਰੇਕ ਦਿਸ਼ਾ ਵਿੱਚ ਸੁਧਾਰ ਕਰਦਾ ਹੈ। ਇਸ ਦਾ ਕੇਵਲ ਅਧਿਆਤਮਕ ਲਾਭ ਨਹੀਂ ਬਲਕਿ ਹੋਰ ਵੀ ਕਈ ਲਾਭ ਹਨ। ਇਹ ਤੁਹਾਨੂੰ ਹਰ ਚੀਜ਼ ਵਿੱਚ ਨਿਪੁੰਨ ਬਣਾ ਦਿੰਦਾ ਹੈ। ਇਹ ਤੁਹਾਡੀ ਸਮੁੱਚੀ ਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ। ਇਸ ਲਈ ਅਭਿਆਸ ਬਹੁਤ ਕੀਮਤੀ ਚੀਜ਼ ਹੈ। ਪਰ ਜੇਕਰ ਤੁਸੀਂ ਆਪਣੇ ਆਪ ਨੂੰ ਖਾਣੇ ਨਾਲ ਤੁਲ ਲੈਂਦੇ ਹੋ, ਜੇਕਰ ਤੁਸੀਂ ਮਾਸ ਜਾਂ ਹੋਰ ਭਾਰੀਆਂ ਚੀਜ਼ਾਂ ਖਾਂਦੇ ਹੋ ਜੋ ਤੁਹਾਡੇ ਮਨ ਨਾਲ ਸੰਬੰਧ ਰੱਖਦੀਆਂ ਹਨ, ਜੋ ਤੁਹਾਡੇ ਲਈ ਚੰਗੀਆਂ ਨਹੀਂ ਹਨ, ਅਸੀਂ ਕਿਉਂ ਕਹਿੰਦੇ ਹਾਂ ਮਾਸ ਨਾ ਖਾਓ, ਜਦੋਂ ਕਿ ਖਾਣੇ ਵਿੱਚ ਅਜਿਹਾ ਕੁਛ ਨਹੀਂ ਹੁੰਦਾ ਜੋ ਅਭਿਆਸ ਜਾਂ ਧਿਆਨ ਦੀ ਪ੍ਰਕਿਰਿਆ ਨੂੰ ਵਧਾਵੇ? ਅਸੀਂ ਕਿਉਂ ਕਹਿੰਦੇ ਹਾਂ ਪਹਿਲਾਂ ਸ਼ਾਕਾਹਾਰੀ ਬਣੋ? ਇਸ ਨੂੰ ਇਸ ਤਰ੍ਹਾਂ ਵਿਚਾਰੋ, ਅਭਿਆਸ ਕਰਨਾ ਆਪਣੇ ਆਪ ਨੂੰ ਅੱਖਾਂ ਦੇ ਪਿੱਛੇ ਕੇਂਦਰਿਤ ਕਰਨ ਦੀ ਕਲਾ ਹੈ, ਇਸ ਲਈ ਤਵੱਜੋ ਨੂੰ ਕੇਂਦਰਿਤ ਕਰਨ ਦੀ ਲੋੜ ਹੈ। ਤੁਸੀਂ ਕਿਹੜਾ ਭੋਜਨ ਖਾਂਦੇ ਹੋ, ਕਿੰਨਾ ਖਾਂਦੇ ਹੋ, ਇਹ ਤਵੱਜੋ ਨੂੰ ਕੇਂਦਰਿਤ ਕਰਨ ਦੀ ਪ੍ਰਕਿਰਿਆ ਉੱਤੇ ਅਸਰ ਕਰਦਾ ਹੈ। ਇਸ ਨੂੰ ਇੱਕ ਸਧਾਰਨ ਜਿਹੇ ਉਦਾਹਰਣ ਨਾਲ ਸਮਝਾਉਂਦੇ ਹਾਂ। ਫਰਜ਼ ਕਰੋ ਤੁਸੀਂ ਇੱਕ ਕਿਤਾਬ ਪੜ੍ਹ ਰਹੇ ਹੋ, ਪੜ੍ਹਨ ਲਈ ਤਵੱਜੋ ਦੇਣੀ ਪੈਂਦੀ ਹੈ, ਤੁਸੀਂ ਹਰ ਪੇਜ ਨੂੰ ਪੜ੍ਹਦੇ ਹੋ,
ਇੱਕ ਸਧਾਰਨ ਨਾਵਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਕਿ ਤੁਹਾਨੂੰ ਬਹੁਤ ਗੰਭੀਰਤਾ ਨਾਲ ਇਕਾਗਰ ਹੋਣਾ ਹੋ ਪਵੇ, ਪਰ ਫਿਰ ਵੀ ਤੁਹਾਨੂੰ ਉਸ 'ਤੇ ਧਿਆਨ ਦੇਣਾ ਪੈਂਦਾ ਹੈ। ਤੁਹਾਡੇ ਪੜ੍ਹਨ ਦੀ ਇੱਕ ਵਿਸ਼ੇਸ਼ ਗਤੀ ਹੁੰਦੀ ਹੈ। ਲੋਕਾਂ ਦੀ ਪੜ੍ਹਨ ਦੀ ਗਤੀ ਵੱਖਰੀ ਵੱਖਰੀ ਹੁੰਦੀ ਹੈ। ਕੁਛ ਲੋਕ ਇੱਕ ਪੇਜ ਪੜ੍ਹਨ ਲਈ 1 ਮਿੰਟ ਲੈਂਦੇ ਹਨ, ਕੁਛ ਲੋਕ ਅਜਿਹਾ 40 ਸਕਿੰਟਾਂ ਵਿੱਚ ਕਰ ਸਕਦੇ ਹਨ, ਕੁਛ ਨੂੰ 2 ਕੁ ਮਿੰਟ ਲੱਗ ਸਕਦੇ ਹਨ। ਪਰ ਜੋ ਵੀ ਗਤੀ ਹੋਵੇ, ਤੁਸੀਂ ਕਿਤਾਬ ਪੜ੍ਹਨ ਦੀ ਆਪਣੀ ਸਮਰੱਥਾ ਨੂੰ ਜਾਣਦੇ ਹੋ। ਹੁਣ ਜਾਓ, ਇੱਕ ਆਦਮੀ ਨੂੰ ਮਾਰ ਕੇ ਆਓ ਅਤੇ ਮੁੜ ਉਸੇ ਕਿਤਾਬ ਨੂੰ ਪੜ੍ਹੋ। ਤੁਸੀਂ ਇੱਕੋ ਪੇਜ 'ਤੇ ਬੈਠੇ ਰਹੋਗੇ, ਅੱਗੇ ਨਹੀਂ ਵੱਧ ਸਕੋਗੇ। ਕਿਉਂ? ਤੁਹਾਡੇ ਵੱਲੋਂ ਕਿਤੇ ਕਤਲ ਦਾ ਕਿਤਾਬ ਨਾਲ ਕੀ ਲੈਣਾ ਦੇਣਾ? ਕਿਤਾਬ ਦਾ ਕਤਲ ਨਾਲ ਕੋਈ ਸੰਬੰਧ ਨਹੀਂ ਸੀ। ਕੀ ਹੋਇਆ? ਤੁਹਾਡੀ ਤਵੱਜੋ ਕੇਂਦਰਿਤ ਕਰਨ ਦੀ ਸ਼ਕਤੀ 'ਤੇ ਪ੍ਰਭਾਵ ਹੋਇਆ, ਕਿਉਂਕਿ ਇੱਕ ਮਨੁੱਖ ਦੀ ਜ਼ਿੰਦਗੀ ਨੂੰ ਅੰਤ ਕਰਨ ਦੀ ਕਿਰਿਆ ਨੇ ਤੁਹਾਡੀ ਤਵੱਜੋ ਕੇਂਦਰਿਤ ਕਰਨ ਦੀ ਸ਼ਕਤੀ 'ਤੇ ਅਸਰ ਪਾਇਆ। ਇਹ ਉਦੋਂ ਵੀ ਵਾਪਰਦਾ ਹੈ ਜਦੋਂ ਤੁਸੀਂ ਕਿਸੇ ਜਾਨਵਰ ਦੇ ਜੀਵਨ ਦਾ ਅੰਤ ਕਰ ਦਿੰਦੇ ਹੋ। ਜੇਕਰ ਤੁਸੀਂ ਇੱਕ ਮਨੁੱਖ ਦੀ ਹੱਤਿਆ ਕਰ ਦਿੰਦੇ ਹੋ ਤਾਂ ਤੁਸੀਂ ਕੁਛ ਦੇਰ ਤੱਕ ਕੋਈ ਕਿਤਾਬ ਨਹੀਂ ਪੜ੍ਹ ਸਕਦੇ। ਕੁਛ ਵਾਪਰਦਾ ਹੈ ਅਤੇ ਆਪਣੇ ਆਪ ਨੂੰ ਬਹਾਲ ਕਰਨ ਲਈ ਕੁਛ ਦਿਨ ਲੱਗ ਸਕਦੇ ਹਨ। ਜੇਕਰ ਤੁਸੀਂ ਕਿਸੇ ਜਾਨਵਰ ਨੂੰ ਮਾਰਦੇ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਪੜ੍ਹਨ ਦੀ ਗਤੀ ਘੱਟ ਗਈ ਹੈ। ਹੁਣ ਤੁਸੀਂ ਕਿਤਾਬ ਦੇ ਘੱਟ ਪੇਜ ਪੜ੍ਹ ਪਾਓਗੇ। ਆਪਣੀ ਪਹਿਲੇ ਵਾਂਗ ਪੜ੍ਹਨ ਵਿੱਚ ਤੁਹਾਨੂੰ ਕੁਝ ਸਮਾਂ ਲੱਗੇਗਾ। ਜੇਕਰ ਤੁਸੀਂ ਸਬਜ਼ੀ ਵੀ ਖਾਂਦੇ ਹੋ ਤਾਂ ਵੀ ਇਹ ਪ੍ਰਭਾਵਿਤ ਹੋਵੇਗੀ, ਪਰ ਸਾਨੂੰ ਕੁਛ ਤਾਂ ਖਾਣਾ ਹੀ ਪਵੇਗਾ, ਕਿਉਂਕਿ ਇਸ ਧਰਤੀ ਉੱਤੇ ਬਦਕਿਸਮਤੀ ਨਾਲ ਇਹੀ ਜੀਵਨ ਦਾ ਸਿਧਾਂਤ ਹੈ। ਇੱਕ ਜੀਵਨ ਦੂਜੇ ਜੀਵਨ ਉੱਤੇ ਹੀ ਚੱਲਦਾ ਹੈ। ਅਸੀਂ ਜਿਹੜੇ ਪੌਦੇ ਖਾਂਦੇ ਹਾਂ ਉਹਨਾਂ ਵਿੱਚ ਵੀ ਜੀਵਨ ਹੁੰਦਾ ਹੈ, ਪਰ ਉਹਨਾਂ ਦੀ ਜਾਗਰੂਕਤਾ ਸਾਰੇ ਪ੍ਰਕਾਰ ਦੇ ਜੀਵਨ ਵਿੱਚ ਸਭ ਤੋਂ ਘੱਟ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਉਹਨਾਂ ਵਿੱਚ ਜ਼ਿੰਦਗੀ ਦੀ ਜੋ ਮਾਤਰਾ ਹੁੰਦੀ ਹੈ ਉਹ ਸਭ ਤੋਂ ਘੱਟ ਦਖਲਅੰਦਾਜ਼ੀ ਕਰਦੀ ਹੈ। ਹਰ ਜੀਵ ਵਿੱਚ ਜੀਵਨ ਦੀ ਮਾਤਰਾ ਅਲੱਗ ਹੁੰਦੀ ਹੈ, ਤਾਂ ਫਿਰ ਉਹ ਕਿਸੇ ਜੀਵ ਵਿੱਚ ਕਿੰਨੀ ਹੁੰਦੀ ਹੈ? ਕਿਸੇ ਖਾਸ ਜਾਨਵਰ ਵਿੱਚ, ਕਿਸੇ ਪੰਛੀ ਵਿੱਚ, ਜਾਂ ਕਿਸੇ ਖਾਸ ਕੀੜੇ ਜਾਂ ਖਾਸ ਪੌਦੇ ਵਿੱਚ ਜੀਵਨ ਦੀ ਕਿੰਨੀ ਕੀ ਮਾਤਰਾ ਹੁੰਦੀ ਹੈ? ਇਸ ਮਾਤਰਾ ਦੀ ਮਿਣਤੀ ਉਸ ਪ੍ਰਾਣੀ ਵਿੱਚ ਮੌਜੂਦ ਮੁੱਖ ਤੱਤਾਂ ਦੇ ਆਧਾਰ 'ਤੇ ਨਿਰਭਰ ਕਰਦੀ ਹੈ। ਹਰ ਪਦਾਰਥ 4 ਮੁੱਖ ਤੱਤਾਂ ਤੋਂ ਬਣਿਆ ਹੁੰਦਾ ਹੈ। ਉਹ ਹਨ ਧਰਤੀ, ਪਾਣੀ, ਹਵਾ, ਅੱਗ ਅਤੇ ਆਕਾਸ਼। 5ਵਾਂ ਤੱਤ ਆਕਾਸ਼ ਕੇਵਲ ਮਨੁੱਖਾਂ ਵਿੱਚ ਹੁੰਦਾ ਹੈ, ਇਸ ਲਈ ਅਸੀਂ ਬਾਕੀ ਸਾਰਿਆਂ ਜੀਵਾਂ ਲਈ 4 ਤੱਤਾਂ ਨੂੰ ਲੈਂਦੇ ਹਾਂ। ਇਹਨਾਂ ਵਿੱਚੋਂ ਧਰਤੀ ਸਭ ਤੋਂ ਮਹੱਤਵਪੂਰਨ ਤੱਤ ਹੈ। ਇਹ ਹਰ ਕਿਸੇ ਚੀਜ਼ ਨੂੰ ਠੋਸ ਰੂਪ ਦਿੰਦੀ ਹੈ ਅਤੇ ਅਸੀਂ ਇਸ ਨੂੰ ਧਰਤੀ ਕਹਿੰਦੇ ਹਾਂ। ਇਸ ਦਾ ਮਤਲਬ ਸਿਰਫ ਠੋਸ ਹੈ। ਤੁਸੀਂ ਧਰਤੀ ਦੀ ਬਜਾਏ ਠੋਸ ਸ਼ਬਦ ਨੂੰ ਵੀ ਵਰਤ ਸਕਦੇ ਹੋ। ਪਾਣੀ ਦਾ ਮਤਲਬ ਸਿਰਫ ਤਰਲ ਹੈ, ਦਰਵ ਹੈ। ਤੁਸੀਂ ਪਾਣੀ ਦੀ ਜਗ੍ਹਾ ਤਰਲ ਵੀ ਕਹਿ ਸਕਦੇ ਹੋ। ਫਿਰ ਹਵਾ ਹੈ, ਤੁਸੀਂ ਹਵਾ ਦੀ ਜਗ੍ਹਾ ਵਾਸ਼ਪ ਜਾਂ ਗੈਸ ਸ਼ਬਦ ਦਾ ਪ੍ਰਯੋਗ ਵੀ ਕਰ ਸਕਦੇ ਹੋ। ਅਗਲਾ ਸ਼ਬਦ ਹੈ ਅੱਗ, ਅਜਿਹੀ ਕੋਈ ਚੀਜ਼ ਜਿਸ ਵਿੱਚ ਗਰਮੀ ਹੋਵੇ। ਤੁਸੀਂ ਦੇਖੋਗੇ ਕਿ ਕਈ ਕੀੜੇ ਮਕੌੜਿਆਂ ਵਿੱਚ ਗਰਮੀ ਨਹੀਂ ਹੁੰਦੀ, ਕਈ ਸੱਪਾਂ ਵਿੱਚ ਵੀ ਕੋਈ ਗਰਮੀ ਨਹੀਂ ਹੁੰਦੀ, ਉਹ ਫਿਰ ਵੀ ਜਿਉਂਦੇ ਹਨ। ਬਹੁਤੇ ਜਾਨਵਰਾਂ ਨੂੰ ਜ਼ਰੂਰੀ ਗਰਮੀ ਦੀ ਲੋੜ ਹੁੰਦੀ ਹੈ, ਉਸ ਦੇ ਬਿਨਾਂ ਉਹ ਜਿੰਦਾ ਨਹੀਂ ਰਹਿ ਸਕਦੇ। ਵੱਖੋ ਵੱਖਰੇ ਸਰੀਰ ਵੱਖ ਵੱਖ ਰੂਪਾਂ ਵਿੱਚ ਇਹਨਾਂ ਤੱਤਾਂ ਦੇ ਸੰਯੋਜਨ ਨਾਲ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜੀਵਨ ਰੱਖਿਆ ਜਾ ਸਕਦਾ ਹੈ। ਇੱਕ ਰੂਹ ਰੱਖੀ ਜਾ ਸਕਦੀ ਹੈ। ਜਦੋਂ ਸਿਰਫ ਇੱਕ ਹੀ ਪ੍ਰਮੁੱਖ ਤੱਤ ਹੁੰਦਾ ਹੈ, ਜਿੱਦਾਂ ਕਿ ਪੌਦਿਆਂ ਵਿੱਚ ਪਾਣੀ ਪ੍ਰਮੁੱਖ ਤੱਤ ਹੁੰਦਾ ਹੈ, ਇਹਨਾਂ ਵਿੱਚ 90% ਪਾਣੀ ਹੁੰਦਾ ਹੈ। ਪੌਦਿਆਂ ਦੀ ਜਾਗਰੂਕਤਾ ਦਾ ਪੱਧਰ ਸਭ ਤੋਂ ਨੀਵਾਂ ਹੁੰਦਾ ਹੈ। ਜਦੋਂ ਤੁਸੀਂ ਦੂਜੇ ਪ੍ਰਕਾਰ ਦੇ ਜੀਵਨ, ਹੋਰ ਜਾਨਵਰਾਂ ਨੂੰ ਦੇਖਦੇ ਹੋ ਤਾਂ ਦੇਖੋਗੇ ਕਿ ਉਹਨਾਂ ਵਿੱਚ ਤੱਤਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਕੇਵਲ ਇੱਕ ਮਨੁੱਖ ਹੀ ਹੈ ਜਿਸ ਵਿੱਚ 5ਵਾਂ ਤੱਤ ਹੁੰਦਾ ਹੈ, ਜਿਸ ਨੂੰ ਆਕਾਸ਼ ਕਿਹਾ ਜਾਂਦਾ ਹੈ, ਪਰ ਇਸ ਦਾ ਅਸਲ ਮਤਲਬ ਨਿਰਣਾ ਸ਼ਕਤੀ ਹੈ। ਇਸ ਦਾ ਅਸਲ ਮਤਲਬ ਹੈ ਤੁਲਨਾ ਕਰਨ ਦੀ ਸਮਰੱਥਾ। ਹੋਰ ਜੀਵਨ ਦੇ ਰੂਪਾਂ ਵਿੱਚ ਇਸ ਦੀ ਸਮਰੱਥਾ ਨਹੀਂ ਹੁੰਦੀ। ਅਸੀਂ ਤੁਲਨਾ ਕਰਕੇ ਫੈਸਲਾ ਕਰ ਸਕਦੇ ਹਾਂ ਕਿ ਇਹ ਚੰਗਾ ਹੈ, ਇਹ ਮਾੜਾ ਹੈ। ਬਾਕੀ ਸਾਰੇ ਜੀਵਾਂ ਕੋਲ ਇਹ ਸਮਰੱਥਾ ਨਹੀਂ ਹੁੰਦੀ। ਉਹ ਬਸ ਸੁਭਾਅ ਦੇ ਅਧੀਨ ਚੱਲਦੇ ਹਨ। ਉਹਨਾਂ ਦੇ ਪ੍ਰਤੀਕਰਮ, ਉਹਨਾਂ ਦੇ ਦਿਮਾਗ ਦੇ ਪ੍ਰਤੀਕਰਮ ਸੁਭਾਵਿਕ ਹੁੰਦੇ ਹਨ, ਪਹਿਲਾਂ ਤੋਂ ਹੀ ਤਿਆਰ ਕੀਤੀ ਪ੍ਰਵਿਰਤੀ ਅਨੁਸਾਰ ਚੱਲਦੇ ਹਨ। ਉਹਨਾਂ ਦੇ ਦਿਮਾਗ ਦੀ ਪ੍ਰਤੀਕਿਰਿਆ ਪਹਿਲਾਂ ਤੋਂ ਹੀ ਨਿਸ਼ਚਿਤ ਹੁੰਦੀ ਹੈ, ਉਹ ਉਸ ਨੂੰ ਨਹੀਂ ਬਦਲਦੇ।
ਅਸੀਂ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਬਦਲ ਦਿੱਤਾ, ਪਰ ਅਜਿਹਾ ਨਹੀਂ ਹੁੰਦਾ। ਅਸੀਂ ਆਪਣੇ ਤਰਕ ਵਿਤਰਕ ਅਤੇ ਕੁਦਰਤੀ ਸੁਭਾਅ ਦੇ ਵਿੱਚ ਫਰਕ ਸਮਝਦੇ ਹਾਂ। ਕੁਦਰਤੀ ਸੁਭਾਅ ਬਦਲੀ ਨਹੀਂ ਜਾ ਸਕਦੀ, ਪਰ ਅਸੀਂ ਸਮਝਦੇ ਹਾਂ ਕਿ ਤਰਕ ਵਿਤਰਕ ਬਦਲੇ ਜਾ ਸਕਦੇ ਹਨ। ਇਹ ਆਕਾਸ਼ ਵਾਲਾ ਤੱਤ ਹੈ, ਪੰਜਵਾਂ ਤੱਤ। ਇਸ ਲਈ ਇੱਕ ਮਨੁੱਖ ਇਹਨਾਂ ਸਭ ਜੀਵਿਤ ਰੂਪਾਂ ਵਿੱਚੋਂ ਸਭ ਤੋਂ ਉੱਚੀ ਜਾਗਰੂਕਤਾ ਰੱਖਣ ਵਾਲਾ ਅਤੇ ਸਭ ਤੋਂ ਚੰਗੀ ਤਰ੍ਹਾਂ ਬਣਿਆ ਹੋਇਆ ਹੈ, ਬਾਕੀ ਸਾਰੇ ਨੀਵੇਂ ਦੇ ਪੱਧਰ ਤੇ ਹਨ। ਇਸੇ ਕਰਕੇ ਕਿਸੇ ਜੀਵਨ ਨੂੰ ਖਤਮ ਕਰਨਾ ਇਕਾਗਰਤਾ ਲਗਾਉਣ ਵਿੱਚ ਰੁਕਾਵਟ ਪੈਦਾ ਕਰਦਾ ਹੈ। ਜੋਗੀ ਕਹਿੰਦੇ ਹਨ, ਸ਼ਾਕਾਹਾਰੀ ਬਣੋ ਅਤੇ ਹਲਕਾ ਸ਼ਾਕਾਹਾਰੀ ਬਣੋ। ਇਹ ਤੁਹਾਨੂੰ ਅਭਿਆਸ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਇਹ ਤੁਹਾਨੂੰ ਤਵੱਜੋ ਨੂੰ ਕੇਂਦਰਿਤ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਇਸ ਲਈ ਉਹ ਇਸ ਦੀ ਸਿਫਾਰਿਸ਼ ਕਰਦੇ ਹਨ। ਇੱਦਾਂ ਨਹੀਂ ਹੈ ਕਿ ਤੁਸੀਂ ਸ਼ਾਕਾਹਾਰੀ ਬਣ ਕੇ ਅਧਿਆਤਮਕ ਹੋ ਜਾਂਦੇ ਹੋ। ਇਹ ਖੁਰਾਕ ਦੁਆਰਾ ਨਹੀਂ ਹੁੰਦਾ। ਮੈਂ ਇੱਕ ਜਪਾਨੀ ਸਮੂਹ ਵਿੱਚ ਗਿਆ ਜੋ ਅਭਿਆਸ ਸਿਮਰਨ ਕਰਨ ਵਾਲਾ ਇੱਕ ਜ਼ੇਨ ਗਰੁੱਪ ਸੀ। ਉਹਨਾਂ ਦਾ ਵਿਚਾਰ ਸੀ ਕਿ ਗਿਆਨ ਪ੍ਰਾਪਤੀ ਕਰਨ ਦਾ ਇੱਕੋ ਇੱਕ ਰਾਜ ਹੈ, ਖਾਸ ਕਿਸਮ ਦੇ ਚਾਵਲ ਖਾਣਾ, ਅਤੇ ਉਹਨਾਂ ਨੇ ਮੈਨੂੰ ਉਸ ਪ੍ਰਕਾਰ ਦੇ ਚਾਵਲ ਦਾ ਇੱਕ ਛੋਟਾ ਜਿਹਾ ਦਾਣਾ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਚਾਵਲਾਂ ਵਿੱਚ ਹੀ ਸਾਰਾ ਰਾਜ ਹੈ। ਜੇਕਰ ਇੱਕ ਛੋਟੇ ਜਿਹੇ ਦਾਣੇ ਨਾਲ ਜਾਗਰੂਕਤਾ ਆ ਜਾਂਦੀ ਤਾਂ ਅਸੀਂ ਸਾਰੇ ਇੱਕ ਮਿੰਟ ਵਿੱਚ ਪ੍ਰਕਾਸ਼ਵਾਨ ਹੋ ਜਾਵਾਂਗੇ। ਮੈਂ ਉਹਨਾਂ ਚਾਵਲਾਂ ਦਾ ਬੈਗ ਮੰਗਵਾ ਕੇ ਸਭ ਨੂੰ ਵੰਡ ਸਕਦਾ ਹਾਂ ਅਤੇ ਅਸੀਂ ਸਾਰੇ ਜਾਗਰੂਕ ਹੋ ਜਾਵਾਂਗੇ। ਇਹ ਵਿਸ਼ਵਾਸ ਪ੍ਰਾਣੀ ਹੁਣ ਤੱਕ ਚੱਲੀ ਆ ਰਹੀ ਹੈ, ਕਿਉਂਕਿ ਸੰਤ ਮਹਾਤਮਾ ਨੇ ਸ਼ਾਕਾਹਾਰੀ ਹੋਣ ਦੀ ਸਿਫਾਰਿਸ਼ ਕੀਤੀ ਹੈ ਜਾਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਖੁਰਾਕ ਖਾਓ। ਇਸ ਲਈ ਭੋਜਨ ਬਾਰੇ ਵੀ ਵਿਅਰਥ ਟਿੱਪਣੀਆਂ ਹੋਣ ਲੱਗ ਪਈਆਂ। ਲੋਕਾਂ ਨੇ ਖਾਣੇ ਨੂੰ ਵੀ ਰੂਹਾਨੀਅਤ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਤੁਸੀਂ ਰੂਹਾਨੀ ਤੌਰ 'ਤੇ ਕੁਛ ਵੀ ਪ੍ਰਾਪਤ ਨਹੀਂ ਕਰਦੇ ਜਿੰਨਾ ਚਿਰ ਤੁਸੀਂ ਆਪਣੇ ਅੰਦਰ ਉੱਥੇ ਨਹੀਂ ਜਾਂਦੇ ਜਿੱਥੇ ਰੂਹ ਬੈਠੀ ਹੈ। ਤੁਸੀਂ ਬਾਹਰ ਬਣਾਏ ਗਏ ਪਦਾਰਥਾਂ ਵਿੱਚੋਂ ਕੁਛ ਨਹੀਂ ਲੱਭ ਸਕਦੇ। ਇਸ ਲਈ ਕਿਸੇ ਖਾਸ ਤਰ੍ਹਾਂ ਦੇ ਭੋਜਨ ਖਾਣ ਦੀ ਸਿਫਾਰਿਸ਼ ਅਧਿਆਤਮਕ ਰਸਤੇ 'ਤੇ ਸਾਡੀ ਆਪਣੀ ਤਰੱਕੀ ਲਈ ਹੈ। ਮੈਂ ਸਿਫਾਰਿਸ਼ ਕਰਦਾ ਹਾਂ ਕਿ ਤੁਸੀਂ ਹਲਕਾ ਖਾਓ, ਖਾਸ ਤੌਰ 'ਤੇ ਜਦੋਂ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ। ਹੁਣ ਸਵੇਰ ਨੂੰ ਸਿਮਰਨ ਅਭਿਆਸ ਕਰਨ ਲਈ ਸਭ ਤੋਂ ਵਧੀਆ ਸਮਾਂ ਦੱਸਿਆ ਗਿਆ ਹੈ। ਸਵੇਰ ਦੇ ਸਮੇਂ ਨੂੰ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ। ਇਹ ਸਵੇਰ ਨੂੰ 3 ਵਜੇ ਦਾ ਸਮਾਂ ਕਿਉਂ? ਉਸ ਸਮੇਂ ਜਦੋਂ ਅਜੇ ਮੁਰਗੇ ਨੇ ਵੀ ਬਾਂਗ ਨਹੀਂ ਦਿੱਤੀ ਹੁੰਦੀ, ਸੜਕਾਂ 'ਤੇ ਆਵਾਜਾਈ ਸ਼ੁਰੂ ਨਹੀਂ ਹੋਈ ਹੁੰਦੀ, ਕੋਈ ਵੀ ਸਰਗਰਮੀ ਹੋਣ ਤੋਂ ਪਹਿਲਾਂ ਦੇ ਸਮੇਂ ਦੀ ਆਪਣੀ ਇੱਕ ਮਹੱਤਤਾ ਹੈ, ਕਿਉਂਕਿ ਉਹ ਸਭ ਤੋਂ ਜ਼ਿਆਦਾ ਸ਼ਾਂਤ ਹੁੰਦਾ ਹੈ। ਇਹੀ ਕਾਰਨ ਸੀ ਕਿ 3 ਵਜੇ ਸਿਮਰਨ ਅਭਿਆਸ ਲਈ ਸਿਫਾਰਿਸ਼ ਕੀਤੀ ਗਈ ਸੀ, ਪਰ ਇੱਥੇ ਤੁਸੀਂ ਉਸ ਦੀ ਪਾਲਣਾ ਨਹੀਂ ਕਰ ਸਕਦੇ। ਮੈਨੂੰ ਲੱਗਦਾ ਹੈ ਕਿ ਇੱਥੇ ਰਾਤ ਵੇਲੇ ਟਰੱਕਾਂ ਦੀ ਆਵਾਜਾਈ ਦਿਨ ਤੋਂ ਵੱਧ ਜਾਂਦੀ ਹੈ। ਰਾਤ ਦੇ 3 ਵਜੇ ਬਾਹਰ ਰਾਤ ਤੋਂ ਜ਼ਿਆਦਾ ਸ਼ੋਰ ਹੁੰਦਾ ਹੈ। ਇਸ ਲਈ ਇਹ ਵਿਸ਼ੇਸ਼ ਸਿਫਾਰਿਸ਼ ਵੀ ਉਸ ਸਥਾਨ ਲਈ ਕੀਤੀ ਗਈ ਸੀ ਜਿੱਥੇ ਸ਼ਾਂਤੀ ਹੋਵੇ ਅਤੇ ਤੁਸੀਂ ਵਧੀਆ ਢੰਗ ਨਾਲ ਅਭਿਆਸ ਕਰ ਸਕੋ। ਇਸ ਨੂੰ ਇਸ ਤਰ੍ਹਾਂ ਦਾ ਰੀਤੀ ਰਿਵਾਜ ਨਾ ਬਣਾਓ ਕਿ ਜੇ ਮੈਂ ਸਵੇਰੇ 3 ਵਜੇ ਨਹੀਂ ਉੱਠ ਸਕਿਆ ਤਾਂ ਮੈਂ ਅਭਿਆਸ ਨਹੀਂ ਕਰ ਸਕਾਂਗਾ। ਸਿਮਰਨ ਅਭਿਆਸ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ, ਪਰ ਇਸ ਦਾ ਸਭ ਤੋਂ ਵਧੀਆ ਸਮਾਂ ਉਹ ਹੁੰਦਾ ਹੈ ਜਦੋਂ ਤੁਸੀਂ ਸਭ ਤੋਂ ਵੱਧ ਚੇਤਨ ਹੁੰਦੇ ਹੋ ਅਤੇ ਤੁਸੀਂ ਜ਼ਿਆਦਾ ਭੋਜਨ ਨਹੀਂ ਕੀਤਾ ਹੁੰਦਾ। ਜੇਕਰ ਤੁਸੀਂ ਰਾਤ ਨੂੰ ਅਭਿਆਸ ਕਰਦੇ ਹੋ ਜਿਸ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਸੌਣ ਤੋਂ ਪਹਿਲਾਂ ਸਿਮਰਨ ਦੇ ਛੋਟੇ ਜਿਹੇ ਸੈਸ਼ਨ ਦੀ ਤਾਕੀਦ ਕੀਤੀ ਜਾਂਦੀ ਹੈ ਤਾਂ ਕਿ ਸਿਮਰਨ ਸਾਰੀ ਰਾਤ ਜਾਰੀ ਰਹੇ। ਇਸ ਦਾ ਮਤਲਬ ਹੈ ਕਿ ਸ਼ਾਮ ਦਾ ਭੋਜਨ ਜਲਦੀ ਕਰ ਲੈਣਾ ਚਾਹੀਦਾ ਹੈ ਜਾਂ ਇਹ ਬਹੁਤ ਹਲਕਾ ਹੋਣਾ ਚਾਹੀਦਾ ਹੈ। ਇਹ ਛੋਟੇ ਛੋਟੇ ਨੁਕਤੇ ਸਾਡੇ ਅਭਿਆਸ ਦੀ ਸਫਲਤਾ ਵਿੱਚ ਬਹੁਤ ਵੱਡਾ ਫਰਕ ਪਾਉਂਦੇ ਹਨ। ਇਸ ਲਈ ਮੈਂ ਇਹ ਸੁਝਾਅ ਦੇ ਰਿਹਾ ਹਾਂ, ਇਹਨਾਂ ਬਾਰੇ ਖਿਆਲ ਰੱਖੋ ਅਤੇ ਉਸ ਚੀਜ਼ ਤੋਂ ਬਚੋ ਜੋ ਸਾਡੇ ਮਨ ਨੂੰ ਖਿਡਾ ਦਿੰਦੀ ਹੈ, ਉਹ ਹੈ ਗੁੱਸਾ। ਗੁੱਸਾ ਅਭਿਆਸ ਲਈ ਚੰਗਾ ਨਹੀਂ ਹੁੰਦਾ। ਮੈਨੂੰ ਕਈ ਸਤਸੰਗੀ ਮਿਲਦੇ ਹਨ। ਇੱਕ ਵਾਰ ਮੈਂ ਇੱਕ ਸਤਸੰਗੀ ਦੇ ਘਰ ਗਿਆ। ਉਹ ਅਭਿਆਸ ਸ਼ੁਰੂ ਕਰਨ ਵਾਲਾ ਸੀ ਅਤੇ ਉਸਦੀ ਪਤਨੀ ਨੇ ਉਸ ਨੂੰ ਕੁਛ ਕਿਹਾ ਅਤੇ ਉਹ ਬਹੁਤ ਗੁੱਸੇ ਹੋਇਆ ਅਤੇ ਆਪਣੇ ਗੁੱਸੇ ਵਿੱਚ ਹੀ ਆਪਣੀ ਪਤਨੀ ਨੂੰ ਕਿਹਾ, ਤੂੰ ਇੱਥੋਂ ਦੂਰ ਹੋ ਜਾ, ਤੈਨੂੰ ਪਤਾ ਨਹੀਂ ਮੈਂ ਅਭਿਆਸ ਕਰਨ ਜਾ ਰਿਹਾ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਉਹ ਅਭਿਆਸ ਕਰ ਸਕੇਗਾ? ਗੁੱਸੇ ਨੇ ਪਹਿਲਾਂ ਹੀ ਉਸਦੀ ਤਵੱਜੋ ਨੂੰ ਖਿੰਡਾ ਦਿੱਤਾ ਸੀ। ਇਹ ਸਾਫ਼ ਦਿਖ ਰਿਹਾ ਸੀ, ਮੈਂ ਉਸਦੇ ਗੁੱਸੇ ਨੂੰ ਦੇਖ ਰਿਹਾ ਸੀ। ਉਸਦਾ ਗੁੱਸਾ ਪੂਰੇ ਕਮਰੇ ਵਿੱਚ ਖਿੰਡ ਚੁੱਕਾ ਸੀ। ਆਪਣੇ ਵੱਲੋਂ ਤਾਂ ਉਸਨੇ ਆਪਣਾ ਗੁੱਸਾ ਆਪਣੀ ਪਤਨੀ ਵੱਲ ਨਿਰਦੇਸ਼ਿਤ ਕੀਤਾ ਸੀ, ਪਰ ਉਹ ਸਾਰੇ ਕਮਰੇ ਵਿੱਚ ਫੈਲ ਚੁੱਕਾ ਸੀ। ਹੁਣ ਕਿੰਨਾ ਸਮਾਂ ਲੱਗੇਗਾ?
ਤਵੱਜੋ ਨੂੰ ਉੱਥੇ ਪਾਉਣਾ ਪਹਿਲਾਂ ਹੀ ਮੁਸ਼ਕਲ ਹੁੰਦਾ ਹੈ, ਪਰ ਸ਼ੁਰੂ ਕਰਨ ਤੋਂ ਪਹਿਲਾਂ ਤਵੱਜੋ ਨੂੰ ਇਸ ਤਰ੍ਹਾਂ ਖਿਡਾ ਦੇਣ ਨਾਲ ਇਹ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਅੱਗੋਂ ਅਭਿਆਸ ਤੋਂ ਪਹਿਲਾਂ ਕਾਮ ਵਾਸ਼ਨਾ ਭਰੇ ਵਿਚਾਰਾਂ ਨਾਲ ਵੀ ਆਪਣੇ ਆਪ ਨੂੰ ਉੱਤੇ ਖਿੱਚਣਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਇਹ ਕਾਮਿਕ ਵਿਚਾਰ ਤੁਹਾਡੀ ਆਪਣੀ ਤਵੱਜੋ ਨੂੰ ਹੇਠਾਂ ਲੈ ਜਾਂਦੇ ਹਨ। ਉਦੋਂ ਵੀ ਤੁਹਾਨੂੰ ਲੱਗੇਗਾ ਕਿ ਇਹ ਅਭਿਆਸ ਲਈ ਸਹੀ ਵਕਤ ਨਹੀਂ ਹੈ। ਇਹ ਸਾਡੇ ਸਾਰਿਆਂ ਲਈ ਨਿੱਜੀ ਅਨੁਭਵ ਦੇ ਮਾਮਲੇ ਹਨ। ਸਾਨੂੰ ਪਤਾ ਹੁੰਦਾ ਹੈ ਕਿ ਸਾਡੇ ਲਈ ਕਿਹੜਾ ਸਮਾਂ ਚੰਗਾ ਹੈ ਅਤੇ ਕਿਹੜਾ ਨਹੀਂ। ਇਹ ਵੀ ਯਾਦ ਰੱਖੋ ਕਿ ਜੇਕਰ ਤੁਸੀਂ ਕਾਰੋਬਾਰ ਵਿੱਚ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਅਗਲੇ ਦਿਨ ਤੁਸੀਂ ਕੋਈ ਮਹੱਤਵਪੂਰਨ ਸੌਦਾ ਕਰਨ ਜਾ ਰਹੇ ਹੋ ਜਿਸ ਤੋਂ ਤੁਹਾਨੂੰ ਇੱਕ ਵੱਡਾ ਮੁਨਾਫਾ ਮਿਲ ਸਕਦਾ ਹੈ, ਫਿਰ ਤੁਸੀਂ ਸਿਮਰਨ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਸੌਦਾ ਹਰ ਵੇਲੇ ਤੁਹਾਡੇ ਦਿਮਾਗ 'ਤੇ ਛਾਇਆ ਰਹੇਗਾ। ਇਹ ਤੁਹਾਡੇ ਵੱਸ ਵਿੱਚ ਨਹੀਂ ਹੈ। ਲਾਲਚ ਵਰਗੀਆਂ ਭਾਵਨਾਵਾਂ ਸਾਡੇ ਅਭਿਆਸ ਵਿੱਚ ਦਖਲ ਦਿੰਦੀਆਂ ਹਨ ਅਤੇ ਫਿਰ ਅਸੀਂ ਸ਼ਿਕਾਇਤ ਕਰਦੇ ਹਾਂ, ਸਾਡਾ ਇਹ ਅਭਿਆਸ ਸਫਲ ਕਿਉਂ ਨਹੀਂ ਹੋਇਆ। ਅਸੀਂ ਸਤਿਗੁਰੂ ਕੋਲ ਜਾ ਕੇ ਸ਼ਿਕਾਇਤ ਕਰਦੇ ਹਾਂ, ਮੈਂ ਅਭਿਆਸ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਸਤਿਗੁਰੂ ਕੁਝ ਸਵਾਲ ਕਰਦਾ ਹੈ ਜਿਨ੍ਹਾਂ ਦਾ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਕੀ ਹੋਇਆ ਸੀ। ਇਹ ਸ਼ੁਰੂ ਤੋਂ ਹੀ ਜਾਣਨਾ ਚੰਗਾ ਹੁੰਦਾ ਹੈ। ਇਸ ਲਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਹਾਂ ਕਿ ਅਭਿਆਸ ਕਰਨਾ ਇੱਕ ਬਹੁਤ ਹੀ ਕੋਮਲ ਕਲਾ ਹੈ। ਇਹ ਕਿਸੇ ਚੀਜ਼ ਦੇ ਸੰਤੁਲਨ ਬਣਾਉਣ ਦੀ ਇੱਕ ਸੂਖਮ ਕਲਾ ਹੈ। ਇਹ ਬਾਹਰ ਦੇ ਜੀਵਨ ਅਤੇ ਅੰਦਰੂਨੀ ਅਨੁਭਵਾਂ ਦਾ ਸੰਤੁਲਨ ਹੈ। ਇਹ ਬਰੀਕ ਸੰਤੁਲਨ ਹੈ ਕਿ ਤੁਸੀਂ ਬਾਹਰ ਦੀਆਂ ਚੀਜ਼ਾਂ ਵੱਲ ਕਿੰਨੀ ਤਵੱਜੋ ਦਿੰਦੇ ਹੋ ਅਤੇ ਅੰਦਰ ਆਪਣੇ ਅਤੇ ਅਭਿਆਸ ਉੱਤੇ ਕਿੰਨੀ। ਤੁਸੀਂ ਬਾਹਰ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਜਿਉਂਦੇ ਰਹਿੰਦੇ ਹੋਏ ਕਰਮਾਂ ਅਨੁਸਾਰ ਆਪਣੇ ਕਰਤੱਵ ਕਰਨੇ ਹਨ, ਜ਼ਿੰਮੇਵਾਰੀਆਂ ਨਿਭਾਉਣੀਆਂ ਹਨ। ਇਸ ਲਈ ਤੁਸੀਂ ਇੱਕ ਬਹੁਤ ਹੀ ਸਰਗਰਮ ਜੀਵਨ ਜੀਣਾ ਹੈ। ਸਿਮਰਨ ਅਭਿਆਸ ਇਸ ਸਰਗਰਮ ਜੀਵਨ ਵਿੱਚ ਦਖਲ ਨਹੀਂ ਦਿੰਦਾ। ਸਿਮਰਨ ਅਭਿਆਸ ਕਰਨ ਲਈ ਸਰਗਰਮ ਜੀਵਨ ਤੋਂ ਮੂੰਹ ਮੋੜਨ ਦੀ ਲੋੜ ਨਹੀਂ ਹੈ, ਜੀਵਨ ਤੋਂ ਭੱਜਣ ਦੀ ਜ਼ਰੂਰਤ ਨਹੀਂ ਹੈ। ਜੇਕਰ ਅਭਿਆਸ ਕਰਨ ਲਈ ਤੁਸੀਂ ਜੀਵਨ ਤੋਂ ਭੱਜੋਗੇ ਤਾਂ ਉਹ ਗਤੀਵਿਧੀਆਂ ਜਿਨ੍ਹਾਂ ਨੂੰ ਤੁਸੀਂ ਟਾਲ ਰਹੇ ਹੋ ਉਹ ਹਰ ਸਮੇਂ ਤੁਹਾਡੇ ਸਿਰ ਵਿੱਚ ਹੀ ਸਵਾਰ ਰਹਿਣਗੀਆਂ। ਉਹਨਾਂ ਨੂੰ ਅੰਜਾਮ ਦਿਓ। ਜੋ ਤੁਹਾਨੂੰ ਕਰਨਾ ਹੈ ਉਸਨੂੰ ਕਰੋ ਅਤੇ ਖਤਮ ਕਰੋ ਤਾਂ ਜੋ ਉਹ ਤੁਹਾਡੇ ਸਿਮਰਨ ਅਭਿਆਸ ਦੌਰਾਨ ਦੁਬਾਰਾ ਦੁਬਾਰਾ ਤੁਹਾਡੇ ਮਨ ਵਿੱਚ ਨਾ ਆਉਣ। ਇਸ ਲਈ ਇਹਨਾਂ ਵਿੱਚੋਂ ਕੋਈ ਵੀ ਚੀਜ਼ ਰੁਕਾਵਟ ਬਣ ਸਕਦੀ ਹੈ। ਕਈ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਸਿਮਰਨ ਅਭਿਆਸ ਵਿੱਚ ਕਿਹੜੀ ਚੀਜ਼ ਸਮੱਸਿਆ ਪੈਦਾ ਕਰ ਰਹੀ ਹੈ। ਜੇਕਰ ਤੁਸੀਂ ਪਿੱਛੇ ਦੀ ਵਿਚਾਰ ਕਰਦੇ ਹੋ, ਜਦੋਂ ਮੈਂ ਅਭਿਆਸ ਸ਼ੁਰੂ ਕੀਤਾ ਤਾਂ ਉਸ ਤੋਂ ਪਹਿਲਾਂ ਅਜਿਹਾ ਕੀ ਹੋਇਆ ਜਿਸ ਨੇ ਇਸ ਪ੍ਰਕਿਰਿਆ ਵਿੱਚ ਦਖਲ ਅੰਦਾਜ਼ੀ ਕੀਤੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਬਦਕਿਸਮਤੀ ਨਾਲ ਕਿਸੇ ਕਾਰਨ ਤੁਸੀਂ ਬਹੁਤ ਗੁੱਸੇ ਵਿੱਚ ਹੋ, ਤੁਹਾਡੀ ਕਿਸੇ ਨਾਲ ਕੁਝ ਕਹਾ ਸੁਣੀ ਹੋ ਗਈ, ਤਾਂ ਮੇਰਾ ਇਹ ਸੁਝਾਵ ਹੈ ਕਿ ਤੁਸੀਂ ਉਸ ਸਮੇਂ ਅਭਿਆਸ ਨਾ ਕਰੋ। ਉਸ ਸਮੇਂ ਕੇਵਲ ਸਤਿਗੁਰੂ ਬਾਰੇ ਸੋਚੋ। ਕਹੋ, ਹੇ ਸਤਿਗੁਰੂ, ਮੈਂ ਭਟਕ ਗਿਆ ਸੀ, ਸਤਿਗੁਰੂ ਮੈਨੂੰ ਮਾਫ਼ ਕਰ ਦਿਓ। ਉਸ ਵਿਅਕਤੀ ਨੂੰ ਵੀ ਮਾਫ਼ ਕਰ ਦਿਓ। ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਮਾਫ਼ੀ ਇੰਨੀ ਕੀਮਤੀ ਹੁੰਦੀ ਹੈ। ਇਹ ਸਾਡੇ ਕੋਲ ਮੌਜੂਦ ਸਭ ਚੀਜ਼ਾਂ ਤੋਂ ਕੀਮਤੀ ਚੀਜ਼ਾਂ ਵਿੱਚੋਂ ਇੱਕ ਹੈ। ਮਾਫ਼ ਕਰਨ ਦੀ ਯੋਗਤਾ ਬਹੁਤ ਹੀ ਚਮਤਕਾਰੀ ਹੁੰਦੀ ਹੈ। ਤੁਸੀਂ ਆਪਣੇ ਆਪ ਨੂੰ ਮਾਫ਼ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਜਾਣਦੇ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਮਾਫ਼ ਕਰਨਾ ਹੈ, ਤਾਂ ਤੁਸੀਂ ਸਤਿਗੁਰੂ ਨੂੰ ਬੇਨਤੀ ਕਰ ਸਕਦੇ ਹੋ ਕਿ ਉਹ ਤੁਹਾਨੂੰ ਮਾਫ਼ ਕਰ ਦੇ। ਉਹ ਅਜਿਹਾ ਕਰ ਦਿੰਦਾ ਹੈ। ਤੁਸੀਂ ਦੂਜਿਆਂ ਨੂੰ ਮਾਫ਼ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਜਾਣਦੇ ਕਿ ਦੂਜਿਆਂ ਨੂੰ ਮਾਫ਼ ਕਿਵੇਂ ਕਰਨਾ ਹੈ, ਤਾਂ ਸਤਿਗੁਰੂ ਨੂੰ ਕਹੋ ਕਿ ਉਹਨਾਂ ਨੂੰ ਮਾਫ਼ ਕਰ ਦੇਵੇ। ਉਹ ਅਜਿਹਾ ਕਰ ਦਿੰਦਾ ਹੈ। ਸਤਿਗੁਰੂ ਇਸ ਮਾਫ਼ੀ ਦੇ ਚਮਤਕਾਰੀ ਮੁੱਲ ਨੂੰ ਸਾਡੇ ਨਾਲੋਂ ਜ਼ਿਆਦਾ ਜਾਣਦਾ ਹੈ। ਸਾਨੂੰ ਕਈ ਵਾਰ ਸ਼ੱਕ ਹੁੰਦਾ ਹੈ ਕਿ ਕੁਝ ਚੀਜ਼ਾਂ ਮਾਫ਼ ਨਹੀਂ ਹੋ ਸਕਦੀਆਂ। ਮੇਰੀ ਪਤਨੀ ਨੇ ਇੱਕ ਦਿਨ ਇੱਕ ਸਕਾਰਾਤਮਕ ਵਿਚਾਰ ਪੜ੍ਹਿਆ। ਉਸਨੇ ਕਿਹਾ, ਕਿੰਨਾ ਸੋਹਣਾ ਵਿਚਾਰ ਹੈ। ਉਹ ਵਿਚਾਰ ਸੀ, ਜੀਵਨ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਮਾਫ਼ੀ ਦੇ ਕਾਬਲ ਨਹੀਂ ਹੁੰਦੀਆਂ, ਪਰ ਉਦੋਂ ਹੀ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਅਜਿਹੀਆਂ ਚੀਜ਼ਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਕੁਝ ਹੈ ਜੋ ਮਾਫ਼ੀ ਦੇ ਯੋਗ ਨਹੀਂ, ਤਾਂ ਉਸ ਨੂੰ ਮਾਫ਼ ਕਰਨਾ ਤੁਹਾਡੀ ਰੂਹਾਨੀ ਯਾਤਰਾ ਦੀ ਪ੍ਰੀਖਿਆ ਹੈ। ਮੈਂ ਆਪਣੀ ਪਤਨੀ ਨੂੰ ਕਿਹਾ, ਉਹ ਵਿਅਕਤੀ ਜਿਸ ਨੂੰ ਤੂੰ ਪਸੰਦ ਨਹੀਂ ਕਰਦੇ ਉਸ ਨੂੰ ਮਾਫ਼ ਕਰ ਦੇ। ਨਹੀਂ, ਉਸਨੇ ਕਿਹਾ, ਉਹ ਮਾਫ਼ੀ ਦੇ ਯੋਗ ਨਹੀਂ। ਦੇਖਿਆ, ਮਨ ਕਿਤਨਾ ਸ਼ਕਤੀਸ਼ਾਲੀ ਹੈ।
ਅਸੀਂ ਮਨ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਹਨ। ਕਈ ਵਾਰ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਮਨ ਨੂੰ ਕਿੰਨੇ ਅਖਤਿਆਰ ਦੇ ਦਿੰਦੇ ਹਾਂ। ਇਸ ਲਈ ਮਾਫ਼ੀ ਦੀ ਵਰਤੋਂ ਕਰੋ। ਜੇਕਰ ਤੁਸੀਂ ਗੁੱਸੇ ਵਿੱਚ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਅਸਫਲ ਹੀ ਹੋਵੋਗੇ। ਉਸ ਸਮੇਂ ਤੁਹਾਨੂੰ ਬਿਨਾਂ ਆਪਣੀਆਂ ਅੱਖਾਂ ਬੰਦ ਕੀਤੇ ਸਤਿਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਮੈਨੂੰ ਵੀ ਮਾਫ਼ ਕਰ ਦਿਓ ਅਤੇ ਉਸ ਵਿਅਕਤੀ ਨੂੰ ਵੀ ਮਾਫ਼ੀ ਦੇ ਦਿਓ। ਤੁਰੰਤ ਤੁਸੀਂ ਇੱਕ ਬਦਲਾਵ ਮਹਿਸੂਸ ਕਰੋਗੇ ਅਤੇ ਜੇਕਰ ਤੁਸੀਂ ਉਸ ਸਮੇਂ ਸਿਮਰਨ ਕਰ ਰਹੇ ਹੋ ਤਾਂ ਤੁਹਾਨੂੰ ਤੁਰੰਤ ਪਤਾ ਲੱਗੇਗਾ ਕਿ ਮਾਫ਼ੀ ਨੇ ਆਪਣਾ ਕੰਮ ਕਰ ਦਿੱਤਾ ਹੈ। ਇਸ ਲਈ ਇਹ ਜੀਵਨ ਵਿੱਚ ਆਉਣ ਵਾਲਿਆਂ ਉਹਨਾਂ ਸਥਿਤੀਆਂ ਨੂੰ ਕੰਟਰੋਲ ਕਰਨ ਦਾ ਇੱਕ ਹੋਰ ਤਰੀਕਾ ਹੈ। ਅਜਿਹੀਆਂ ਸਥਿਤੀਆਂ ਹਰ ਕਿਸੇ ਦੇ ਜੀਵਨ ਵਿੱਚ ਆਉਂਦੀਆਂ ਹਨ ਅਤੇ ਅਸੀਂ ਉਹਨਾਂ ਨੂੰ ਸੰਭਾਲ ਸਕਦੇ ਹਾਂ ਕਿਉਂਕਿ ਅਸੀਂ ਉਹਨਾਂ ਨੂੰ ਸਾਂਭਣ ਦੀ ਤਕਨੀਕ ਜਾਣਦੇ ਹਾਂ। ਬਾਹਰਲੇ ਜੀਵਨ ਅਤੇ ਅੰਦਰੂਨੀ ਰੂਹਾਨੀ ਯਾਤਰਾ ਦਾ ਸੰਤੁਲਨ ਕਿਵੇਂ ਰੱਖਿਆ ਜਾਵੇ, ਇਸ ਨੂੰ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਬਾਹਰ ਦੇ ਜੀਵਨ ਨੂੰ ਆਪਣੇ ਅਧਿਆਤਮਿਕ ਸੰਸਾਰ ਦੇ ਵਿਸਤਾਰ ਦੇ ਤੌਰ 'ਤੇ ਦੇਖੋ। ਇਸ ਦਾ ਭਾਵ ਹੈ ਜੋ ਵੀ ਤੁਸੀਂ ਬਾਹਰ ਕਰਦੇ ਹੋ ਸੋਚੋ ਕਿ ਇਹ ਤੁਹਾਡੇ ਅਧਿਆਤਮਿਕ ਕਰਤੱਵ ਦਾ ਹਿੱਸਾ ਹਨ ਜੋ ਤੁਹਾਨੂੰ ਤੁਹਾਡੇ ਸਤਿਗੁਰੂ ਦੁਆਰਾ ਦਿੱਤੇ ਗਏ ਹਨ। ਜੇਕਰ ਤੁਸੀਂ ਕੋਈ ਕੰਮ ਜਾਂ ਨੌਕਰੀ ਕਰ ਰਹੇ ਹੋ ਤਾਂ ਇਹ ਸੋਚੋ ਕਿ ਮੈਂ ਇਹ ਨੌਕਰੀ ਸਿਰਫ ਆਪਣੀ ਤਨਖਾਹ ਜਾਂ ਮੁਆਵਜ਼ੇ ਲਈ ਨਹੀਂ ਕਰ ਰਿਹਾ, ਮੈਂ ਇਸ ਨੂੰ ਆਪਣੇ ਸਤਿਗੁਰੂ ਵੱਲੋਂ ਦਿੱਤੇ ਕੰਮ ਵਜੋਂ ਕਰ ਰਿਹਾ ਹਾਂ। ਮੁਆਵਜ਼ਾ ਤਾਂ ਇੱਕ ਇਨਾਮ ਹੈ ਜੋ ਮੇਰਾ ਸਤਿਗੁਰੂ ਮੈਨੂੰ ਦਿੰਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਤੁਸੀਂ ਆਪਣੀ ਅਧਿਆਤਮਿਕ ਕਾਰਵਾਈ ਨੂੰ ਵਧਾ ਰਹੇ ਹੋ, ਤੁਸੀਂ ਆਪਣੀ ਰੂਹਾਨੀਅਤ ਸੋਚ ਆਪਣੇ ਕੰਮ ਤੱਕ ਲਿਜਾ ਰਹੇ ਹੋ। ਮੇਰਾ ਇੱਕ ਪਰਿਵਾਰ ਹੈ, ਪਤਨੀ ਹੈ, ਬੱਚੇ ਹਨ, ਕਿਉਂਕਿ ਸਤਿਗੁਰੂ ਨੇ ਇਹਨਾਂ ਰੂਹਾਂ ਨੂੰ ਪ੍ਰਫੁੱਲਤ ਕਰਨ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ। ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਕਿ ਮੈਂ ਉਹਨਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰਾਂ। ਮੈਂ ਸਤਿਗੁਰੂ ਦੀ ਇੱਕ ਬਾਹਰਲੇ ਕਾਰਜ ਕਰਨ ਵਿੱਚ ਮਦਦ ਕਰ ਰਿਹਾ ਹਾਂ। ਉਸ ਨੇ ਮੈਨੂੰ ਕੁਝ ਸੇਵਾ ਦਿੱਤੀ ਹੈ। ਮੈਂ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਿਹਾ ਹਾਂ, ਇਹ ਸੋਚ ਕੇ ਨਹੀਂ ਕਿ ਉਹ ਬੱਚੇ ਹਨ, ਬੱਚੇ ਤਾਂ ਉਹ ਸਾਰੇ ਹਨ, ਇਹ ਸੋਚ ਕੇ ਕਿ ਉਹ ਮੈਨੂੰ ਆਪਣਾ ਕਰਤੱਵ ਪੂਰਾ ਕਰਨ ਲਈ ਦਿੱਤੇ ਗਏ ਹਨ। ਸਤਿਗੁਰੂ ਨੇ ਬੱਚਿਆਂ ਦੀ ਦੇਖਭਾਲ ਦਾ ਇਹ ਕਾਰਜ ਮੈਨੂੰ ਦਿੱਤਾ ਹੈ। ਹੇ ਸਤਿਗੁਰੂ, ਸੇਵਾ ਪ੍ਰਦਾਨ ਕਰਨ ਲਈ ਤੁਹਾਡਾ ਧੰਨਵਾਦ। ਕੀ ਤੁਸੀਂ ਇਸ ਨੂੰ ਸਵੀਕਾਰ ਕਰਦੇ ਹੋ? ਹਾਂ, ਮੈਂ ਸਵੀਕਾਰ ਕਰਦਾ ਹਾਂ। ਅਜਿਹਾ ਕਹਿ ਕੇ ਤੁਸੀਂ ਇਸ ਨੂੰ ਹੋਰ ਖੁਸ਼ੀ ਨਾਲ ਕਰੋਗੇ। ਠੀਕ ਹੈ, ਫਿਰ ਬੱਚਿਆਂ ਦੀ ਦੇਖਭਾਲ ਕਰੋ, ਇਹ ਸਤਿਗੁਰੂ ਵੱਲੋਂ ਲਾਈ ਗਈ ਸੇਵਾ ਹੈ। ਇਹ ਸੋਚੋ ਕਿ ਹਰ ਕੰਮ ਜੋ ਤੁਸੀਂ ਇਸ ਸੰਸਾਰ ਵਿੱਚ ਕਰਦੇ ਹੋ, ਹਰ ਨੌਕਰੀ ਜੋ ਤੁਸੀਂ ਕਰਦੇ ਹੋ, ਇਸ ਦੁਨੀਆਂ ਵਿੱਚ ਤੁਹਾਡਾ ਜੋ ਵੀ ਰਿਸ਼ਤਾ ਹੈ, ਇਸ ਵਿਚਾਰ 'ਤੇ ਆਧਾਰਿਤ ਹੈ। ਤੁਸੀਂ ਦਿਨ ਰਾਤ ਅਧਿਆਤਮਿਕ ਜੀਵਨ ਜੀ ਰਹੇ ਹੋ 24/7। ਰੂਹਾਨੀ ਮਾਰਗ ਦਾ ਇਹੀ ਅਸਲ ਮਕਸਦ ਹੈ। ਰੂਹਾਨੀ ਤਰੀਕਾ, ਰੂਹਾਨੀ ਰਸਤਾ, ਸਵੇਰ ਦੇ 2.5 ਘੰਟੇ ਦਾ ਸਿਮਰਨ ਅਭਿਆਸ, ਕੇਵਲ ਆਪਣੀਆਂ ਅੱਖਾਂ ਬੰਦ ਕਰਕੇ ਬੈਠਣ ਦਾ ਇੱਕ ਛੋਟਾ ਜਿਹਾ ਰੂਹਾਨੀ ਮਾਰਗ ਨਹੀਂ ਹੈ। ਰੂਹਾਨੀ ਮਾਰਗ ਹੈ ਆਪਣੇ ਪੂਰੇ ਜੀਵਨ ਨੂੰ ਇੱਕ ਰੂਹਾਨੀ ਜੀਵਨ ਵਿੱਚ ਤਬਦੀਲ ਕਰਨਾ, ਅਤੇ ਇਸ ਲਈ ਸਤਿਗੁਰੂ ਇਸ ਵਿੱਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ। ਸਤਿਗੁਰੂ ਇਸ ਦੇ ਆਲੇ ਦੁਆਲੇ ਦੇ ਪੂਰੇ ਚੱਕਰ ਦਾ ਧੁਰਾ ਹੈ। ਸਤਿਗੁਰੂ ਕੇਂਦਰ ਹੈ, ਹਰ ਚੀਜ਼ ਨੂੰ ਉਸ ਕੇਂਦਰ ਦੁਆਲੇ ਕਰਨ ਨਾਲ ਸਾਨੂੰ ਬਹੁਤ ਮਦਦ ਮਿਲਦੀ ਹੈ। ਜੇਕਰ ਸਾਡੇ ਕੋਲ ਕੋਈ ਕੇਂਦਰ ਨਹੀਂ ਤਾਂ ਅਸੀਂ ਇਸ ਬਾਰੇ ਅਸਪਸ਼ਟ ਹੁੰਦੇ ਹਾਂ, ਅਸੀਂ ਇਸ ਬਾਰੇ ਅਣਜਾਣ ਹਾਂ ਤਾਂ ਅਸੀਂ ਉਲਝਣ ਵਿੱਚ ਹੋਵਾਂਗੇ, ਅਤੇ ਜੇਕਰ ਤੁਸੀਂ ਉਸ ਨੂੰ ਕੇਂਦਰ ਬਣਾ ਲੈਂਦੇ ਹੋ ਤਾਂ ਤੁਸੀਂ ਕਦੇ ਵੀ ਉਲਝਣ ਵਿੱਚ ਨਹੀਂ ਰਹੋਗੇ। ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਕੀ ਕਰ ਰਹੇ ਹੋ। ਇਹ ਸਭ ਇੱਕੋ ਹੀ ਕੇਂਦਰ ਨਾਲ ਜੁੜਿਆ ਹੋਇਆ ਹੈ, ਇਹ ਇੱਕੋ ਕੇਂਦਰ ਦਾ ਵਿਸਤਾਰ ਹੋਵੇਗਾ, ਸਤਿਗੁਰੂ ਦੀ ਸੇਵਾ ਦਾ ਵਿਸਤਾਰ। ਇਸ ਸੇਵਾ ਨੂੰ ਅਸੀਂ ਹਰ ਸੰਭਵ ਤਰੀਕੇ ਨਾਲ ਨਿਭਾਵਾਂਗੇ, ਬਾਹਰੋਂ ਵੀ ਅਤੇ ਅੰਦਰੋਂ ਵੀ। ਇਹਨਾਂ ਸਧਾਰਨ ਜਿਹੇ ਸੁਝਾਵਾਂ 'ਤੇ ਅਮਲ ਕਰਨ ਨਾਲ ਅੰਦਰ ਅਤੇ ਬਾਹਰ ਤੁਸੀਂ ਜੋ ਵੀ ਕਰ ਰਹੇ ਹੋ ਉਹਨਾਂ ਦੋਵਾਂ ਵਿੱਚ ਬਹੁਤ ਵਧੀਆ ਸੰਤੁਲਨ ਬਣ ਜਾਵੇਗਾ, ਅਤੇ ਇਹ ਸੁਝਾਅ ਕੰਮ ਕਰਦੇ ਹਨ। ਤੁਸੀਂ ਸ਼ਾਇਦ ਨੋਟ ਕੀਤਾ ਹੋਵੇਗਾ ਕਿ ਮੈਂ ਤੁਹਾਡੇ ਨਾਲ ਕਿਤਾਬਾਂ ਵਿੱਚੋਂ ਗੱਲ ਨਹੀਂ ਕਰਦਾ, ਮੈਂ ਤੁਹਾਨੂੰ ਕੁਝ ਸਿਖਾਉਂਦਾ ਜਾਂ ਪੜ੍ਹਾਉਂਦਾ ਨਹੀਂ, ਬਲਕਿ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਦਾ ਹਾਂ। ਮੈਂ ਵੱਡੇ ਮਹਾਰਾਜ ਦੁਆਰਾ ਉਤਪੰਨ ਹੋਏ ਅਨੁਭਵਾਂ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਹਾਂ, ਜਿਨ੍ਹਾਂ ਦਾ ਅੱਜ ਅਸੀਂ ਭੰਡਾਰਾ ਮਨਾਉਣ ਜਾ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਹਨ। ਤੁਸੀਂ ਅੱਜ ਬਹੁਤ ਭਾਗਸ਼ਾਲੀ ਹੋ, ਅੱਜ ਦਾ ਦਿਨ ਤੁਹਾਡੇ ਜੀਵਨ ਵਿੱਚ ਤਬਦੀਲੀ ਲਿਆਉਣ ਅਤੇ ਇਹਨਾਂ ਚੀਜ਼ਾਂ 'ਤੇ ਪਾਲਣ ਕਰਨ ਦਾ ਇੱਕ ਮਹਾਨ ਦਿਨ ਹੈ।
ਅੱਜ ਵਰਗੇ ਸਹਾਇ ਦਿਨ ਵਰਗਾ ਹੋਰ ਕੋਈ ਦਿਨ ਨਹੀਂ ਹੋ ਸਕਦਾ, ਕਿਉਂਕਿ ਅੱਜ ਤੁਹਾਡੀ ਤਵੱਜੋ ਬਹੁਤ ਕੇਂਦਰਿਤ ਹੈ। ਇਸ ਲਈ ਅੱਜ ਦੇ ਦਿਨ ਦਾ ਪੂਰਾ ਲਾਭ ਉਠਾਓ। ਮੈਂ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ ਹਾਂ। ਹੁਣ ਅਸੀਂ ਇੱਕ ਵਿਰਾਮ ਲੈਂਦੇ ਹਾਂ, ਜਿਵੇਂ ਕਿ ਜੋਨਾਥਨ ਨੇ ਕਿਹਾ ਕਿ ਜੇਕਰ ਤੁਸੀਂ ਕੁਝ ਧੀਰੇ ਰੱਖੋ ਤਾਂ ਮੈਂ ਜਾ ਕੇ ਤੁਹਾਡੇ ਖਾਣ ਵਾਲੇ ਖਾਣੇ ਵਿੱਚ ਵੱਡੇ ਮਹਾਰਾਜ ਦੀਆਂ ਸ਼ੁਭ ਅਸ਼ੀਸ਼ਾਂ ਪਾ ਆਵਾਂ ਅਤੇ ਫਿਰ ਗੁਪਤ ਰੂਪ ਵਿੱਚ ਮੈਂ ਉਸ ਵਿੱਚੋਂ ਕੁਝ ਖਾ ਲਵਾਂਗਾ। ਯਕੀਨਨ ਇਹ ਲੰਗਰ ਹਮੇਸ਼ਾ ਬਹੁਤ ਹੀ ਸਵਾਦੀ ਹੁੰਦਾ ਹੈ ਅਤੇ ਫਿਰ ਮੈਂ ਇੱਥੇ ਵਾਪਸ ਆ ਜਾਵਾਂਗਾ। ਜਿਹੜੇ ਛੇਤੀ ਜਾ ਰਹੇ ਹਨ ਅਤੇ ਹੁਣ ਹੀ ਆਪਣਾ ਪ੍ਰਸ਼ਾਦ ਚਾਹੁੰਦੇ ਹਨ ਉਹ ਉੱਪਰ ਆ ਸਕਦੇ ਹਨ, ਮੈਂ ਉਹਨਾਂ ਨੂੰ ਉਹਨਾਂ ਦਾ ਪ੍ਰਸ਼ਾਦ ਦੇ ਦੇਵਾਂਗਾ। ਇਸ ਤੋਂ ਬਾਅਦ ਅਸੀਂ ਦੁਪਹਿਰ ਦੇ ਖਾਣੇ ਲਈ ਬ੍ਰੇਕ ਲੈਂਦੇ ਹਾਂ। ਠੀਕ ਹੈ, ਤੁਹਾਡੇ ਧੀਰਜ ਲਈ ਬਹੁਤ ਧੰਨਵਾਦ ਅਤੇ ਸਭ ਤੋਂ ਵਧੀਆ ਦਿਨ ਜਿਸ ਦਾ ਤੁਸੀਂ ਅਨੁਭਵ ਕਰੋਗੇ, ਮੈਂ ਉਸ ਦੀ ਤੁਹਾਨੂੰ ਵਧਾਈ ਦਿੰਦਾ ਹਾਂ। ਜਦੋਂ ਵੀ ਤੁਸੀਂ ਇਸ ਦਿਨ ਨੂੰ ਯਾਦ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਇੱਕ ਮਹਾਨ ਦਿਨ ਸੀ ਅਤੇ ਮੈਂ ਉਹਨਾਂ ਅਸੀਸਾਂ ਨੂੰ ਦੇਖਿਆ ਜੋ ਤੁਸੀਂ ਪ੍ਰਾਪਤ ਕੀਤੀਆਂ। ਵੱਡੇ ਮਹਾਰਾਜ ਦੀਆਂ ਅਸੀਸਾਂ ਤੁਹਾਨੂੰ ਮਿਲੀਆਂ। ਦੋਸਤੋ, ਤੁਹਾਡਾ ਇਸ ਮਨਾਏ ਜਾ ਰਹੇ ਭੰਡਾਰੇ ਤੇ ਆਖਰੀ ਸੈਸ਼ਨ ਵਿੱਚ ਸਵਾਗਤ ਹੈ। ਇਹ ਅੱਜ ਖਤਮ ਹੋ ਜਾਵੇਗਾ। ਕੱਲ੍ਹ ਕਹਾਣੀਆਂ ਸੁਣਾਉਣ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੋਵੇਗਾ ਅਤੇ ਉਸ ਤੋਂ ਬਾਅਦ ਵਿੱਚ ਹੋਰ ਇੰਟਰਵਿਊ ਹੋਣਗੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਜਿਨ੍ਹਾਂ ਨੇ ਇੰਟਰਵਿਊ ਵਾਸਤੇ ਬੇਨਤੀ ਕੀਤੀ ਹੈ ਉਹਨਾਂ ਨੂੰ ਕਵਰ ਕਰ ਸਕੀਏ। ਤੁਸੀਂ ਇਹਨਾਂ ਦਿਨਾਂ ਵਿੱਚ ਸੁਣਿਆ ਹੋਵੇਗਾ ਕਿ ਇਸ ਦਿਨ ਬਹੁਤ ਵੱਡੀ ਮਿਹਰ ਆਉਂਦੀ ਹੈ ਅਤੇ ਅੱਜ ਤੁਸੀਂ ਇਸ ਦਾ ਅਨੁਭਵ ਕੀਤਾ। ਇਹ ਇੱਕ ਮਹਾਨ ਦਿਨ ਹੈ, ਸ਼ਾਇਦ ਇੱਕ ਲੰਬੇ ਸਮੇਂ ਤੱਕ ਯਾਦ ਰੱਖਣ ਵਾਲਾ ਦਿਨ। ਚਾਹੇ ਤੁਹਾਨੂੰ ਇਸ ਦਿਨ ਦਾ ਲਾਭ ਹੋਇਆ ਜਾਂ ਨਹੀਂ, ਪਰ ਇਸ ਦਿਨ ਦੇ ਲਾਭ ਬਾਰੇ ਤੁਹਾਨੂੰ ਆਉਣ ਵਾਲੇ ਦਿਨ, ਮਹੀਨਿਆਂ ਅਤੇ ਪੂਰੇ ਸਾਲ ਵਿੱਚ ਪਤਾ ਲੱਗ ਜਾਵੇਗਾ ਅਤੇ ਅਗਲੀ ਵਾਰ ਜਦੋਂ ਅਸੀਂ ਮਿਲਾਂਗੇ ਤਾਂ ਤੁਸੀਂ ਮੈਨੂੰ ਇਸ ਬਾਰੇ ਦੱਸ ਸਕੋਗੇ, ਜਿਵੇਂ ਕਿ ਮੈਨੂੰ ਪਿਛਲੇ ਸਾਲਾਂ ਤੋਂ ਕਈਆਂ ਨੇ ਦੱਸਿਆ ਕਿ ਇਸ ਸਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਸੋ ਜੇਕਰ ਅਸੀਂ ਆਪਣੀ ਰੂਹਾਨੀ ਯਾਤਰਾ ਇਸ ਆਧਾਰ 'ਤੇ ਸ਼ੁਰੂ ਕਰੀਏ ਤਾਂ ਬਹੁਤ ਵਧੀਆ ਹੋਵੇਗਾ। ਆਪਣੇ ਸੱਚੇ ਘਰ ਵੱਲ ਜਾਣ ਦਾ ਇਹ ਬਹੁਤ ਖੂਬਸੂਰਤ ਅਨੁਭਵ ਹੈ। ਹੁਣ ਮੈਂ ਇੱਕ ਹੋਰ ਟੋਪੀ ਪਾਈ ਹੈ, ਇਹ ਕਿਸੇ ਨੇ ਤੋਹਫ਼ੇ ਵਜੋਂ ਦਿੱਤੀ ਸੀ। ਮੈਂ ਇਸ ਤੋਹਫ਼ੇ ਦੀ ਕਦਰ ਕਰਦਾ ਹਾਂ, ਤੁਹਾਡਾ ਬਹੁਤ ਧੰਨਵਾਦ। ਮੈਨੂੰ ਵੱਖ ਵੱਖ ਮੌਕਿਆਂ 'ਤੇ ਵੱਖ ਵੱਖ ਟੋਪੀਆਂ ਪਹਿਨਣ ਦੀ ਲੋੜ ਹੁੰਦੀ ਹੈ, ਸਾਨੂੰ ਸਭ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੈ। ਇਹ ਸਥਿਤੀ ਅਤੇ ਸਥਾਨ 'ਤੇ ਨਿਰਭਰ ਕਰਦਾ ਹੈ। ਜਦੋਂ ਮੈਂ ਸਰਕਾਰ ਲਈ ਕੰਮ ਕਰ ਰਿਹਾ ਸੀ ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਮੇਰਾ ਰੂਹਾਨੀ ਰਾਸਤੇ ਨਾਲ ਕੋਈ ਸੰਬੰਧ ਹੋਵੇ। ਮੈਂ ਉਹਨਾਂ ਨਾਲ ਆਪਣੀ ਨੌਕਰੀ ਕਰ ਰਿਹਾ ਸੀ। ਉਸ ਸਮੇਂ ਮੈਂ ਇੱਕ ਪੂਰੀ ਅਲੱਗ ਤਰ੍ਹਾਂ ਦੀ ਟੋਪੀ ਪਾਈ ਹੋਈ ਸੀ। ਆਪਣੇ ਪਰਿਵਾਰ ਨਾਲ ਵਿਵਹਾਰ ਕਰਦੇ ਸਮੇਂ ਕੋਈ ਹੋਰ ਟੋਪੀ ਪਾਈ ਹੁੰਦੀ ਹੈ। ਜਦੋਂ ਮੈਂ ਆਪਣੀ ਪਤਨੀ ਨਾਲ ਵਿਵਹਾਰ ਕਰ ਰਿਹਾ ਹੁੰਦਾ ਹਾਂ ਤਾਂ ਇੱਕ ਅਲੱਗ, ਬਿਲਕੁਲ ਅਲੱਗ ਟੋਪੀ ਪਾਉਂਦਾ ਹਾਂ। ਅਸੀਂ ਹਰ ਸੰਬੰਧ ਲਈ ਇੱਕ ਵੱਖਰੀ ਟੋਪੀ ਪਾਉਂਦੇ ਹਾਂ ਅਤੇ ਜਦੋਂ ਵੱਡੇ ਮਹਾਰਾਜ ਦੀ ਗੱਲ ਆਉਂਦੀ ਹੈ ਤਾਂ ਜਿਸ ਟੋਪੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਸਾਡੇ ਇਸ ਸਿਰ ਦੇ ਅੰਦਰ ਹੈ। ਸਿਰ ਦੇ ਅੰਦਰ ਜੋ ਗੁੰਮਦ ਹੈ ਉਹ ਸਭ ਤੋਂ ਵਧੀਆ ਟੋਪੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਮੰਦਰ, ਇਮਾਰਤਾਂ, ਸਮਾਰਕ ਦਾ ਆਕਾਰ ਗੁੰਬਦ ਵਰਗਾ ਹੁੰਦਾ ਹੈ। ਭਾਰਤ ਦੇ ਬੋਧੀ ਧਾਰਮਿਕ ਸਥਾਨ ਮਨੁੱਖੀ ਖੋਪੜੀ ਵਰਗੇ ਹੁੰਦੇ ਹਨ ਅਤੇ ਸਤੂਪਾਂ ਦਾ ਆਕਾਰ ਗੁੰਬਦ ਵਰਗਾ ਹੁੰਦਾ ਹੈ। ਕਈ ਮੰਦਰਾਂ ਦਾ ਆਕਾਰ ਗੁੰਬਦ ਵਰਗਾ ਹੁੰਦਾ ਹੈ ਜਿਸ ਨਾਲ ਕੁਝ ਹੋਰ ਵੀ ਬਣਿਆ ਹੁੰਦਾ ਹੈ। ਇਹ ਇਸ ਤਰ੍ਹਾਂ ਦੇ ਗੁੰਬਦ ਕਿਉਂ ਬਣਾਉਂਦੇ ਹਨ? ਇਸ ਲਈ ਨਹੀਂ ਕਿਉਂਕਿ ਉਹਨਾਂ ਨੂੰ ਗੁੰਬਦ ਦਾ ਆਕਾਰ ਪਸੰਦ ਹੈ, ਬਲਕਿ ਇਸ ਲਈ ਕਿਉਂਕਿ ਜਿਹੜੇ ਸਿਮਰਨ ਅਭਿਆਸ ਕਰਦੇ ਹਨ ਉਹਨਾਂ ਨੇ ਪਤਾ ਲਗਾਇਆ ਕਿ ਸਾਰਾ ਰਾਜ ਸਾਡੇ ਸਿਰ ਵਿੱਚ ਸੀ, ਇਸ ਗੁੰਬਦ ਵਿੱਚ, ਅਤੇ ਇਸ ਲਈ ਸਾਨੂੰ ਇਸ ਬਾਰੇ ਯਾਦ ਦਿਵਾਉਣ ਲਈ ਜਿੱਥੇ ਅਸੀਂ ਪੂਜਾ ਕਰਨੀ ਚਾਹੁੰਦੇ ਹਾਂ, ਜਿੱਥੇ ਅਭਿਆਸ ਕਰਨਾ ਚਾਹੁੰਦੇ ਹਾਂ, ਉਹਨਾਂ ਨੇ ਉਹਨਾਂ ਇਮਾਰਤਾਂ ਦਾ ਆਕਾਰ ਇਸ ਤਰ੍ਹਾਂ ਬਣਾਇਆ। ਯੂਰਪੀਨ ਇਤਿਹਾਸ ਦੇ ਇੱਕ ਪੜਾਅ 'ਤੇ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਆਪਣੇ ਸਿਰ ਦੀਆਂ ਟੋਪੀਆਂ ਅਤੇ ਪਗੜੀਆਂ ਉੱਤੇ ਕਈ ਚੀਜ਼ਾਂ ਰੱਖੀਆਂ ਹੁੰਦੀਆਂ। ਇੱਥੋਂ ਹੀ ਚਰਚਾਂ ਦੇ ਮੀਨਾਰ ਅਤੇ ਹੋਰ ਆਕਾਰ ਆਏ। ਜੇ ਤੁਸੀਂ ਇਤਿਹਾਸ ਨੂੰ ਵੇਖਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਹ ਸਾਰੀਆਂ ਇਮਾਰਤਾਂ ਜਿਨ੍ਹਾਂ ਨੂੰ ਅਸੀਂ ਰੱਬ ਦੇ ਘਰ ਕਹਿੰਦੇ ਹਾਂ,
ਜਿਸ ਬਾਰੇ ਅਸੀਂ ਸੋਚਦੇ ਹਾਂ ਕਿ ਉਹ ਪ੍ਰਾਰਥਨਾ ਲਈ ਸਭ ਤੋਂ ਵਧੀਆ ਜਗ੍ਹਾ ਹੈ, ਪੂਜਾ ਲਈ ਸਭ ਤੋਂ ਵਧੀਆ ਸਥਾਨ ਹੈ। ਉਹਨਾਂ ਦਾ ਆਕਾਰ ਸਿਰ ਵਰਗਾ ਜਾਂ ਪਗੜੀ ਵਰਗਾ ਹੁੰਦਾ ਹੈ, ਕਿਉਂਕਿ ਅਸੀਂ ਨਕਲ ਕਰਦੇ ਹਾਂ। ਪਰ ਹੁੰਦਾ ਕੀ ਹੈ, ਇਹ ਬਾਹਰ ਵਾਲੀਆਂ ਇਮਾਰਤਾਂ ਸਾਨੂੰ ਯਾਦ ਕਰਾਉਣ ਲਈ ਸੀ। ਦੇਖੋ, ਇਹ ਦੇਖ ਕੇ ਤੁਹਾਨੂੰ ਕੋਈ ਯਾਦ ਆਇਆ, ਅੰਦਰ ਜਾਣਾ ਨਾ ਭੁੱਲੋ, ਅਸਲੀ ਗੁੰਬਦ ਵਿੱਚ ਜਾਣਾ ਨਾ ਭੁੱਲੋ। ਇਹ ਅਸਲੀਅਤ ਪਛਾਣਨ ਦੀ ਬਜਾਏ, ਅੰਦਰ ਜਾ ਕੇ ਕੁਛ ਲੱਭਣ ਦੀ ਬਜਾਏ, ਅਸੀਂ ਇਹਨਾਂ ਬਾਹਰਲੇ ਗੁੰਬਦਾਂ ਨੂੰ ਹੀ ਅਸਲੀ ਚੀਜ਼ਾਂ ਸਮਝਣ ਲੱਗ ਪਏ। ਅੰਦਰ ਜਾ ਕੇ ਕੁਛ ਲੱਭਣ ਦੀ ਬਜਾਏ ਅਸੀਂ ਬਾਹਰ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਇਹ ਸੋਚਦੇ ਹਾਂ ਕਿ ਸਭ ਕੁਝ ਬਾਹਰੋਂ ਲੱਭਿਆ ਜਾ ਸਕਦਾ ਹੈ। ਅੰਦਰ ਗਰਜਦੇ ਹੋਏ ਦਰਿਆ ਹਨ, ਅੰਦਰ ਝਰਨੇ ਹਨ, ਅਸੀਂ ਅੰਦਰ ਜਾ ਕੇ ਉਹ ਨਹੀਂ ਦੇਖਦੇ। ਅਸੀਂ ਸਾਰੇ ਬਾਹਰ ਬੈਠੇ ਹੋਏ ਹਾਂ, ਅਸੀਂ ਸਮਝਦੇ ਹਾਂ ਕਿ ਕਿਸੇ ਨਦੀ ਦੇ ਕਿਨਾਰੇ ਜਾਂ ਪਾਣੀ ਦੇ ਝਰਨੇ ਕੋਲ ਬੈਠ ਕੇ ਅਸੀਂ ਰੂਹਾਨੀਅਤ ਵੱਲ ਜਾ ਰਹੇ ਹਾਂ। ਝਰਨੇ ਵਧੀਆ ਹੁੰਦੇ ਹਨ, ਉਹਨਾਂ ਵਿੱਚ ਡੁਬਕੀ ਲਗਾ ਕੇ ਤੁਸੀਂ ਵਧੀਆ ਇਸ਼ਨਾਨ ਕਰ ਸਕਦੇ ਹੋ, ਤੁਹਾਨੂੰ ਵਧੀਆ ਸ਼ਾਵਰ ਮਿਲਦਾ ਹੈ। ਪਰ ਇਸ ਨਾਲ ਉਹ ਨਹੀਂ ਮਿਲ ਸਕਦਾ ਜੋ ਤੁਹਾਨੂੰ ਅੰਦਰੋਂ ਮਿਲ ਸਕਦਾ ਹੈ। ਅੰਦਰ ਵਗ ਰਹੇ ਝਰਨੇ ਵਿੱਚ ਡੁਬਕੀ ਲਾਉਣ ਨਾਲ ਸਾਡੇ ਸਾਰੇ ਪਾਪ ਧੋਤੇ ਜਾਂਦੇ ਹਨ। ਬਾਹਰ ਅਜਿਹਾ ਕੋਈ ਪਾਣੀ ਨਹੀਂ ਜੋ ਅਜਿਹਾ ਕਰ ਸਕੇ, ਅਤੇ ਫਿਰ ਵੀ ਅਸੀਂ ਸੋਚਦੇ ਹਾਂ ਕਿ ਇਹਨਾਂ ਨਦੀਆਂ ਵਿੱਚ ਡੁਬਕੀ ਲਾਉਣ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਜੋ ਅਨੁਭਵ ਅਸੀਂ ਅੰਦਰੂਨੀ ਤੌਰ 'ਤੇ ਲੈਣੇ ਸਨ, ਉਹਨਾਂ ਨੂੰ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਅਤੇ ਫਿਰ ਬਾਹਰ ਮੁਖੀ ਹੋ ਜਾਂਦੇ ਹਾਂ ਅਤੇ ਸਾਡੀ ਸਾਰੀ ਤਵੱਜੋ ਬਾਹਰ ਰਹਿੰਦੀ ਹੈ। ਇਹ ਤਵੱਜੋ ਅੰਦਰ ਵੱਲ ਨੂੰ ਚਾਹੀਦੀ ਸੀ। ਇਹ ਸਾਰੇ ਸਾਨੂੰ ਇਸ਼ਾਰਾ ਕਰਨ ਵਾਸਤੇ ਸਨ, ਦੇਖੋ ਅੰਦਰ ਗੁੰਬਦ ਵਿੱਚ ਜਾਓ, ਉਸ ਅੰਮ੍ਰਿਤ ਵਿੱਚ ਜਾਓ, ਉਸ ਜਲ ਅੰਦਰ ਜਾਓ, ਅੰਦਰ ਜਾਓ ਅਤੇ ਸੱਚਾਈ ਲੱਭੋ। ਪਰ ਇਸ ਦੀ ਬਜਾਏ ਉਹ ਸਾਡੀ ਉਪਾਸਨਾ ਦੇ ਤੱਤ ਬਣ ਜਾਂਦੇ ਹਨ। ਸਾਨੂੰ ਪਤਾ ਲੱਗਦਾ ਹੈ ਕਿ ਸੱਚ ਅੰਦਰ ਹੈ, ਰਚਨਾਤਮਕ ਸੱਚ ਅੰਦਰ ਹੈ, ਜਿਸ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ। ਸਾਡੀ ਖੋਜ ਦੇ ਅੰਦਰਲੇ ਪੜਾਵਾਂ ਵਿੱਚ ਅਸੀਂ ਕਈ ਜੀਵਾਂ ਨੂੰ ਦੇਖਦੇ ਹਾਂ, ਉੱਥੇ ਵੀ ਜੀਵ ਹੁੰਦੇ ਹਨ। ਜਦੋਂ ਮੈਂ ਕਹਿੰਦਾ ਹਾਂ ਜੀਵ, ਜੀਵ ਉਹ ਹੁੰਦਾ ਹੈ ਜਿਸ ਵਿੱਚ ਆਤਮਾ ਹੋਵੇ, ਇੱਕ ਜੀਵਤ ਜੀਵ, ਜਿਵੇਂ ਕਿ ਬਾਹਰ ਜਿਉਂਦੇ ਜੀਵ ਹੁੰਦੇ ਹਨ। ਅਸੀਂ ਸਾਰੇ ਹੀ ਜਿਉਂਦੇ ਜੀਵ ਹਾਂ ਅਤੇ ਇਸੇ ਤਰ੍ਹਾਂ ਹੀ ਅੰਦਰ ਵੀ ਜਿਉਂਦੇ ਜੀਵ ਹੁੰਦੇ ਹਨ। ਜਦੋਂ ਅਸੀਂ ਉਹਨਾਂ ਜੀਵਾਂ ਨੂੰ ਮਿਲਦੇ ਹਾਂ ਤਾਂ ਦੇਖਦੇ ਹਾਂ ਕਿ ਉਹ ਆਪਣਾ ਕੰਮ ਕਰ ਰਹੇ ਹੁੰਦੇ ਹਨ, ਜਿਵੇਂ ਕਿ ਅਸੀਂ ਇੱਥੇ ਕੰਮ ਕਰਦੇ ਹਾਂ। ਕੁਛ ਬਹੁਤ ਉੱਚੇ ਅਹੁਦੇ 'ਤੇ ਹੁੰਦੇ ਹਨ, ਕੁਛ ਨੀਵੇਂ ਕੰਮ ਕਰ ਰਹੇ ਹੁੰਦੇ ਹਨ, ਕੁਛ ਸ਼ਾਇਦ ਦਰਬਾਰ ਦਾ ਕੰਮ ਕਰ ਰਹੇ ਹੁੰਦੇ ਹਨ। ਉਹ ਰੂਹਾਂ ਆਪਣੇ ਕਰਮਾਂ ਅਨੁਸਾਰ ਹਰ ਤਰ੍ਹਾਂ ਦੇ ਕੰਮ ਕਰਦੀਆਂ ਹਨ, ਬਿਲਕੁਲ ਉਸ ਤਰ੍ਹਾਂ ਜਿਵੇਂ ਕਿ ਕਰਮਾਂ ਅਨੁਸਾਰ ਅਸੀਂ ਬਾਹਰ ਦਾ ਅਨੁਭਵ ਕਰ ਰਹੇ ਹੁੰਦੇ ਹਾਂ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਈਏ, ਕਿਉਂਕਿ ਅਸੀਂ ਉਹਨਾਂ ਨੂੰ ਅੰਦਰ ਦੇਖਦੇ, ਉਹ ਅੰਦਰ ਹਨ। ਕੁਛ ਲੋਕ ਅਜਿਹਾ ਕਰਦੇ ਹਨ, ਲੋਕ ਅੰਦਰ ਕੁਛ ਵੇਖਦੇ ਹਨ ਅਤੇ ਉਹ ਸੋਚਦੇ ਹਨ ਕਿਉਂਕਿ ਇਹ ਅੰਦਰ ਹੈ ਇਸ ਲਈ ਇਹ ਪੂਜਾ ਕਰਨ ਦੇ ਲਾਇਕ ਹੈ। ਅਸੀਂ ਉਹਨਾਂ ਰੱਬਾਂ ਜਾਂ ਦੇਵਤਾ ਦੇ ਨਮੂਨੇ ਜਾਂ ਪ੍ਰਤੀਰੂਪ ਬਣਾ ਲਏ ਹਨ ਜਿਨ੍ਹਾਂ ਨੂੰ ਅਸੀਂ ਪਰਮੇਸ਼ਰ ਕਹਿਣਾ ਅਤੇ ਮੰਨਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਅੰਦਰ ਦਿਖਾਈ ਦੇ ਸਕਦੇ ਹਨ ਅਤੇ ਉਹ ਸਾਡੀ ਦੇਖਭਾਲ ਕਰ ਰਹੇ ਹਨ ਅਤੇ ਸਾਡੀ ਚੇਤਨਾ ਨੂੰ ਬਰਕਰਾਰ ਰੱਖ ਰਹੇ ਹਨ, ਅਤੇ ਅਸੀਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਸੋਚਦੇ ਹਾਂ ਕਿ ਉਹ ਰੱਬ ਹਨ। ਇਹ ਕਾਰਜ ਉਹਨਾਂ ਜੀਵ ਜੰਤੂਆਂ ਦੁਆਰਾ ਕੀਤੇ ਜਾ ਰਹੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਕਰਮਾਂ ਦੁਆਰਾ ਉਹਨਾਂ ਚੰਗੇ ਕੰਮਾਂ ਦੇ ਲਾਇਕ ਬਣਾਇਆ। ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਤਾਂ ਸਾਨੂੰ ਇਸ ਦਾ ਇਨਾਮ ਮਿਲਦਾ ਹੈ, ਜੇਕਰ ਮਾੜੇ ਕੰਮ ਕਰਦੇ ਹਾਂ ਤਾਂ ਸਜਾਵਾਂ ਨਿਰਧਾਰਿਤ ਹੁੰਦੀਆਂ ਹਨ। ਜੋ ਜੋ ਵੀ ਅਸੀਂ ਕੀਤਾ ਹੁੰਦਾ ਹੈ ਜਾਂ ਕਰਨ ਦੀ ਇੱਛਾ ਰੱਖਦੇ ਸੀ, ਉਸੇ ਅਨੁਸਾਰ ਉਹਨਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ। ਇਸ ਕਰਕੇ ਤੁਹਾਨੂੰ ਜੋ ਵੀ ਜਿੱਥੇ ਵੀ ਦਿਖੇ ਉਸਦੀ ਪੂਜਾ ਨਹੀਂ ਕਰਨੀ ਚਾਹੀਦੀ, ਬਲਕਿ ਤੁਹਾਨੂੰ ਉਸ ਦੀ ਉਪਾਸ਼ਨਾ ਕਰਨੀ ਚਾਹੀਦੀ ਹੈ ਜੋ ਸਭ ਤੋਂ ਉੱਚਾ ਹੈ, ਜੋ ਤੁਹਾਡਾ ਅਸਲੀ ਟੀਚਾ ਹੈ। ਪੂਜਾ ਕੇਵਲ ਸੱਤ ਪੁਰਖ, ਸੱਤ ਲੋਕ, ਸਮੁੱਚੀ ਚੇਤਨਾ ਦੀ ਹੀ ਕਰਨੀ ਚਾਹੀਦੀ ਹੈ, ਜੋ ਇਹਨਾਂ ਸਾਰੇ ਦੇਵੀ ਦੇਵਤਿਆਂ ਅਤੇ ਬਾਕੀ ਸਾਰਿਆਂ ਦਾ ਰਚਨਹਾਰ ਹੈ। ਇਸ ਲਈ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਚੱਕਰਾਂ ਵਿੱਚ ਨਹੀਂ ਪਵੋਗੇ ਜੋ ਨਕਾਰਾਤਮਕ ਹੋ ਸਕਦੇ ਹਨ। ਇਹਨਾਂ ਵਿੱਚੋਂ ਕੁਛ ਨਕਾਰਾਤਮਕ ਇਕਾਈਆਂ ਦੀ ਤਰ੍ਹਾਂ ਕੰਮ ਕਰਦੇ ਹਨ, ਇਸ ਲਈ ਤੁਹਾਨੂੰ ਉਹਨਾਂ ਦਾ ਪਾਲਣ ਨਹੀਂ ਕਰਨਾ ਚਾਹੀਦਾ।
ਕਦੇ ਵੀ ਕੁਛ ਵੀ ਅਨੁਭਵ ਕਰਕੇ ਅਸੀਂ ਇਹ ਸੋਚਣਾ ਸ਼ੁਰੂ ਕਰਦੇ ਹਾਂ ਕਿ ਇਹ ਕੋਈ ਅੰਦਰੂਨੀ ਚੀਜ਼ ਹੈ ਅਤੇ ਅਸੀਂ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ। ਜਦੋਂ ਤੁਹਾਨੂੰ ਇੱਕ ਪਰਮ ਸੰਤ ਸਤਿਗੁਰੂ ਤੋਂ ਨਾਮ ਦੀ ਦੀਖਿਆ ਮਿਲਦੀ ਹੈ ਤਾਂ ਉਸ ਦਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਤੁਹਾਨੂੰ ਸਿਮਰਨ ਦੇ ਸ਼ਕਤੀਸ਼ਾਲੀ ਸ਼ਬਦ ਦਿੱਤੇ ਜਾਂਦੇ ਹਨ। ਜਦੋਂ ਤੁਸੀਂ ਇੱਕ ਪਰਮ ਸੰਤ ਸਤਿਗੁਰੂ ਦੁਆਰਾ ਦਿੱਤੇ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹੋ ਤਾਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮੌਜੂਦ ਰਹਿ ਕੇ ਤੁਹਾਡਾ ਧਿਆਨ ਨਹੀਂ ਖਿੱਚ ਸਕਦੇ ਜਾਂ ਤੁਹਾਡੇ ਤੋਂ ਆਪਣੀ ਪੂਜਾ ਨਹੀਂ ਕਰਵਾ ਸਕਦੇ। ਆਪਣੇ ਆਪ ਹੀ ਉਹ ਸ਼ਕਤੀਆਂ ਅਲੋਪ ਹੋ ਜਾਣਗੀਆਂ। ਇਹ ਇੱਕ ਬਹੁਤ ਵੱਡੀ ਸੁਰੱਖਿਆ ਹੈ। ਉਦੋਂ ਤੱਕ ਤੁਸੀਂ ਆਪਣੇ ਟੀਚਿਆਂ ਨੂੰ ਨਿਸ਼ਚਿਤ ਕਰੋ ਕਿ ਤੁਸੀਂ ਕਿੱਧਰ ਜਾਣਾ ਚਾਹੁੰਦੇ ਹੋ। ਜੇ ਤੁਸੀਂ ਸਭ ਤੋਂ ਉੱਪਰ ਵੱਲ ਜਾਣਾ ਚਾਹੁੰਦੇ ਹੋ ਤਾਂ ਸਭ ਤੋਂ ਨੀਵੇਂ ਦੀ ਪੂਜਾ ਨਾ ਕਰੋ। ਚੇਤਨਾ ਦੇ ਹਰ ਪੱਧਰ 'ਤੇ ਇੱਕ ਸਿਰਜਣਾਤਮਕ ਸ਼ਕਤੀ ਹੁੰਦੀ ਹੈ ਜਿਸ ਨੂੰ ਅਸੀਂ ਰੱਬ ਜਾਂ ਦੇਵਤਾ ਕਹਿੰਦੇ ਹਾਂ ਅਤੇ ਪਹਿਲੇ ਪੱਧਰ 'ਤੇ ਸੂਖਸ਼ਮ ਰੱਬ ਜਾਂ ਦੇਵਤਾ ਹੁੰਦਾ ਹੈ। ਉਹ ਸੂਖਸ਼ਮ ਅਤੇ ਸਥੂਲ ਮੰਡਲਾਂ ਦਾ ਪ੍ਰਬੰਧ ਚਲਾਉਂਦਾ ਹੈ। ਲੋਕ ਉਸ ਦੀ ਪੂਜਾ ਕਰਦੇ ਹਨ। ਉਸ ਨੂੰ ਰੱਬ, ਪਰਮੇਸ਼ਵਰ, ਈਸ਼ਵਰ, ਅੱਲਾ ਕਹਿੰਦੇ ਹਨ। ਇਹਨਾਂ ਸਾਰੇ ਬ੍ਰਹਿਮੰਡਾਂ ਦੇ ਸਿਰਜਣਹਾਰ ਦੇ ਰੂਪ ਵਿੱਚ ਕਈ ਸਾਰੇ ਨਾਮ ਦਿੰਦੇ ਹਨ। ਸਾਰੇ ਸਵਰਗ ਅਤੇ ਨਰਕ ਸੂਖਸ਼ਮ ਮੰਡਲ ਵਿੱਚ ਹੁੰਦੇ ਹਨ। ਇਸ ਲਈ ਸਥੂਲ ਬ੍ਰਹਿਮੰਡ ਦੇ ਸਾਰੇ ਮੂਲ ਤੱਤ ਉੱਥੇ ਹੁੰਦੇ ਹਨ। ਇਸ ਲਈ ਇੰਝ ਲੱਗਦਾ ਹੈ ਕਿ ਪਰਮਾਤਮਾ ਲਈ ਇਹ ਇੱਕ ਸਹੀ ਜਗ੍ਹਾ ਹੈ ਅਤੇ ਰੱਬ ਉੱਥੇ ਬੈਠਾ ਹੁੰਦਾ ਹੈ ਅਤੇ ਤੁਸੀਂ ਸੂਖਸ਼ਮ ਮੰਡਲ ਵਿੱਚ ਜਾਂਦੇ ਹੋ ਤਾਂ ਉਹ ਤੁਹਾਡਾ ਸਵਾਗਤ ਕਰੇਗਾ, ਕਹੇਗਾ ਸਵਰਗ ਵਿੱਚ ਤੁਹਾਡਾ ਸਵਾਗਤ ਹੈ, ਤੁਹਾਡੇ ਸੱਚੇ ਘਰ ਵਿੱਚ ਤੁਹਾਡਾ ਸਵਾਗਤ ਹੈ, ਮੈਂ ਇੱਥੇ ਤੁਹਾਡਾ ਸਵਾਗਤ ਕਰਦਾ ਹਾਂ। ਤੁਸੀਂ ਉੱਥੇ ਫਸ ਸਕਦੇ ਹੋ ਸਿਰਫ ਆਪਣੇ ਅਭਿਆਸ ਦੇ ਸਹਾਰੇ। ਜੇਕਰ ਤੁਸੀਂ ਇਕੱਲੇ ਯਾਤਰਾ ਕਰਦੇ ਹੋ ਤਾਂ ਉਸ ਜਾਲ ਵਿੱਚ ਫਸ ਸਕਦੇ ਹੋ। ਤਾਂ ਇਹ ਸੋਚਣਾ ਸ਼ੁਰੂ ਕਰ ਸਕਦੇ ਹੋ, ਇਹੀ ਸੂਖਸ਼ਮ ਮੰਡਲ ਦਾ ਪਹਿਲਾ ਹੀ ਪੜਾਅ ਜਿੱਥੇ ਇਹ ਰਚਨਾਤਮਕ ਸ਼ਕਤੀ ਰਹਿੰਦੀ ਹੈ, ਇਹੀ ਪਰਮਾਤਮਾ ਹੈ ਅਤੇ ਇਹੀ ਉਹ ਜਗ੍ਹਾ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਸੀ। ਇਸ ਲਈ ਮੈਂ ਇਹ ਸੁਝਾਅ ਦਿੰਦਾ ਹਾਂ, ਆਪਣੇ ਸਤਿਗੁਰੂ ਨਾਲ ਜਾਓ। ਜਦੋਂ ਤੁਹਾਡਾ ਸਤਿਗੁਰੂ ਤੁਹਾਡੇ ਨਾਲ ਜਾਂਦਾ ਹੈ ਤਾਂ ਇਹ ਇੱਕ ਬਹੁਤ ਹੀ ਵੱਖਰਾ ਅਨੁਭਵ ਹੁੰਦਾ ਹੈ। ਜੇਕਰ ਤੁਸੀਂ ਆਪਣੇ ਸਤਿਗੁਰੂ ਨਾਲ ਸੂਖਸ਼ਮ ਮੰਡਲ ਵਿੱਚ ਜਾਂਦੇ ਹੋ ਅਤੇ ਪਰਮਾਤਮਾ ਦੇਖਦਾ ਹੈ ਕਿ ਤੁਸੀਂ ਆਪਣੇ ਸਤਿਗੁਰੂ ਨਾਲ ਹੋ ਤਾਂ ਉਹ ਆਪਣੇ ਸਿੰਘਾਸਣ ਤੋਂ ਥੱਲੇ ਉਤਰਦਾ ਹੈ ਅਤੇ ਸਤਿਗੁਰੂ ਨੂੰ ਝੁੱਕ ਕੇ ਸਲਾਮ ਕਰਦਾ ਹੈ। ਤੁਸੀਂ ਸਤਿਗੁਰੂ ਨੂੰ ਕਹਿੰਦੇ ਹੋ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇੰਨੇ ਵੱਡੇ ਅਤੇ ਤਾਕਤਵਰ ਹੋ, ਪਰਮੇਸ਼ਵਰ ਤੁਹਾਡੀ ਪੂਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਕੀ ਹੋ ਰਿਹਾ ਹੈ? ਅਤੇ ਫਿਰ ਸਤਿਗੁਰੂ ਤੁਹਾਨੂੰ ਦੱਸਦਾ ਹੈ ਕਿ ਇਹ ਦੇਵਤਾ ਜਿਸ ਨੂੰ ਤੁਸੀਂ ਪਰਮਾਤਮਾ ਆਖਦੇ ਹੋ, ਇਹ ਵੀ ਸਾਡੇ ਵਰਗੀ ਇੱਕ ਰੂਹ ਹੈ ਅਤੇ ਇੱਥੇ ਫਸੀ ਹੋਈ ਹੈ। ਉਹ ਇਸ ਤੋਂ ਉੱਪਰ ਜਾਂ ਥੱਲੇ ਨਹੀਂ ਜਾ ਸਕਦਾ ਜਦੋਂ ਤੱਕ ਕਿ ਉਹ ਵਾਪਸ ਮਨੁੱਖੀ ਦੇਹੀ ਵਿੱਚ ਜਾ ਕੇ ਇੱਕ ਪਰਮ ਸੰਤ ਸਤਿਗੁਰੂ ਨਹੀਂ ਮਿਲਦਾ, ਤਾਂ ਹੀ ਉਹ ਵਾਪਸ ਜਾ ਸਕਦਾ ਹੈ। ਉਹ ਮੈਨੂੰ ਦੇਖਣ ਲਈ ਥੱਲੇ ਇਸ ਲਈ ਆਇਆ ਕਿਉਂਕਿ ਉਹ ਵਾਪਸ ਜਾਣ ਲਈ ਮਨੁੱਖੀ ਰੂਪ ਲੈਣਾ ਚਾਹੁੰਦਾ ਹੈ। ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਹੁੰਦੀਆਂ ਹਨ ਜੋ ਚਾਹੁੰਦੀਆਂ ਹਨ ਕਿ ਇੱਕ ਸਤਿਗੁਰੂ ਉਹਨਾਂ ਨੂੰ ਮਨੁੱਖੀ ਰੂਪ ਦੇ ਕੇ ਵਾਪਸ ਘਰ ਲੈ ਜਾਵੇ। ਤੁਸੀਂ ਅਗਲੇ ਪੱਧਰ 'ਤੇ ਜਾਂਦੇ ਹੋ, ਉੱਥੇ ਉਹ ਸਭ ਚੀਜ਼ਾਂ ਦਾ ਸਿਰਜਣਹਾਰ ਬੈਠਾ ਹੈ। ਉਹ ਬੈਠਾ ਹੈ ਜੋ ਤਿੰਨਾਂ ਬ੍ਰਹਿਮੰਡਾਂ ਦਾ ਸਿਰਜਣਹਾਰ ਹੈ। ਜਦੋਂ ਤੁਸੀਂ ਆਪਣੇ ਸਤਿਗੁਰੂ ਨਾਲ ਹੁੰਦੇ ਹੋ ਤਾਂ ਉਹ ਉੱਠ ਖੜਾ ਹੁੰਦਾ ਹੈ। ਤੁਹਾਡੀ ਮੌਜੂਦਗੀ ਵਿੱਚ ਸਤਿਗੁਰੂ ਅੱਗੇ ਝੁਕਦਾ ਹੈ। ਤੁਸੀਂ ਚੌਂਕ ਜਾਂਦੇ ਹੋ, ਸਤਿਗੁਰੂ ਮੈਂ ਤਾਂ ਸੋਚਿਆ ਸੀ ਕਿ ਉਹ ਸਤਿਪੁਰਖ ਹੈ, ਸਤਿਪੁਰਖ ਕੀ ਕਰ ਰਿਹਾ ਹੈ? ਅਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਨਹੀਂ ਹੈ। ਤਦ ਉਹ ਤਿੰਨਾਂ ਬ੍ਰਹਿਮੰਡਾਂ ਦਾ ਸਿਰਜਣਹਾਰ ਤੁਹਾਨੂੰ ਸੰਬੋਧਿਤ ਕਰਕੇ ਕਹਿੰਦਾ ਹੈ, ਤੂੰ ਨਹੀਂ ਜਾਣਦਾ ਕਿ ਤੂੰ ਕਿਸ ਦੇ ਨਾਲ ਹੈ। ਤੁਸੀਂ ਕਹਿੰਦੇ ਹੋ, ਮੈਂ ਸੋਚਿਆ ਸੀ ਕਿ ਇਹ ਸਿਰਫ਼ ਇੱਕ ਗੁਰੂ ਹੈ, ਕੇਵਲ ਇੱਕ ਸਤਿਗੁਰੂ ਹੈ। ਉਹ ਕਹਿੰਦਾ ਹੈ, ਸਿਰਫ ਉਹ ਸਤਿਗੁਰੂ ਨਹੀਂ, ਉਹ ਹੀ ਸਭ ਕੁਝ ਹੈ। ਹੁਣ ਅੱਗੇ ਜਾਓ, ਤੁਹਾਨੂੰ ਪਤਾ ਲੱਗ ਜਾਵੇਗਾ। ਮੈਂ ਵੀ ਉੱਥੇ ਜਾਣਾ ਚਾਹੁੰਦਾ ਹਾਂ, ਪਰ ਮੈਂ ਆਪਣੇ ਕਰਮਾਂ ਕਰਕੇ ਇੱਥੇ ਇਸ ਕੰਮ ਵਿੱਚ ਫਸਿਆ ਹੋਇਆ ਹਾਂ। ਮੈਨੂੰ ਇਹ ਕੰਮ ਪਸੰਦ ਹੈ। ਇਹ ਕੁਝ ਕੁ ਲੱਖਾਂ ਸਾਲਾਂ ਲਈ ਚੱਲਦਾ ਹੈ, ਪਰ ਮੈਂ ਵੀ ਆਪਣੇ ਘਰ ਜਾਣਾ ਚਾਹੁੰਦਾ ਹਾਂ। ਮੈਂ ਤੁਹਾਡੇ ਸਤਿਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਵਾਪਸ ਸਥੂਲ ਸੰਸਾਰ ਵਿੱਚ ਲੈ ਜਾਵੇ, ਮੈਨੂੰ ਮਨੁੱਖੀ ਰੂਪ ਦੇਵੇ ਜਿੱਥੋਂ ਮੈਂ ਸਿਖਰ 'ਤੇ ਪਹੁੰਚ ਸਕਾਂ, ਉੱਥੇ ਜਿੱਥੇ ਤੁਹਾਡਾ ਸਤਿਗੁਰੂ ਤੁਹਾਨੂੰ ਲਿਜਾ ਰਿਹਾ ਹੈ। ਤੁਸੀਂ ਆਪਣੇ ਸਿਮਰਨ ਅਭਿਆਸ ਵਿੱਚ ਇਹ ਗੱਲਬਾਤ ਸੁਣੋਗੇ।
ਅਖੀਰ ਵਿੱਚ ਤੁਹਾਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਤੁਹਾਡਾ ਸਤਿਗੁਰੂ ਤੁਹਾਨੂੰ ਕਿੰਨੀ ਦੂਰ ਤੱਕ ਲਿਜਾ ਰਿਹਾ ਹੈ, ਤੁਹਾਡੇ ਮੂਲ ਤੱਕ, ਅਤੇ ਤੁਹਾਨੂੰ ਪਰਮਾਤਮਾ ਜਿੰਨਾ ਵੱਡਾ ਬਣਾ ਦਿੰਦਾ ਹੈ, ਅਭੇਦ ਕਰ ਲੈਂਦਾ ਹੈ, ਅਤੇ ਫਿਰ ਤੁਹਾਡੇ ਵਿੱਚ ਅਤੇ ਸਤਿਗੁਰੂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜਦੋਂ ਸਤਿਗੁਰੂ ਸਥੂਲ ਸੰਸਾਰ ਵਿੱਚ ਕਿਸੇ ਨੂੰ ਨਾਮ ਦੀ ਦੀਖਿਆ ਦਿੰਦਾ ਹੈ ਤਾਂ ਉਸ ਨੂੰ ਗਰੰਟੀ ਦਿੰਦਾ ਹੈ ਕਿ ਉਹ ਉਸ ਨੂੰ ਬਿਲਕੁਲ ਆਪਣੇ ਵਰਗਾ ਬਣਾ ਦੇਵੇਗਾ, ਕੋਈ ਫਰਕ ਨਹੀਂ ਛੱਡੇਗਾ। ਉਹ ਇਹ ਨਹੀਂ ਕਹੇਗਾ ਕਿ ਮੈਂ ਤੁਹਾਨੂੰ ਬਿਹਤਰ ਬਣਾ ਦੇਵਾਂਗਾ ਜਾਂ ਮੈਂ ਤੁਹਾਨੂੰ ਉੱਥੇ ਲੈ ਜਾਵਾਂਗਾ। ਉਹ ਤੁਹਾਨੂੰ ਆਪਣੇ ਵਰਗਾ ਬਣਾ ਦੇਵੇਗਾ, ਆਪਣੇ ਵਿੱਚ ਅਭੇਦ ਕਰ ਲਵੇਗਾ ਅਤੇ ਤੁਸੀਂ ਇੱਕ ਮਿਕ ਹੋ ਜਾਵੋਗੇ। ਇਹ ਹੈ ਅਸਲ ਸੰਤ ਮਤ, ਸਤਿਗੁਰਾਂ ਦਾ ਮਾਰਗ। ਦੂਜੇ ਸਾਰੇ ਇਸ ਤੋਂ ਪਿੱਛੇ ਹਨ। ਹੋਰ ਸਾਰੇ ਜੋ ਤੁਹਾਨੂੰ ਵੱਖ ਵੱਖ ਤਰ੍ਹਾਂ ਦੇ ਅਨੁਭਵ ਦਿੰਦੇ ਹਨ ਉਹ ਇਸ ਤੋਂ ਪਿੱਛੇ ਹਨ। ਤੁਸੀਂ ਸੰਪੂਰਨਤਾ ਵਿੱਚ ਅਭੇਦ ਹੋ ਜਾਂਦੇ ਹੋ ਅਤੇ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡਾ ਸਤਿਗੁਰੂ ਹਰ ਵੇਲੇ ਸਮੁੱਚਤਾ ਦਾ ਰੂਪ ਸੀ, ਸਿਰਫ ਇਸ ਵੇਲੇ ਹੀ ਨਹੀਂ। ਇਸ ਤੋਂ ਮੈਨੂੰ ਇੱਕ ਕਹਾਣੀ ਯਾਦ ਆ ਗਈ। ਇੱਕ ਵਾਰ ਦੀ ਗੱਲ ਹੈ, ਇੱਕ ਬਹੁਤ ਚੰਗਾ ਰਾਜਾ ਸੀ, ਬਹੁਤ ਹੀ ਦਿਆਲੂ ਬਾਦਸ਼ਾਹ ਸੀ, ਜੋ ਚਾਹੁੰਦਾ ਸੀ ਕਿ ਉਸਦੀ ਸਾਰੀ ਪਰਜਾ ਖੁਸ਼ ਰਹੇ। ਇਸ ਲਈ ਉਹ ਕਦੇ ਕਦੇ ਭੇਸ ਬਦਲ ਕੇ ਗੁਮਨਾਮ ਹੋ ਕੇ ਲੋਕਾਂ ਨੂੰ ਦੇਖਣ ਜਾਂਦਾ ਸੀ ਕਿ ਉਹ ਕਿਵੇਂ ਰਹਿੰਦੇ ਹਨ। ਰਾਜਾ ਇੱਕ ਵਾਰੀ ਘੁੰਮਦਾ ਹੋਇਆ ਜੰਗਲ ਵਿੱਚ ਗਿਆ ਅਤੇ ਇੱਕ ਲੱਕੜਹਾਰੇ ਨੂੰ ਮਿਲਿਆ। ਉਹ ਲੱਕੜਹਾਰਾ, ਜੋ ਲੱਕੜਾਂ ਅਤੇ ਦਰੱਖਤ ਕੱਟਦਾ ਅਤੇ ਉਹਨਾਂ ਨੂੰ ਬਾਜ਼ਾਰ ਵਿੱਚ ਲਿਜਾ ਕੇ ਵੇਚਦਾ ਸੀ। ਰਾਜੇ ਨੂੰ ਉਸ 'ਤੇ ਤਰਸ ਆਇਆ ਕਿਉਂਕਿ ਉਹ ਬਹੁਤ ਬੁਰੀ ਹਾਲਤ ਵਿੱਚ ਰਹਿ ਰਿਹਾ ਸੀ। ਸੋ ਰਾਜੇ ਨੇ ਉਸਨੂੰ ਕਿਹਾ, ਹੇ ਮਿੱਤਰ, ਮੇਰੀ ਮਹਿਲ ਦੇ ਨਾਲ ਅਤੇ ਰਾਜੇ ਦੇ ਨਾਲ ਵਾਕਫੀਅਤ ਹੈ। ਜੇ ਤੂੰ ਚਾਹੁੰਦਾ ਹੈ ਤਾਂ ਸਾਰਾ ਕੁਝ ਛੱਡ ਅਤੇ ਮੇਰੇ ਨਾਲ ਰਾਜੇ ਕੋਲ ਚੱਲ, ਅਸੀਂ ਤੇਰੇ ਲਈ ਵਧੀਆ ਨੌਕਰੀ ਲੱਭਾਂਗੇ। ਉਹ ਬੁੱਢਾ ਲੱਕੜਹਾਰਾ ਕਹਿੰਦਾ ਹੈ, ਤੂੰ ਕਿਹੋ ਜਿਹਾ ਬੰਦਾ ਹੈ, ਜ਼ਰੂਰ ਤੇਰਾ ਸਿਰ ਫਿਰ ਗਿਆ ਹੋਣਾ ਹੈ, ਉੱਥੇ ਰਾਜੇ ਕੋਲ ਕੋਈ ਵੀ ਨਹੀਂ ਜਾ ਸਕਦਾ। ਕੀ ਤੂੰ ਜਾਣਦਾ ਹੈ ਕਿ ਮਹਿਲ ਦੇ ਬਾਹਰ ਪਹਿਰੇਦਾਰ ਮੌਜੂਦ ਹਨ? ਉਹ ਤੈਨੂੰ ਅੰਦਰ ਝਾਤੀ ਵੀ ਨਹੀਂ ਮਾਰਨ ਦੇਣਗੇ। ਰਾਜੇ ਨੇ ਕਿਹਾ, ਤੈਨੂੰ ਨਹੀਂ ਲੱਗਦਾ ਕਿ ਮੈਨੂੰ ਉੱਥੇ ਕੋਈ ਵੀ ਜਾਣਦਾ ਹੋਵੇਗਾ? ਲੱਕੜਹਾਰਾ ਨੇ ਕਿਹਾ, ਮੈਂ ਨਹੀਂ ਵਿਸ਼ਵਾਸ ਕਰਦਾ, ਮੈਨੂੰ ਨਹੀਂ ਯਕੀਨ। ਮੇਰੇ ਮੁਤਾਬਿਕ ਤੂੰ ਇੱਕ ਆਮ ਅਵਾਰਾ ਜਿਹਾ ਬੰਦਾ ਹੈ, ਤੇਰੇ ਕੋਲ ਕੋਈ ਕੰਮ ਨਹੀਂ ਅਤੇ ਤੂੰ ਮੈਨੂੰ ਕੋਈ ਦੱਸਣ ਆਇਆ ਕਿ ਮੈਂ ਆਪਣਾ ਕੰਮ ਛੋੜ ਦੇਵਾਂ। ਜੇ ਤੂੰ ਭਲਾ ਬੰਦਾ ਹੈ ਤਾਂ ਆ ਮੇਰੇ ਨਾਲ ਲੱਕੜਾਂ ਕਟਾ, ਤਦ ਮੈਨੂੰ ਪਤਾ ਲੱਗੂਗਾ ਕਿ ਤੂੰ ਵੀ ਮਿਹਨਤੀ ਹੈ ਅਤੇ ਤਦ ਤੂੰ ਮੇਰਾ ਮਿੱਤਰ। ਅਤੇ ਇਸ ਲਈ ਰਾਜੇ ਨੇ ਉਸ ਲੱਕੜਹਾਰੇ ਨਾਲ ਦਰੱਖਤ ਕੱਟਣੇ ਅਤੇ ਲੱਕੜਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਦੋਵੇਂ ਚੰਗੇ ਦੋਸਤ ਬਣ ਗਏ। ਹੁਣ ਰਾਜਾ ਕਹਿਣ ਲੱਗਾ ਕਿ ਉਹ ਮਹਿਲ ਦੇ ਇੱਕ ਪਹਿਰੇਦਾਰ ਨੂੰ ਜਾਣਦਾ ਹੈ ਜੋ ਉਸਦਾ ਮਿੱਤਰ ਹੈ। ਅਸੀਂ ਘੱਟੋ ਘੱਟ ਉਸ ਨੂੰ ਪੁੱਛ ਸਕਦੇ ਹਾਂ ਕਿ ਉਹ ਸਾਨੂੰ ਖਿੜਕੀ ਰਾਹੀਂ ਝਾਤੀ ਮਾਰਨ ਦੇ ਦੇਵੇ ਕਿ ਮਹਿਲ ਕਿਸ ਤਰ੍ਹਾਂ ਦਾ ਹੈ। ਹੁਣ ਦੋਸਤ ਹੋਣ ਕਰਕੇ ਰਾਜਾ ਉਸ ਨੂੰ ਮਨਾ ਲੈਂਦਾ ਹੈ। ਦੋਸਤੀ ਤੋਂ ਬਾਅਦ ਹੁਣ ਲੱਕੜਹਾਰੇ ਦਾ ਉਸ ਆਦਮੀ 'ਤੇ ਕੁਛ ਵਿਸ਼ਵਾਸ ਹੁੰਦਾ ਹੈ ਤਾਂ ਦੋਵੇਂ ਮਹਿਲ ਵੱਲ ਨੂੰ ਚੱਲ ਪੈਂਦੇ ਹਨ। ਰਾਜੇ ਨੇ ਉੱਥੇ ਪਹੁੰਚ ਕੇ ਪਹਿਰੇਦਾਰ ਨੂੰ ਇਸ਼ਾਰਾ ਕੀਤਾ ਕਿ ਉਹ ਉਸ ਬਾਰੇ ਨਾ ਦੱਸੇ ਕਿ ਉਹ ਕੌਣ ਹੈ। ਰਾਜਾ ਪਹਿਰੇਦਾਰ ਨੂੰ ਕਹਿੰਦਾ ਹੈ, ਹੇ ਪਹਿਰੇਦਾਰ, ਕੀ ਅਸੀਂ ਅੰਦਰ ਝਾਕ ਸਕਦੇ ਹਾਂ? ਪਹਿਰੇਦਾਰ ਕਹਿੰਦਾ ਹੈ, ਠੀਕ ਹੈ। ਲੱਕੜਹਾਰਾ ਬਹੁਤ ਪ੍ਰਭਾਵਿਤ ਹੁੰਦਾ ਹੈ। ਲੱਕੜਹਾਰਾ ਰਾਜੇ ਨੂੰ ਕਹਿੰਦਾ ਹੈ, ਤੂੰ ਠੀਕ ਹੀ ਕਹਿੰਦਾ ਸੀ ਕਿ ਤੂੰ ਪਹਿਰੇਦਾਰ ਨੂੰ ਜਾਣਦਾ ਹੈ। ਹੁਣ ਲੱਕੜਹਾਰਾ ਅੰਦਰ ਝਾਕਦਾ ਹੈ। ਉਹ ਬਹੁਤ ਵੱਡਾ ਮਹਿਲ ਹੈ, ਬਹੁਤ ਵੱਡਾ। ਰਾਜਾ ਕਿੱਥੇ ਰਹਿੰਦਾ ਹੈ? ਰਾਜਾ ਅੰਦਰ ਇੱਕ ਵੱਡੀ ਇਮਾਰਤ ਵਿੱਚ ਰਹਿੰਦਾ ਹੈ। ਕੀ ਤੂੰ ਅੰਦਰ ਜਾਣਾ ਚਾਹੁੰਦਾ ਹੈ? ਲੱਕੜਹਾਰਾ ਕਹਿੰਦਾ ਹੈ, ਬੋਲਣਾ, ਜੇ ਤੂੰ ਇੱਦਾਂ ਬੋਲਿਆ ਤਾਂ ਪਹਿਰੇਦਾਰ ਸਾਨੂੰ ਮਾਰ ਦੇਵੇਗਾ। ਚੱਲ ਵਾਪਸ ਚੱਲ ਕੇ ਲੱਕੜਾਂ ਕੱਟੀਏ ਅਤੇ ਗੁਜ਼ਾਰਾ ਕਰੀਏ। ਬਾਅਦ ਵਿੱਚ ਰਾਜਾ ਕਹਿੰਦਾ ਹੈ, ਤੈਨੂੰ ਪਤਾ ਹੈ ਪਹਿਰੇਦਾਰ ਨੇ ਮੈਨੂੰ ਕਿਹਾ ਕਿ ਉਹ ਤੈਨੂੰ ਅੰਦਰ ਸੈਰ ਕਰਨ ਲਈ ਜਾਣ ਦੇਵੇਗਾ। ਫਿਰ ਉਹ ਅਗਲੀ ਵਾਰੀ ਜਾਂਦੇ ਹਨ ਅਤੇ ਪਹਿਰੇਦਾਰ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਅੰਦਰ ਤੁਰ ਪਏ। ਲੱਕੜਹਾਰਾ ਕਹਿੰਦਾ ਹੈ, ਚੱਲ ਵਾਪਸ ਪਾ ਚੱਲੀਏ ਇਸ ਤੋਂ ਪਹਿਲਾਂ ਕਿ ਸਾਨੂੰ ਕੋਈ ਦੇਖੇ। ਉਹ ਕਹਿੰਦਾ ਹੈ ਕਿ ਸੱਚ ਤਾਂ ਇਹ ਹੈ ਕਿ ਮੈਨੂੰ ਰਾਜੇ ਦਾ ਇੱਕ ਸਲਾਹਕਾਰ ਜਾਣਦਾ ਹੈ। ਉਹ ਜ਼ਰੂਰ ਰਾਜੇ ਦਾ ਮਹਿਲ ਦਿਖਾ ਸਕਦਾ ਹੈ ਜਿੱਥੇ ਰਾਜਾ ਰਹਿੰਦਾ ਹੈ। ਉਹ ਜਾਂਦੇ ਹਨ ਅਤੇ ਸਲਾਹਕਾਰ ਆਉਂਦਾ ਹੈ। ਉਹ ਬੰਦਾ ਕਹਿੰਦਾ ਹੈ, ਮੈਂ ਸਿਰਫ ਦੇਖਣਾ ਚਾਹੁੰਦਾ ਹਾਂ ਕਿ ਰਾਜਾ ਕਿੱਥੇ ਰਹਿੰਦਾ ਹੈ। ਮੈਂ ਆਪਣੇ ਮਿੱਤਰ ਨੂੰ ਵੀ ਨਾਲ ਲੈ ਕੇ ਆਇਆ ਹਾਂ। ਉਹਨਾਂ ਨੇ ਮਹਿਲ ਖੋਲ੍ਹ ਦਿੱਤਾ।
ਨੱਕੜਹਾਰਾ ਕਹਿੰਦਾ ਹੈ ਕਿੰਨਾ ਸੋਹਣਾ ਸਿੰਘਾਸਨ ਹੈ ਕਿ ਜਿਸ ਉੱਤੇ ਰਾਜਾ ਬੈਠਦਾ ਹੈ। ਉਹ ਵਾਪਸ ਚਲੇ ਜਾਂਦੇ ਅਤੇ ਲੱਕੜਾਂ ਕੱਟਣੀਆਂ ਸ਼ੁਰੂ ਕਰ ਦਿੰਦੇ ਅਤੇ ਉਹ ਆਦਮੀ ਕਹਿੰਦਾ ਹੈ, ਉਸ ਨੇ ਸਲਾਹਕਾਰ ਨਾਲ ਗੱਲ ਕੀਤੀ ਕਿ ਤੂੰ ਰਾਜੇ ਨੂੰ ਵੀ ਮਿਲ ਸਕਦਾ ਹੈ। ਹੁਣ ਤੱਕ ਲੱਕੜਹਾਰੇ ਨੂੰ ਵਿਸ਼ਵਾਸ ਹੋ ਚੁੱਕਾ ਸੀ ਕਿ ਇਸ ਆਦਮੀ ਦੀ ਕਾਫੀ ਜਾਣ ਪਛਾਣ ਹੈ, ਸ਼ਾਇਦ ਉਹ ਮੈਨੂੰ ਰਾਜੇ ਨਾਲ ਮਿਲਾ ਦੇਵੇ। ਸੋ ਉਹ ਜਾ ਕੇ ਉਸ ਸਲਾਹਕਾਰ ਨੂੰ ਕਹਿੰਦਾ ਹੈ, ਮੇਰਾ ਦੋਸਤ ਰਾਜੇ ਨੂੰ ਮਿਲਣਾ ਚਾਹੁੰਦਾ ਹੈ, ਅਸੀਂ ਥੋੜ੍ਹੇ ਚਿਰ ਲਈ ਜਾ ਕੇ ਰਾਜੇ ਨੂੰ ਮਿਲ ਸਕਦੇ ਹਾਂ। ਸਲਾਹਕਾਰ ਕਹਿੰਦਾ ਹੈ, ਠੀਕ ਹੈ। ਲੱਕੜਹਾਰਾ ਅੰਦਰ ਜਾਂਦਾ ਹੈ ਅਤੇ ਆਖਦਾ ਹੈ, ਰਾਜਾ ਕਿੱਥੇ ਹੈ? ਅਤੇ ਇਹੀ ਆਦਮੀ ਸਿੰਘਾਸਣ 'ਤੇ ਜਾ ਬੈਠਦਾ ਹੈ ਅਤੇ ਕਹਿੰਦਾ ਹੈ, ਮੈਂ ਹੀ ਰਾਜਾ ਹਾਂ। ਲੱਕੜਹਾਰਾ ਕਹਿੰਦਾ, ਤੂੰ ਮੈਨੂੰ ਪਹਿਲਾਂ ਕਾਹਤੇ ਨਹੀਂ ਦੱਸਿਆ ਕਿ ਤੂੰ ਕੌਣ ਹੈ? ਉਹ ਕਹਿੰਦਾ, ਮੈਂ ਤੈਨੂੰ ਦੱਸਿਆ ਸੀ, ਤੂੰ ਕਿਸੇ ਚੀਜ਼ 'ਤੇ ਵਿਸ਼ਵਾਸ ਨਹੀਂ ਕੀਤਾ। ਇਹ ਪਰਮ ਸੰਤ ਸਤਿਗੁਰੂ ਵੀ ਇਸੇ ਤਰ੍ਹਾਂ ਹਨ। ਉਹ ਸਧਾਰਨ ਮਨੁੱਖ ਬਣ ਕੇ ਆਉਂਦੇ ਹਨ, ਸਾਡੇ ਵਾਂਗੂ ਕਰਦੇ ਹਨ ਅਤੇ ਜਦ ਦੋਸਤੀ ਵੱਧ ਜਾਂਦੀ ਹੈ ਅਤੇ ਅਸੀਂ ਉਹਨਾਂ 'ਤੇ ਹੋਰ ਭਰੋਸਾ ਕਰ ਸਕਦੇ ਹਾਂ, ਉਹ ਸਾਨੂੰ ਅੰਦਰ ਲੈ ਜਾਂਦੇ ਹਨ ਅਤੇ ਅਸੀਂ ਸੋਚਦੇ ਹਾਂ ਉਹ ਸਾਨੂੰ ਇੰਨੀ ਦੂਰ ਲੈ ਆਏ ਹਨ, ਜ਼ਰੂਰ ਉਹਨਾਂ ਦੀ ਕਿਤੇ ਵਾਕਫੀਤ ਹੋਵੇ। ਇੱਦਾਂ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਜ਼ਰੂਰ ਕੁਛ ਹੈ। ਫਿਰ ਉਹ ਦੇਖਦੇ ਹਨ ਕਿ ਜਿਹੜੇ ਲੋਕ ਬ੍ਰਹਿਮੰਡ ਚਲਾ ਰਹੇ ਹਨ ਉਹ ਵੀ ਉਹਨਾਂ ਦਾ ਸਤਿਕਾਰ ਕਰ ਰਹੇ ਹੁੰਦੇ ਹਨ। ਤੁਸੀਂ ਪਹਿਲਾਂ ਤਾਂ ਸਾਨੂੰ ਦੱਸਿਆ ਨੇ ਕਿ ਤੁਸੀਂ ਇੰਨੇ ਪਹੁੰਚੇ ਹੋਏ ਹੋ ਅਤੇ ਫਿਰ ਤੁਸੀਂ ਹੋਰ ਅੱਗੇ ਜਾਂਦੇ ਹੋ। ਅੰਤ ਵਿੱਚ ਉਹ ਸਾਨੂੰ ਸੱਚਖੰਡ ਵਿੱਚ ਲੈ ਜਾਂਦੇ ਹਨ। ਉਹ ਕਹਿੰਦੇ ਹਨ, ਹੁਣ ਮੈਂ ਤੁਹਾਨੂੰ ਅਸਲੀ ਸੱਚਖੰਡ, ਸੱਤ ਲੋਕ, ਸੱਤ ਨਾਮ, ਸੱਤ ਪੁਰਖ, ਜੋ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ, ਉਹ ਦਿਖਾਉਣ ਜਾ ਰਿਹਾ ਹਾਂ। ਸਤਿਗੁਰੂ ਉੱਥੇ ਲੈ ਕੇ ਜਾਂਦਾ ਹੈ ਅਤੇ ਉੱਥੇ ਬੈਠ ਜਾਂਦਾ ਹੈ। ਉਹ ਕਹਿੰਦਾ ਹੈ, ਸਵਾਗਤ ਹੈ, ਤੁਸੀਂ ਮੈਨੂੰ ਸ਼ੁਰੂ ਵਿੱਚ ਕਿਉਂ ਨਹੀਂ ਦੱਸਿਆ? ਮੈਂ ਕੀ ਲੱਭ ਰਿਹਾ ਸੀ? ਤੁਸੀਂ ਉੱਥੇ ਜੰਗਲ ਵਿੱਚ ਮੇਰੇ ਨਾਲ ਸੀ, ਮੈਂ ਜੰਗਲ ਵਿੱਚ ਤੁਹਾਡੀ ਪੂਜਾ ਕਰ ਸਕਦਾ ਸੀ, ਪਰ ਇਹ ਕੀ ਪ੍ਰਕਿਰਿਆ ਹੈ? ਸਾਡੇ ਮਨ ਨੂੰ ਭਰੋਸਾ ਹੌਲੀ ਹੌਲੀ ਪੜਾਅ ਦਰ ਪੜਾਅ ਹੀ ਆਉਂਦਾ ਹੈ। ਇਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਸਤਿਗੁਰੂ ਦਾ ਨਹੀਂ ਪਤਾ ਕਿ ਉਹ ਕੌਣ ਹੈ। ਇਹ ਜਾਣਨਾ ਬਹੁਤ ਮੁਸ਼ਕਲ ਹੁੰਦਾ ਹੈ, ਸਾਡਾ ਮਨ ਜਾਣ ਨਹੀਂ ਦੇਵੇਗਾ। ਜਿਵੇਂ ਜਿਵੇਂ ਉਹ ਆਪਣੇ ਆਪ ਨੂੰ ਹੋਰ ਪ੍ਰਗਟ ਕਰਦਾ ਹੈ, ਅਸੀਂ ਉਸ ਬਾਰੇ ਹੋਰ ਜ਼ਿਆਦਾ ਜਾਣ ਪਾਉਂਦੇ ਹਾਂ। ਬਾਹਰੋਂ ਵੀ ਇੱਕ ਇਨਸਾਨ ਦੇ ਤੌਰ 'ਤੇ ਵੀ ਇਹ ਸਮਝਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਇਸ ਵਿਅਕਤੀ ਕੋਲ ਵੀ ਕੁਛ ਹੋ ਸਕਦਾ ਹੈ। ਫਿਰ ਹੌਲੀ ਹੌਲੀ ਸਾਨੂੰ ਲੱਗਦਾ ਹੈ, ਮੇਰੇ ਨਾਲ ਕੁਛ ਤਾਂ ਹੋ ਰਿਹਾ ਹੈ, ਹੋ ਸਕਦਾ ਹੈ ਉਸ ਕੋਲ ਕੁਛ ਹੋਵੇ, ਅਤੇ ਫਿਰ ਕੁਛ ਹੋਰ ਹੁੰਦਾ ਹੈ। ਤਦ ਸਾਨੂੰ ਹੋਰ ਜਾਣਕਾਰੀ ਮਿਲਦੀ ਹੈ, ਫਿਰ ਅਸੀਂ ਸਿਮਰਨ ਅਭਿਆਸ ਸ਼ੁਰੂ ਕਰਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਅਸੀਂ ਉਸਨੂੰ ਅੰਦਰ ਦੇਖ ਸਕਦੇ ਹਾਂ। ਵਾਹ, ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ, ਉਹ ਸਾਡੇ ਅੰਦਰ ਬਾਰੇ ਸਭ ਕੁਝ ਜਾਣਦਾ ਹੈ, ਸਾਨੂੰ ਇਹ ਨਹੀਂ ਸੀ ਪਤਾ। ਇਹ ਤਾਂ ਬਹੁਤ ਚੰਗਾ ਹੈ। ਅਤੇ ਜਦੋਂ ਅਸੀਂ ਪੜਾਅ ਦਰ ਪੜਾਅ ਅੱਗੇ ਵੱਧਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਸਧਾਰਨ ਮਨੁੱਖ ਦੇ ਰੂਪ ਵਿੱਚ ਸਾਡੇ ਨਾਲ ਚੱਲ ਰਿਹਾ ਸੀ, ਉਹ ਉਸ ਸਮੇਂ ਉਸ ਮਨੁੱਖੀ ਸਰੀਰ ਵਿੱਚ ਸਮੁੱਚੀ ਚੇਤਨਾ ਸੀ, ਜਿਸ ਕੋਲ ਸੰਪੂਰਨ ਸੋਝੀ ਜਾਂ ਗਿਆਨ ਸੀ। ਇਹ ਜਾਣਨ ਨਾਲ ਬਹੁਤ ਖੁਸ਼ੀ ਹੁੰਦੀ ਹੈ। ਇਸ ਤੋਂ ਬਾਅਦ ਬਲਕਿ ਉਹ ਇਨਸਾਨ ਜੋ ਬਹੁਤ ਵੱਡਾ ਮਲੂਮ ਹੁੰਦਾ ਹੈ, ਉਹ ਹੁਣ ਇਨਸਾਨ ਨਹੀਂ ਰਹਿ ਜਾਂਦਾ, ਕਿਉਂਕਿ ਤੁਸੀਂ ਦੇਖ ਚੁੱਕੇ ਹੋ ਕਿ ਉਹ ਕੌਣ ਹੈ। ਇੱਥੋਂ ਤੱਕ ਕਿ ਜਦੋਂ ਸਾਨੂੰ ਵਿਚਕਾਰਲੇ ਅਨੁਭਵ ਹੋ ਰਹੇ ਹੁੰਦੇ ਹਨ ਤਾਂ ਇਹ ਇਸ ਤਰ੍ਹਾਂ ਲੱਗਦਾ ਹੈ, ਜਦੋਂ ਅਸੀਂ ਆਪਣੇ ਸਥੂਲ ਸਤਿਗੁਰੂ ਨੂੰ ਦੇਖਦੇ ਹਾਂ ਤਾਂ ਉਹ ਜਿੱਦਾਂ ਜਿੱਦਾਂ ਅਸੀਂ ਇਹਨਾਂ ਅਨੁਭਵਾਂ ਦੇ ਸਫ਼ਰ ਨੂੰ ਤੈਅ ਕਰਦੇ ਹਾਂ, ਹੋਰ ਜ਼ਿਆਦਾ ਵਧਮੁੱਲਾ, ਵਧੇਰੇ ਸ਼ਾਨਦਾਰ, ਵਧੇਰੇ ਪਿਆਰ ਕਰਨ ਵਾਲਾ ਅਤੇ ਹੋਰ ਜ਼ਿਆਦਾ ਪਿਆਰੇ ਦੇ ਰੂਪ ਵਿੱਚ ਬਦਲਦਾ ਜਾਂਦਾ ਹੈ। ਇਸ ਲਈ ਇਹ ਇੱਕ ਅਜਿਹਾ ਮਾਰਗ ਹੈ ਜਿੱਥੇ ਅਸਲੀਅਤ ਦੀ ਖੋਜ ਇਹਨਾਂ ਅਲੱਗ ਅਲੱਗ ਪੜਾਵਾਂ ਵਿੱਚ ਹੁੰਦੀ ਹੈ। ਸਾਨੂੰ ਕੇਵਲ ਖੰਡਾਂ ਅਤੇ ਚੇਤਨਾ ਦੇ ਪੱਧਰਾਂ ਬਾਰੇ ਹੀ ਨਹੀਂ ਪਤਾ ਲੱਗਦਾ, ਬਲਕਿ ਅਸੀਂ ਸਤਿਗੁਰੂ ਦੀਆਂ ਪੱਧਰਾਂ ਬਾਰੇ ਵੀ ਜਾਣੂ ਹੁੰਦੇ ਹਾਂ, ਜੋ ਕਿ ਇੱਕ ਇਨਸਾਨ ਦੇ ਰੂਪ ਵਿੱਚ ਸਾਡੇ ਨਾਲ ਹੁੰਦਾ ਹੈ। ਸਾਨੂੰ ਪਤਾ ਲੱਗਦਾ ਹੈ ਕਿ ਉਹ ਕਿਵੇਂ ਕੰਮ ਕਰ ਰਿਹਾ ਹੁੰਦਾ ਹੈ। ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਹ ਕੇਵਲ ਇਸ ਪੱਧਰ 'ਤੇ ਹੀ ਕੰਮ ਨਹੀਂ ਕਰ ਰਿਹਾ ਹੁੰਦਾ, ਉਹ ਬਹੁਤ ਸਾਰੀਆਂ ਰੂਹਾਂ ਦੀ ਅਲੱਗ ਅਲੱਗ ਪੱਧਰਾਂ 'ਤੇ ਮਦਦ ਕਰ ਰਿਹਾ ਹੁੰਦਾ ਹੈ। ਹਰ ਪੱਧਰ ਜਿਸ 'ਤੇ ਅਸੀਂ ਜਾਂਦੇ ਹਾਂ ਉੱਥੇ ਵੀ ਇਹੋ ਸਤਿਗੁਰੂ ਹੋਰ ਰੂਹਾਂ ਦੀ ਮਦਦ ਕਰ ਰਿਹਾ ਹੁੰਦਾ ਹੈ। ਸਤਿਗੁਰੂ ਕਈ ਪੱਧਰਾਂ 'ਤੇ ਬਹੁਤ ਸਾਰੀਆਂ ਰੂਹਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਇਹ ਸਭ ਅਨੁਭਵ ਤੁਹਾਨੂੰ ਹੋਣਗੇ। ਤੁਸੀਂ ਇੱਕ ਵੱਡੇ ਦਿਨ 'ਤੇ ਆਏ ਹੋ, ਵੱਡੇ ਮਹਾਰਾਜ ਦਾ ਭੰਡਾਰਾ, ਵੱਡੇ ਮਹਾਰਾਜ।
ਜਿਨ੍ਹਾਂ ਨੇ ਇਹ ਸਭ ਅਨੁਭਵ ਪ੍ਰਾਪਤ ਕਰਨ ਦਾ ਸਾਧਨ ਦਿੱਤਾ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਅਨੁਭਵ ਤੁਹਾਡੇ ਨਾਲ ਸਾਂਝੇ ਕਰ ਸਕਿਆ ਅਤੇ ਇਹ ਭੰਡਾਰਾ ਸਫਲ ਹੋਇਆ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਮਹਿਸੂਸ ਕਰਦੇ ਹਨ ਕਿ ਭੰਡਾਰਾ ਸਫਲ ਰਿਹਾ ਅਤੇ ਤੁਸੀਂ ਇਸ ਤੋਂ ਖੁਸ਼ ਹੋ? ਦੋ ਹੱਥ, ਓ ਬਹੁਤ ਵਧੀਆ, ਤੁਹਾਡਾ ਧੰਨਵਾਦ, ਮੈਂ ਖੁਸ਼ ਹਾਂ। ਤੁਹਾਡੇ ਵਿੱਚੋਂ ਕਿੰਨੇ ਮਹਿਸੂਸ ਕਰਦੇ ਹਨ ਕਿ ਕੁਛ ਰਹਿ ਗਿਆ ਅਤੇ ਇਹ ਸੰਪੂਰਨ ਨਹੀਂ ਸੀ? ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਤੇ ਇਸ ਭੰਡਾਰੇ ਦਾ ਆਨੰਦ ਮਾਣਨ ਅਤੇ ਇਸ ਦਾ ਫਾਇਦਾ ਲੈਣ ਲਈ ਤੁਹਾਡਾ ਧੰਨਵਾਦ। ਅਤੇ ਇਹ ਯਾਦ ਦਾ ਦਿਨ ਹੈ, ਇੱਕ ਸਤਿਗੁਰੂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਦਿਨ, ਅਤੇ ਆਪਣੇ ਸਤਿਗੁਰੂ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਮੈਂ ਉਸਦੀ ਸੇਵਾ ਨਾਲ ਭੇਟ ਕਰ ਸਕਦਾ ਹਾਂ। ਉਸ ਦੀ ਸੇਵਾ ਕਰਨ ਨਾਲੋਂ ਵੱਡਾ ਕੁਛ ਵੀ ਨਹੀਂ, ਇਸ ਤੋਂ ਜ਼ਿਆਦਾ ਵਧੀਆ ਮੈਂ ਕੁਛ ਨਹੀਂ ਕਹਿ ਸਕਦਾ ਕਿ ਸਤਿਗੁਰੂ, ਤੁਹਾਡੀ ਵਿਸ਼ਾਲਤਾ ਦਾ ਧੰਨਵਾਦ ਅਤੇ ਉਹਨਾਂ ਸਾਰੀਆਂ ਬਖਸ਼ਿਸ਼ਾਂ ਲਈ ਵੀ ਧੰਨਵਾਦ ਜੋ ਤੁਸੀਂ ਹੋਰਾਂ 'ਤੇ ਕਰਦਿਆਂ ਹੋਇਆ ਮੇਰੇ 'ਤੇ ਵੀ ਕੀਤੀਆਂ, ਅਤੇ ਮੈਂ ਹਮੇਸ਼ਾ ਤੁਹਾਡਾ ਨਿਮਾਣਾ ਜਿਹਾ ਸੇਵਾਦਾਰ ਰਹਾਂ ਅਤੇ ਤੁਹਾਡੇ ਉਹਨਾਂ ਸਭ ਦੋਸਤਾਂ ਦਾ ਵੀ ਸੇਵਾਦਾਰ ਰਹਾਂ ਜੋ ਇੱਥੇ ਤੁਹਾਡੇ ਕਰਕੇ, ਤੁਹਾਡੇ ਦਿਖਾਏ ਮਾਰਗ ਕਰਕੇ ਇੱਥੇ ਆਏ ਹਾਂ। ਇਸ ਲਈ ਤੁਹਾਡਾ ਇੱਥੇ ਆਉਣ ਲਈ, ਮੇਰੇ ਨਾਲ ਜੁੜਨ ਲਈ ਬਹੁਤ ਧੰਨਵਾਦ।